ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੈਂ ਰਣਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਲੈ ਕੇ ਅੱਜ ਦਾ ਪ੍ਰੋਗਰਾਮ। ਅਤੇ ਅੱਜ ਦਾ ਸਾਡਾ ਪ੍ਰੋਗਰਾਮ ਹੈ, ਇਹਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਸਵਿੰਦਰ ਸਿੱਧੂ ਜੀ ਦੇ ਨਾਲ। ਸਾਰੇ ਤੁਸੀਂ ਭਲੀ ਭਾਂਤ ਇਹਨਾਂ ਦੇ ਨਾਂ ਤੋਂ ਵਾਕਿਫ ਹੋ। ਮੈਂ ਇੱਕ ਵਾਰੀ ਹਲਕਾ ਹਲਕਾ ਜਿਹਾ ਤੁਹਾਨੂੰ ਦੁਬਾਰਾ ਯਾਦ ਦਵਾ ਦਿਆਂ, ਕਮਿਊਨਿਟੀ ਵਰਕਰ ਨੇ, ਬਹੁਤ ਸਾਰੇ ਸਾਡੇ ਕਮਿਊਨਿਟੀ ਦੇ ਕੰਮ ਇਹ ਕਰਦੇ ਨੇ, ਨਿਸ਼ਕਾਮ ਸੇਵਾ ਜਿਹੜੀ ਆ ਆਪਣੀ ਕਮਿਊਨਿਟੀ ਦੀ। ਜੇਕਰ ਕੋਈ ਕਰ ਰਿਹਾ ਵਾ ਮੈਲਬੌਰਨ ਦੇ ਵਿੱਚ, ਤਾਂ ਉਹਨਾਂ ਦੇ ਵਿੱਚੋਂ ਇੱਕ ਨਾਂ ਜਿਹੜਾ ਮੂਹਰਲੇ ਕਤਾਰ ਦੇ ਵਿੱਚ ਆਉਂਦਾ ਵਾ, ਉਹ ਆ ਜੀ ਜਸਵਿੰਦਰ ਸਿੱਧੂ ਜੀ। ਕਮਿਊਨਿਟੀ ਵਰਕਰ ਨੇ, ਸੋਸ਼ਲ ਵਰਕ ਦੇ ਵਿੱਚ ਇਹਨਾਂ ਦਾ ਨਾਂ ਸਭ ਤੋਂ ਅੱਗੇ ਆਉਂਦਾ, ਅਤੇ ਲੇਬਰ ਪਾਰਟੀ ਦੇ ਪੋਲੀਟੀਕਲ ਐਡਵਾਈਜ਼ਰ ਵੀ ਨੇ, ਅਤੇ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਮੇਨ ਕਿੱਤਾ ਹੈ ਜੀ ਅਧਿਆਪਕ ਨੇ, ਲੈਕਚਰਾਰ ਨੇ RMIT ਯੂਨੀਵਰਸਿਟੀ ਦੇ ਵਿੱਚ। ਇੰਨੇ ਸਾਰੇ ਰੁਝੇਵਿਆਂ ਦੇ ਬਾਵਜੂਦ ਇਹ ਕਮਿਊਨਿਟੀ ਦੇ ਲਈ ਟਾਈਮ ਕੱਢਦੇ ਆ, ਇਹਦੇ ਲਈ ਆਪਾਂ ਬਹੁਤ ਬਹੁਤ ਇਹਨਾਂ ਦੇ ਰਿਣੀ ਹਾਂ ਜੀ। ਕਮਿਊਨਿਟੀ ਦੇ ਸਾਡੇ ਭਾਈਚਾਰੇ ਦੇ ਲਈ ਬਹੁਤ ਸਾਰਾ ਇਹ ਕੰਮ ਕਰ ਰਹੇ ਨੇ, ਅਤੇ ਇੱਕ ਵਾਰੀ ਫਿਰ ਤੋਂ ਹਾਜ਼ਰ ਨੇ ਤੁਹਾਡੇ ਸਾਹਮਣੇ ਤੁਹਾਨੂੰ ਦੱਸਣ ਦੇ ਲਈ ਕੀ ਕੀ ਕਮਿਊਨਿਟੀ ਦੇ ਵਿੱਚ ਹੋ ਰਿਹਾ, ਕੀ ਕੀ ਵਾਪਰ ਰਿਹਾ, ਅਤੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਸਾਡੀ ਕਮਿਊਨਿਟੀ ਨੂੰ, ਸਾਡੇ ਭਾਈਚਾਰੇ ਨੂੰ ਆ ਰਹੀਆਂ ਨੇ, ਅਤੇ ਉਹਨਾਂ ਦੇ ਕੀ ਕੀ ਹੱਲ ਇਹਨਾਂ ਦੁਆਰਾ ਕੀਤੇ ਗਏ ਨੇ, ਜਾਂ ਸਰਕਾਰ ਨੂੰ ਉਹ ਹੱਲ ਕਰਵਾਉਣ ਦੇ ਲਈ ਮਜਬੂਰ ਕੀਤਾ ਗਿਆ ਜਾਂ ਇਨਫਲੂਐਂਸ ਕੀਤਾ ਗਿਆ, ਉਹਦੇ ਬਾਰੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਹਾਂਜੀ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ ਸਿੱਧੂ ਸਾਹਿਬ, ਅੱਜ ਜਿਹੜੀ ਆਪਾਂ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਲੈਂਗੁਏਜ ਜਿਹੜੀ ਸਾਡੀ ਬੋਲੀ ਹੈ, ਸਾਡੀ ਪੰਜਾਬੀ ਬੋਲੀ, ਹਿੰਦੀ ਬੋਲੀ, ਸੰਸਕ੍ਰਿਤ ਜਾਂ ਜਿੰਨੀਆਂ ਵੀ ਹੋਰ ਭਾਸ਼ਾਵਾਂ ਜਿਹੜੀਆਂ ਸਾਡੇ ਇੰਡੀਆ ਦੇ ਵਿੱਚ ਬੋਲੀਆਂ ਜਾਂਦੀਆਂ ਨੇ, ਉਹਨਾਂ ਨੂੰ ਲੈ ਕੇ ਕਾਫੀ ਹੱਦ ਤੱਕ ਆਪਾਂ ਇੱਥੇ ਮਿਸ ਕਰਦੇ ਹਾਂ ਉਹਨਾਂ ਲੈਂਗੁਏਜ ਨੂੰ, ਅਤੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਇੱਕ ਡਰ ਵੀ ਸਤਾਉਂਦਾ ਕਿ ਆਉਣ ਵਾਲੀ ਪੀੜ੍ਹੀ ਤੱਕ ਉਹ ਲੈਂਗੁਏਜ ਪਹੁੰਚ ਪਾਉਣਗੀਆਂ ਜਾਂ ਨਹੀਂ ਪਹੁੰਚ ਪਾਉਣਗੀਆਂ, ਜਾਂ ਕਿਵੇਂ ਆਪਾਂ ਪਹੁੰਚਾ ਪਾਵਾਂਗੇ, ਉਹਦੇ ਲਈ ਤੁਸੀਂ ਕਾਫੀ ਕੰਮ ਕਰ ਰਹੇ ਜੇ, ਉਹਦੇ ਬਾਰੇ ਸਾਡੇ ਸਰੋਤਿਆਂ ਦੇ ਨਾਲ ਥੋੜ੍ਹੀ ਜਿਹੀ ਸਾਂਝ ਪਾਓ। ਹਾਂਜੀ, ਉਹਦੇ ਬਾਰੇ ਪਹਿਲਾਂ ਥੋੜ੍ਹੀ ਬੈਕਗ੍ਰਾਊਂਡ ਮੈਂ ਦੱਸ ਦਿੰਦਾ ਕਿ ਲੈਂਗੁਏਜ ਜੋ ਹੈ ਸਾਡੇ ਕਮਿਊਨਿਟੀ ਦੀਆਂ ਜਿਹੜੀਆਂ ਡਿਫਰੈਂਟ ਲੈਂਗੁਏਜ ਨੇ, ਉਹਦੇ 'ਚ ਪੰਜਾਬੀ, ਗੁਜਰਾਤੀ ਅਤੇ ਤੇਲਗੂ ਅਤੇ ਹਿੰਦੀ ਅਤੇ ਸੰਸਕ੍ਰਿਤ। ਇਹ ਲੈਂਗੁਏਜ ਮੈਂ ਤਾਂ ਕਹੀਆਂ ਨੇ ਕਿਉਂਕਿ ਇਹ ਜਿਹੜੀ ਕਮਿਊਨਿਟੀ, ਹਾਂਜੀ ਇਹ ਕਮਿਊਨਿਟੀ ਜ਼ਿਆਦਾ ਇੱਥੇ, ਇਸ ਤਰ੍ਹਾਂ ਤਾਂ ਬੰਗਾਲੀ ਕਮਿਊਨਿਟੀ ਵੀ ਹੈ ਕਾਫੀ ਅਤੇ ਹੋਰ ਵੀ ਕਈ ਕਮਿਊਨਿਟੀਜ਼ ਹੈਗੀਆਂ, ਪਰ ਇਹ ਕਮਿਊਨਿਟੀਜ਼ ਜ਼ਿਆਦਾ ਹੋਣ ਕਰਕੇ ਇਹਨਾਂ ਦੀ ਜਿਹੜੀ ਨੀਡ ਹੈ ਉਹ ਗਵਰਨਮੈਂਟ ਤੱਕ ਵੀ ਅਤੇ ਕਮਿਊਨਿਟੀ ਦੇ ਵਿੱਚ ਵੀ ਜ਼ਿਆਦਾ ਦਿਖਦੀ ਹੈ ਜੀ। ਅਤੇ ਤਮਿਲ ਜਿਹੜੀਆਂ ਕਲਾਸਿਸ ਨੇ ਤਕਰੀਬਨ ਮੇਰੇ ਹਿਸਾਬ ਨਾਲ 15 to 16 ਜਗ੍ਹਾ 'ਤੇ ਉੱਪਰ ਚੱਲ ਰਹੀਆਂ ਪੂਰੇ ਵਿਕਟੋਰੀਆ ਦੇ ਵਿੱਚ ਜੀ। ਅਤੇ ਅਗਲੇ ਇਸੇ ਮੰਥ ਦੇ ਵਿੱਚ ਮੈਂ ਇੱਕ ਇਵੈਂਟ 'ਤੇ ਜਾ ਰਿਹਾ ਕਿ ਜਿਹੜਾ ਕਿ ਤਮਿਲ ਸਕੂਲਸ ਦੇ, ਆਈ ਥਿੰਕ ਉਹਨਾਂ ਨੂੰ 20-25 ਸਾਲ ਹੋ ਗਏ ਨੇ ਜੀ, ਅਤੇ ਉੱਥੇ ਜਾ ਰਿਹਾ ਅਤੇ ਉੱਥੋਂ ਵੀ ਮੈਂ ਆਈਡੀਆਜ਼ ਲੈ ਕੇ ਆਊਂਗਾ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਕੀ ਕੰਮ ਇਸ ਏਰੀਏ ਵਿੱਚ ਹੋ ਰਿਹਾ ਜਾਂ ਕੀ ਕੰਮ ਹੋ ਸਕਦਾ, ਹਾਂਜੀ ਇੱਕ ਵਰਕਿੰਗ ਗਰੁੱਪ ਅਸਟੈਬਲਿਸ਼ ਕੀਤਾ ਜਿਹੜਾ ਕਿ ਸਿਰਫ ਅਤੇ ਸਿਰਫ ਦੋ ਲੈਂਗੁਏਜ ਦੇ ਨਾਲ ਰਿਲੇਟਡ ਹੈ, ਹਿੰਦੀ ਅਤੇ ਸੰਸਕ੍ਰਿਤ। ਵੈਸਟਰਨ ਸਬਸ ਦੇ ਵਿੱਚ ਇੱਕ ਫਾਰਮਰ IAS ਅਫਸਰ ਸੀਗੇ ਇੰਡੀਆ ਦੇ ਵਿੱਚ, ਜਿਹੜੇ ਕਿ ਰਿਟਾਇਰ ਹੋ ਕੇ ਇੱਥੇ ਆ ਗਏ ਨੇ, ਅਤੇ ਉਹ ਸੰਸਕ੍ਰਿਤ ਦੀ ਜਿਹੜੀ ਲੈਂਗੁਏਜ ਹੈ ਉਹਨੂੰ ਟੀਚ ਕਰਨਾ ਚਾਹੁੰਦੇ ਨੇ, ਅਤੇ ਐਕਸਪਰਟੀਜ਼ ਬਹੁਤ ਹੈ। ਤੁਸੀਂ ਦੇਖੋ IAS ਜਿਹੜਾ IAS ਅਫਸਰ ਬਣਨਾ ਵੀ ਬਹੁਤ ਜਿਹੜੀ ਵੱਡੀ ਅਚੀਵਮੈਂਟ ਹੈ, ਬਹੁਤ ਵੱਡੀ, ਅਤੇ ਉਹ ਰਿਜ਼ਾਈਨ ਕਰਕੇ ਅਤੇ ਉਹ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ, ਅਤੇ ਬੜੇ ਯੰਗ ਨੇ ਉਹ ਵੀ, ਅਤੇ ਬੱਚੇ ਉਹਨਾਂ ਦੇ ਸਕੂਲਿੰਗ ਕਰ ਚੁੱਕੇ ਨੇ, ਅਤੇ ਟਾਈਮ ਵੀ ਉਹਨਾਂ ਕੋਲ ਕਾਫੀ ਹੈਗਾ, ਅਤੇ ਉਹ 20 September ਨੂੰ ਮੀਟਿੰਗ ਹੈ, ਅਤੇ ਉਹਦੇ ਵਿੱਚ ਅਸੀਂ ਵਰਕਿੰਗ ਗਰੁੱਪ ਅਸਟੈਬਲਿਸ਼ ਕਰਕੇ, ਅੱਛਾ ਉਹਦੇ ਵਿੱਚ ਹੋਏਗਾ ਕਿ ਸਭ ਤੋਂ ਪਹਿਲਾਂ ਅਸੀਂ ਵਰਕਿੰਗ ਗਰੁੱਪ ਜਿਹੜਾ ਕਮਿਊਨਿਟੀ ਦੇ ਬਿਹਾਫ ਦੇ ਉੱਪਰ ਐਜੂਕੇਸ਼ਨ ਮਿਨਿਸਟਰ ਨੂੰ ਜਾਂ ਉਹਨਾਂ ਦੇ ਐਡਵਾਈਜ਼ਰ ਨੂੰ ਜਾਂ ਪਾਰਲੀਮੈਂਟਰੀ ਸੈਕਟਰੀ ਹੈ ਜੋ ਐਜੂਕੇਸ਼ਨ ਦੇ, ਜੁਡਿਥ ਗਰੇਲੀ, ਉਹਨਾਂ ਦੇ ਨਾਲ ਮੀਟਿੰਗ ਕਰਾਂਗੇ ਜੀ। ਉਹਦੇ 2 ਚੀਜ਼ਾਂ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ। ਪਹਿਲੀ ਚੀਜ਼ ਹੈ ਕਿ ਜੋ ਗਵਰਨਮੈਂਟ ਵੱਲੋਂ ਕਲਾਸਿਸ ਰਨ ਹੁੰਦੀਆਂ ਨੇ, ਹਾਂਜੀ ਹਿੰਦੀ ਲੈਂਗੁਏਜ ਦੀਆਂ ਅਤੇ ਹੋਰ ਵੀ ਲੈਂਗੁਏਜ ਦੀਆਂ, ਉਹਨਾਂ ਨੂੰ ਜਿਹੜੇ ਏਰੀਆਸ 'ਚ ਹੁਣ ਕਮਿਊਨਿਟੀ ਦਾ ਨੰਬਰ ਵੱਧ ਗਿਆ, ਜਿਸ ਤਰ੍ਹਾਂ ਕਿ ਨੌਰਥ ਦੇ ਵਿੱਚ ਬਹੁਤ ਕਮਿਊਨਿਟੀ ਹੋ ਗਈ ਆ, ਉੱਥੇ ਵੈਸੇ ਚੱਲ ਵੀ ਰਹੀਆਂ ਨੇ ਕਲਾਸਾਂ, ਅਤੇ ਵੈਸਟਰਨ ਸਬਸ ਦੇ ਵਿੱਚ ਪੁਆਇੰਟ ਕੁੱਕ ਜਾਂ ਜਿਹੜਾ ਇਹ ਆਪਣਾ ਕੈਲਨ ਸਪ੍ਰਿੰਗਸ ਦਾ ਏਰੀਆ ਜੀ, ਅਤੇ ਗਵਰਨਮੈਂਟ ਜਿਹੜੀਆਂ ਗਵਰਨਮੈਂਟ ਵੱਲੋਂ ਪੇਡ ਕਲਾਸਿਸ ਨੇ ਉੱਥੇ ਲੱਗਣ, ਹਾਂਜੀ, ਅਤੇ ਤਾਂ ਜੋ ਬੱਚੇ ਜੋ ਨੇ ਉਹ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੇਰੈਂਟਸ ਨੂੰ ਡਰ ਹੁੰਦਾ ਕਿ ਬੱਚਾ ਜਦੋਂ ਆਪਣੀ ਲੈਂਗੁਏਜ ਨਹੀਂ ਬੋਲਦਾ ਜੀ, ਅਤੇ ਜਦੋਂ ਉਹਨੇ 15-16 ਸਾਲ ਦਾ ਹੋ ਜਾਣਾ ਉਸ ਤੋਂ ਬਾਅਦ ਤੁਹਾਨੂੰ ਉਹਦੀ ਲੈਂਗੁਏਜ ਨਹੀਂ ਸਮਝ ਆਉਣੀ, ਅਤੇ ਉਹ ਬਹੁਤ ਵੱਡਾ ਇੱਕ ਜਿਹੜਾ ਹਾਂਜੀ ਬੜਾ ਵੱਡਾ ਖਤਰਾ ਜਿਹੜਾ ਕਮਿਊਨਿਟੀ ਦੇ ਸਿਰ 'ਤੇ ਜਿਹੜਾ ਲਟਕ ਰਿਹਾ, ਅਤੇ ਅਸੀਂ ਉਹਦੇ ਬਾਰੇ ਕੰਮ ਕਰਨਾ ਚਾਹੁੰਦੇ ਹਾਂ ਜੀ। ਅਤੇ ਜੇ ਉਹ ਸਕਸੈਸਫੁਲ ਹੁੰਦਾ, ਮੇਰੇ ਹਿਸਾਬ ਨਾਲ ਸਕਸੈਸਫੁਲ ਹੋਏਗਾ ਕਿਉਂਕਿ ਸਟੈਪ ਬਾਏ ਸਟੈਪ ਹੈ ਸਾਰੇ ਕੰਮ ਜੀ, ਅਤੇ ਪੰਜਾਬੀ ਅਤੇ ਤੇਲਗੂ ਜਿਹੜੀਆਂ ਉਹਨਾਂ ਦੇ ਉੱਤੇ ਵੀ
ਜਿਹੜਾ ਕੰਮ ਸੀ ਕਰਾਂਗੇ ਜੀ ਅਤੇ ਸਾਰੇ ਏਰੀਆਜ਼ ਦੇ ਵਿੱਚ, ਪਰ ਜਿਵੇਂ ਤੁਹਾਨੂੰ ਵੀ ਪਤਾ ਹੈ ਕਿ ਜ਼ਿਆਦਾ ਕੰਮ ਵਲੰਟੀਅਰ ਹੈ ਪਹਿਲਾਂ, ਜੀ ਅਤੇ ਸਰੋਤੇ ਜਿਹੜੇ ਸੁਣ ਵੀ ਰਹੇ ਨੇ ਉਹਨਾਂ ਨੂੰ ਖੁਦ ਅੱਗੇ ਆਉਣਾ ਪਏਗਾ। ਬਿਲਕੁਲ ਹਾਂਜੀ ਬਿਲਕੁਲ, ਆਪਾਂ ਇਹ ਕਹਿ ਦਿੰਦੇ ਹਾਂ ਆਮ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਸਾਨੂੰ ਇਨ ਫਿਊਚਰ ਆਉਂਦੀਆਂ ਸਾਹਮਣੇ ਹਾਂਜੀ ਦਿਖ ਰਹੀਆਂ ਨੇ, ਆਪਾਂ ਉਹਨਾਂ ਬਾਰੇ ਚਰਚਾ ਕਰਦੇ ਹਾਂ, ਆਪਾਂ ਹਾਂਜੀ ਉਹਨਾਂ ਬਾਰੇ ਬਿਲਕੁਲ ਗਹਿਰਾਈ ਦੇ ਨਾਲ ਸੋਚਦੇ ਜ਼ਰੂਰ ਹਾਂ, ਪਰ ਕਦੀ ਆਪਾਂ ਇਹ ਸੋਚਣ ਦੀ ਸ਼ਾਇਦ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਨੂੰ ਆਪਾਂ ਕਿੱਦਾਂ ਨੇਪਰੇ ਚਾੜ ਸਕਦੇ ਹਾਂ। ਬਿਲਕੁਲ ਜੀ, ਅਗਰ ਸਰੋਤਿਆਂ ਕੋਲ ਕਿਸੇ ਕੋਲ 1 ਘੰਟਾ ਜਾਂ 2 ਘੰਟੇ ਵੀ ਮਹੀਨੇ 'ਚ ਹੈਗੇ ਆ, ਜੀ ਉਹ ਅਸੀਂ ਸਾਰਾ ਦਿਨ ਟੀ ਵੀ ਅੱਗੇ ਬਹਿ ਕੇ ਵੀ ਕੱਢ ਹੀ ਦਿੰਦੇ ਹਾਂ, ਹੈ ਨਾ, ਬਿਲਕੁਲ ਜੀ, ਜਾਂ ਪੰਜਾਬੀ 'ਚ ਸ਼ਾਮ ਨੂੰ ਤੁਹਾਨੂੰ ਪਤਾ ਜਦੋਂ ਬੋਤਲ ਖੋਲਦੇ ਆ, ਜਾਂ ਉਹਦੇ ਵਿੱਚ ਵੀ ਤੁਸੀਂ 5 ਘੰਟੇ ਦੀ ਜਗ੍ਹਾ ਜੇ 4 ਲਗਾ ਲਓ, ਅਤੇ ਜੇ 1-1 ਘੰਟਾ ਵੀ ਸਰੋਤੇ ਸਾਡੇ ਪ੍ਰੋਗਰਾਮ ਦੇਣ ਲੱਗਣ, ਜੀ ਤਾਂ ਮੇਰੇ ਹਿਸਾਬ ਨਾਲ ਅਸੀਂ 5 ਤੋਂ 8 ਸਾਲਾਂ 'ਚ ਕਿਵੇਂ ਪੂਰੀ ਜਿਹੜੀ ਸ਼ੇਪ ਉਹ ਚੇਂਜ ਕਰ ਦਿਆਂਗੇ। ਬਿਲਕੁਲ ਜੀ, ਕਿਉਂਕਿ ਸਿੱਧੂ ਸਾਹਿਬ ਜਿਹੜੀ ਸਾਡੀ ਜਨਰੇਸ਼ਨ ਹੈ, ਹਾਂਜੀ, ਕਿਉਂਕਿ ਆਸਟ੍ਰੇਲੀਆ ਦੀ ਜੇਕਰ ਆਪਾਂ ਗੱਲ ਕਰੀਏ, ਹਾਂਜੀ, ਜ਼ਿਆਦਾਤਰ ਜਿਹੜਾ ਮੈਜੋਰਿਟੀ ਆਫ ਸਾਡੀ ਜਿਹੜੀ ਕਮਿਊਨਿਟੀ ਆ ਉਹ ਹਾਲੇ ਪਹਿਲੀ ਜਨਰੇਸ਼ਨ ਹੈ, ਬਿਲਕੁਲ ਜੀ, ਅਤੇ ਪਹਿਲੀ ਜਨਰੇਸ਼ਨ ਜਿਹੜੀ ਆ, ਪਹਿਲੀ ਪੀੜ੍ਹੀ ਜਿਹੜੀ ਬਾਹਰ ਆਉਂਦੀ ਆ, ਉਹਨੂੰ ਇੱਦਾਂ ਦੇ ਕਦਮ ਚੁੱਕਣੇ ਪੈਂਦੇ, ਉਹਨੂੰ ਬਿਲਕੁਲ ਥੋੜ੍ਹਾ ਜਿਹਾ ਐਕਸਟਰਾ ਵਰਕ ਕਰਨਾ ਹੀ ਪੈਂਦਾ, ਕਰਨਾ ਹੀ ਪੈਂਦਾ, ਅਤੇ ਲੋਕ ਕਰ ਵੀ ਰਹੇ ਨੇ, ਜੀ, ਅਤੇ ਉਸ ਲਈ ਜਿਹੜੇ ਹਲੇ ਕੰਮ ਜ਼ਿਆਦਾ ਹੋ ਰਿਹਾ ਉਹ ਸੈਲਫ ਸੈਂਟਰਡ ਹੋ ਰਿਹਾ, ਜੀ, ਉਹ ਹੋਣਾ ਵੀ ਚਾਹੀਦਾ, ਕਿਉਂਕਿ ਜਦੋਂ ਤੁਸੀਂ ਕਿਸੇ ਕੰਟਰੀ ਜਾਂਦੇ ਹੋ ਪਹਿਲੀ ਤੁਹਾਡੀ ਇੱਛਾ ਹੁੰਦੀ ਘਰ ਲੈਣ ਦੀ, ਚੰਗਾ ਘਰ ਲੈਣ ਦੀ, ਜਾਂ ਇਨਕਮ ਦਾ ਪਰਮਾਨੈਂਟ ਸੋਰਸ ਕਰਨ ਦੀ, ਅਤੇ ਬੱਚਿਆਂ ਦੀ ਸਕੂਲਿੰਗ ਵਗੈਰਾ, ਪਰ ਮੇਰੇ ਹਿਸਾਬ ਨਾਲ ਹੁਣ ਕਮਿਊਨਿਟੀ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਉਸ ਫੇਸ 'ਚੋਂ ਨਿਕਲ ਚੁੱਕੇ ਆ। ਸਹੀ ਹੈ, ਅਤੇ ਹੁਣ ਕਮਿਊਨਿਟੀ ਅਸਟੈਬਲਿਸ਼ ਹੋ ਗਈ ਹੈ ਤਾਂ ਅਸੀਂ ਕਮਿਊਨਿਟੀ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਅਸਟੈਬਲਿਸ਼ ਕਰਨ ਬਾਰੇ ਸੋਚੀਏ। ਬਿਲਕੁਲ, ਬਹੁਤ ਸਾਰੇ ਸਿੱਧੂ ਸਾਹਿਬ ਇੱਦਾਂ ਦੇ ਵੀ ਸਾਨੂੰ ਸਰੋਤੇ ਸਾਡੇ ਮਿਲਦੇ ਨੇ ਜਿਹੜੇ ਅਕਸਰ ਪ੍ਰੋਗਰਾਮਾਂ ਦੇ ਦੌਰਾਨ ਜਦੋਂ ਸਾਡੀ ਗੱਗਾ ਦੀ ਗੱਲਬਾਤ ਹੁੰਦੀ ਹੈ ਕਿਸੇ ਵੀ ਵਿਸ਼ੇ 'ਤੇ, ਅਤੇ ਉਹਨਾਂ ਦੁਆਰਾ ਜ਼ਰੂਰ ਜਿਤਾਇਆ ਜਾਂਦਾ ਇਹ 'ਚ ਆਪਣਾ ਇੰਟਰਸਟ ਕਿ ਆਪਾਂ ਕੁਛ ਕਰਨਾ ਚਾਹੁੰਦੇ ਹਾਂ, ਪਰ ਬਹੁਤ ਵਾਰੀ ਇਹ ਵੇਖਣ 'ਚ ਆਉਂਦਾ ਕਿ ਪਤਾ ਨਹੀਂ ਹੁੰਦਾ ਆਪਾਂ ਕੀ ਕਰਨਾ ਹਾਂਜੀ, ਕਿੱਦਾਂ ਕਰਨਾ, ਅਤੇ ਕਿਵੇਂ ਕਰ ਸਕਦੇ ਬਿਲਕੁਲ ਜੀ ਜੀ, ਟਾਈਮ ਹੈਗਾ ਸਾਡੇ ਕੋਲ, ਸਾਡੇ ਕੋਲ ਸਕਿੱਲ ਹੈਗਾ ਉਹਦੇ ਵਿੱਚ ਤੁਹਾਡੇ ਵਰਗੇ। ਹੁਣ ਤੁਸੀਂ ਮੇਰੇ ਬਾਰੇ ਤਾਂ ਕਹਿ ਤਾ ਕਿ ਮੈਂ ਵੀ ਵਲੰਟੀਅਰ ਹਾਂ, ਪਰ ਮੇਰੇ ਹਿਸਾਬ ਨਾਲ ਜਿੰਨਾ ਤੁਸੀਂ ਕੰਟਰੀਬਿਊਸ਼ਨ ਕਰ ਰਹੇ ਹੋ ਅਤੇ ਉਹ ਵੀ ਰੈਕੋਗਨਾਈਜ਼ ਕਰਨਾ ਬਣਦਾ ਹੈ ਕਿ ਹਰ ਰੋਜ਼ ਰੇਡੀਓ ਚਲਾਉਣਾ, ਸਵੇਰੇ ਪ੍ਰੋਗਰਾਮ ਕਰਨਾ, ਸ਼ਾਮੀ ਕਰਨਾ, ਸ਼ੁਕਰੀਆ, ਅਤੇ ਮੇਰੇ ਹਿਸਾਬ ਨਾਲ ਜੇ ਤੁਹਾਡੇ ਵਰਗੇ 1 ਜਾਂ 2 ਸਰੋਤੇ ਅੱਗੇ ਆ ਜਾਣ, ਸੋਰੀ, ਸਰੋਤਿਆਂ ਦੇ ਵਿੱਚੋਂ 1 ਜਾਂ 2 ਵਲੰਟੀਅਰਸ ਅੱਗੇ ਆ ਜਾਣ ਤਾਂ ਅਸੀਂ ਬਹੁਤ ਜ਼ਿਆਦਾ ਕੰਮ ਕਰ ਸਕਦੇ ਹਾਂ। ਸਿੱਧੂ ਸਾਹਿਬ, ਬਹੁਤ ਬਹੁਤ 1-2 ਦੀ ਆਪਾਂ ਗੱਲ ਕਰ ਰਹੇ ਹਾਂ, ਬਹੁਤ ਜ਼ਿਆਦਾ ਸਾਡੇ ਵੀਰ ਭਰਾ ਅੱਗੇ ਆਉਣ ਲਈ ਤਿਆਰ। ਅੱਛਾ ਜੀ, ਫਿਰ ਜਿਹੜੀ ਭੈਣਾਂ ਅੱਗੇ ਆਉਣ ਲਈ ਤਿਆਰ ਨੇ, ਜਿਹੜੀ ਤੁਸੀਂ ਗੱਲ ਕਹੀ ਹੈ, ਕਈ ਵਾਰੀ ਇੱਦਾਂ ਹੁੰਦਾ ਰਸਤਾ ਨਹੀਂ ਪਤਾ ਹੁੰਦਾ ਕਿ ਕੀ ਸਟੈਪਸ ਚੱਕਣੇ ਆ, ਉੱਥੇ ਅਸੀਂ ਤੁਹਾਡਾ ਅਤੇ ਮੇਰਾ ਐਕਸਪੀਰੀਅੰਸ ਯੂਜ਼ ਕਰ ਸਕਦੇ ਹਾਂ। ਬਿਲਕੁਲ, ਹੈ ਨਾ, ਜੋ ਸਾਡੇ ਨੈਟਵਰਕਿੰਗ ਹੈ, ਕੰਟੈਕਟਸ ਹੈ, ਜਾਂ ਜਿਹੜੇ ਅਸੀਂ ਇੰਨੇ 10 ਸਾਲ ਤੋਂ ਪ੍ਰੋਜੈਕਟ ਚਲਾਏ ਨੇ ਉਹਨਾਂ ਦਾ ਅਸੀਂ ਯੂਜ਼ ਕਰਕੇ। ਅਤੇ ਇੱਕ ਚੀਜ਼ ਮੈਂ ਜੇ ਕਹਾਂ ਕਿ ਜਿਹੜਾ ਪੰਜਾਬੀ ਲੈਂਗੁਏਜ ਦਾ ਅਸੀਂ ਜੇ ਵਰਕਿੰਗ ਗਰੁੱਪ ਲਈ ਐਕਸਪ੍ਰੈਸ਼ਨ ਆਫ ਇੰਟਰਸਟ ਮੰਗੀ ਹੈ ਸਰੋਤਿਆਂ ਨੂੰ, ਕਿ ਬਾਕੀ ਇੱਕ ਤਾਂ ਮੈਂ ਤੁਹਾਨੂੰ ਦੱਸ ਵੀ ਦਾਂ ਕਿ ਅਗਲਾ ਜਿਹੜਾ ਆਪਣਾ ਪ੍ਰੋਗਰਾਮ ਹੈ 10 ਅਕਤੂਬਰ ਨੂੰ ਹੈ 6 ਵਜੇ ਜੀ, ਅਤੇ ਉਦੋਂ ਤੋਂ ਹੁਣ ਤੋਂ ਲੈ ਕੇ ਉਦੋਂ ਤੱਕ ਜੇ ਸਰੋਤੇ ਕੋਈ ਪੰਜਾਬੀ ਕਲਾਸਿਸ ਨੂੰ ਮੈਲਬਨ 'ਚ ਕਿਤੇ ਵੀ ਸਟਾਰਟ ਤੁਸੀਂ ਕਰਨਾ ਚਾਹੁੰਦੇ ਹੋ ਜੀ, ਚਾਹੇ ਉਹ ਐਜ਼ ਏ ਵਲੰਟੀਅਰ, ਚਾਹੇ ਉਹ ਜਿਹੜਾ ਕਿ ਗਵਰਨਮੈਂਟ ਵੱਲੋਂ ਕੁਛ ਆਈ ਥਿੰਕ ਉਹਦੇ 'ਚ ਸਪੋਰਟ ਮਿਲਦੀ ਹੈ ਉਹਦੇ ਥਰੂ, ਜਾਂ VC ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀਆਂ ਕਲਾਸਿਸ ਸਟਾਰਟ ਕਰਾਉਣਾ ਚਾਹੁੰਦੇ ਹੋ ਕਿਸੇ ਸਕੂਲ ਦੇ ਵਿੱਚ। ਬਿਲਕੁਲ ਜੀ, ਚਾਹੇ ਸਿੱਧੂ ਸਾਹਿਬ ਮੈਂ ਕਹਿੰਦਾ, ਚਾਹੇ ਕਿਸੇ ਨੇ ਮੰਨ ਲਓ ਕੰਮ ਨਹੀਂ ਹੈਗਾ ਹਾਂਜੀ ਕਿਸੇ ਕੋਲ ਹਾਂਜੀ, ਅਤੇ ਕੋਈ ਪੇਡ ਵੀ ਕਰਨਾ ਚਾਹੁੰਦਾ, ਅਤੇ ਕੋਈ ਇੱਦਾਂ ਦਾ ਸਾਡੇ ਸਰੋਤੇ, ਇੱਦਾਂ ਦੇ ਸਾਡੇ ਭਾਈਚਾਰੇ 'ਚ ਲੋਕ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਪਰ ਉਹ ਪੈਸਾ ਲਾ ਸਕਦੇ ਨੇ, ਬਿਲਕੁਲ ਇੱਦਾਂ ਦਾ ਵੀ ਕੁਛ ਨਾ ਕੁਛ ਘੱਟੋ ਘੱਟ ਥੋੜ੍ਹੇ ਥੋੜ੍ਹੇ ਕੰਟਰੀਬਿਊਸ਼ਨ ਦੇਣਾ, ਬੱਚੇ ਨੂੰ ਖੋਣ ਤੋਂ ਤਾਂ ਚੰਗਾ ਹੈ ਨਾ, ਬਿਲਕੁਲ, ਕਲਚਰ ਬਿਲਕੁਲ ਹੀ ਭੁੱਲ ਜਾਂਦੇ ਬੱਚੇ, ਬਿਲਕੁਲ ਹਾਂਜੀ, ਆਪਾਂ ਬੱਚਿਆਂ ਨੂੰ ਹੋਰ ਵੀ ਜਿੱਥੇ ਕਿਤੇ ਭੇਜਦੇ ਹਾਂ ਆਪਾਂ ਸਕੂਲਾਂ ਦੇ ਵਿੱਚ ਚਾਈਲਡ ਕੇਅਰ ਦੇ ਵਿੱਚ ਭੇਜਦੇ ਹਾਂ, ਜਾਂ ਹੋਰ ਆਪਾਂ ਕਲਾਸਿਸ ਲਵਾਉਂਦੇ ਹਾਂ, ਆਪਾਂ ਜਿਮ ਭੇਜਦੇ ਹਾਂ, ਜਾਂ ਆਪਾਂ ਡਾਂਸ ਕਲਾਸਿਸ ਲਵਾਉਂਦੇ ਹਾਂ, ਬਿਲਕੁਲ ਉੱਥੇ ਵੀ ਸਾਡੇ ਥੋੜ੍ਹੇ ਥੋੜ੍ਹੇ ਪੈਸੇ ਜ਼ਰੂਰ ਲੱਗਦੇ ਆ, ਅਤੇ ਇਸ ਪਾਸੇ ਵੀ ਜ਼ਰੂਰ ਬਿਲਕੁਲ ਧਿਆਨ ਦੇਣਾ ਚਾਹੀਦਾ। ਮੈਂ ਤੁਹਾਡੇ ਰੇਡੀਓ ਦੇ ਜ਼ਰੀਏ ਮੈਂ ਸਰੋਤਿਆਂ ਨੂੰ ਇੱਕ ਰਿਕੁਐਸਟ ਕਰੂੰਗਾ ਕਿ ਜੇ 1, 2, 4, 10 ਜਿੰਨੇ ਵੀ ਐਕਸਪ੍ਰੈਸ਼ਨ ਆਫ ਇੰਟਰਸਟ ਆਉਣ ਤੁਹਾਡੇ ਕੋਲ ਆ ਜਾਣ, ਚਾਹੇ ਮੇਰੀ ਤੁਸੀਂ ਈਮੇਲ ਫੇਸਬੁੱਕ 'ਤੇ ਪਾ ਦਿਓ, ਇਹ ਪੰਜਾਬੀ ਲੈਂਗੁਏਜ ਦੀ ਵਰਕਿੰਗ ਗਰੁੱਪ ਅਸਟੈਬਲਿਸ਼ ਕਰਨਾ ਸੀ ਜੀ, 10 ਅਕਤੂਬਰ ਤੋਂ ਬਾਅਦ ਮੀਟਿੰਗ ਕਰ ਲਈ ਅਗਲੇ ਪ੍ਰੋਗਰਾਮ ਤੋਂ ਬਾਅਦ, ਅਤੇ ਮੇਰੇ ਕੋਲ ਵੀ ਕਾਫੀ ਨਾਮ ਹੈਗੇ ਨੇ ਜਿੱਦਾਂ ਕਿ ਮੈਡਮ ਹਰਸੰਤ ਕੌਰ ਨੇ, ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚ ਜਿਹੜੀ ਸਾਇੰਸ ਦੀਆਂ ਪੰਜਾਬੀ 'ਚ ਬੁੱਕਸ ਲਿਖਦੇ ਸੀ ਅਤੇ ਉਹਨਾਂ ਦੇ ਉਹ ਐਡੀਟਰ ਹੁੰਦੇ ਸੀ, ਅਤੇ ਬਹੁਤ ਸੀਨੀਅਰ ਪੋਸਟ ਇੱਥੇ ਰਹਿੰਦੇ ਨੇ ਅੱਜ ਕੱਲ੍ਹ, ਅਤੇ ਉਹਨਾਂ ਨੂੰ ਇਨਵੋਲਵ ਕਰ ਲਾਂਗੇ, ਹੋਰ ਲੋਕਾਂ ਨੂੰ ਇਨਵੋਲਵ ਕਰ ਲਾਂਗੇ ਜੀ, ਪਹਿਲੀ ਮੀਟਿੰਗ ਕਰਕੇ ਫਿਰ ਸਰੋਤਿਆਂ ਨੂੰ ਅਸੀਂ ਇਨਫੋਰਮ ਕਰ ਦਾਂਗੇ ਕਿ ਵਰਕਿੰਗ ਗਰੁੱਪ ਕੀ ਕਰ ਰਿਹਾ। ਬਿਲਕੁਲ ਜੀ, ਇੱਕ ਵਾਰੀ ਸ਼ੁਰੂਆਤ ਦੀ ਗੱਲ ਹੁੰਦੀ, ਹਾਂਜੀ, ਇੱਕ ਵਾਰੀ ਨੀਂਹ ਪੱਥਰ ਰੱਖਿਆ ਜਾਵੇ, ਸ਼ੁਰੂਆਤ ਹੋ ਜਾਵੇ, ਫਿਰ ਉਸ ਤੋਂ ਬਾਅਦ ਬੜੇ ਚਿਹਰੇ ਸਾਹਮਣੇ ਆ ਜਾਂਦੇ, ਹਾਂਜੀ,
ਕੱਲੇ ਜਿੰਨਾ ਚਿਰ ਆਪਾਂ ਨੂੰ ਅੱਗੇ ਕੁਛ ਦਿਖ ਨਾ ਰਿਹਾ ਹੋਵੇ, ਉਹਨਾਂ ਹਾਂਜੀ ਚਿਰ ਆਪਾਂ ਸੋਚਦੇ ਹਾਂ ਕਿ ਪਤਾ ਨਹੀਂ ਕਿੱਦਾਂ ਆਉਣਾ, ਕਿਵੇਂ ਕਰਨਾ. ਬਿਲਕੁਲ ਇੱਕ ਵਾਰੀ ਸ਼ੁਰੂਆਤ ਦੀ ਗੱਲ ਹੈ ਜੀ, ਜਿਹੜੇ ਜਿਨ੍ਹਾਂ ਨੇ ਪਹਿਲਾਂ ਅੱਗੇ ਲੱਗਣਾ, ਜਿਨ੍ਹਾਂ ਨੇ ਪਹਿਲਾਂ ਅੱਗੇ ਆ ਕੇ ਮੱਲ ਮਾਰਨੀ ਆ, ਉਹਨਾਂ ਦਾ ਨਾਂ ਜਿਹੜਾ ਉਹ ਹਮੇਸ਼ਾ ਪਹਿਲਾਂ ਹੀ ਰਹਿਣਾ. ਬਿਲਕੁਲ ਰਹਿਣਾ. ਅਤੇ ਮੈਂ ਫਿਰ ਦੁਬਾਰਾ ਰਿਪੀਟ ਕਰ ਦਿੰਦਾ ਕਿ ਲੈਂਗੁਏਜ ਕਲਾਸ ਜਿਹੜੀ ਹੈ ਉਹਦੇ 'ਚ ਕੀ ਉਹਦੇ ਰੂਪਰੇਖਾ ਹੁੰਦੀ ਹੈ. ਜੀ, ਇੱਕ ਤਾਂ ਵੀਕਐਂਡ 'ਤੇ ਕਲਾਸਾਂ ਲੱਗਦੀਆਂ, ਹਾਂਜੀ, ਜਿਹਦੇ 'ਚ ਕਿ ਵਲੰਟੀਅਰ ਤੁਸੀਂ ਪੜ੍ਹਾ ਸਕਦੇ ਹੋ ਬੇਸਿਕ ਪੰਜਾਬੀ ਜਿਹੜੀ ਹੈ, ਜੀ, ਲਿਖਣੀ, ਬੋਲਣੀ, ਪੜ੍ਹਨੀ. ਦੂਸਰਾ ਹੈ ਜਿਹੜਾ ਕਿ ਗੌਰਮੈਂਟ ਵੱਲੋਂ ਸਪੋਰਟ ਮਿਲਦੀ ਹੈ, ਉਹਦੇ ਵਿੱਚ ਮੇਰੇ ਹਿਸਾਬ ਨਾਲ $190 ਪਰ ਪਰਸਨ ਜਿਹੜਾ ਇੱਕ ਬੱਚੇ ਦਾ ਸਾਲ ਦਾ ਮਿਲਦਾ, ਉਹ ਜੇ 50 ਬੱਚੇ ਇਕੱਠੇ ਹੋ ਗਏ ਤਾਂ ਥੋੜ੍ਹਾ ਖਰਚਾ ਵੀ ਨਿਕਲ ਜਾਂਦਾ. ਜੀ, ਉਹਦੇ ਵਿੱਚ ਕੌਂਸਲ ਤੋਂ ਗ੍ਰਾਂਟਸ ਵੀ ਮਿਲ ਜਾਂਦੀਆਂ, ਥੋੜ੍ਹੀ ਵੈਨਿਊ ਦੀ ਸਪੋਰਟ ਹੈ, ਜਾਂ ਅਸੀਂ ਬੇਸਿਕਲੀ ਗੁਰਦੁਆਰਾ ਸਾਹਿਬ 'ਚ ਵੀ ਚੱਲ ਸਟਾਰਟ ਕਰ ਸਕਦੇ ਹਾਂ. ਟਾਰਨੇਟ ਗੁਰਦੁਆਰਾ ਸਾਹਿਬ ਹੈ, ਪਲੰਟਨ ਹੈ, ਅਪਰ ਕ੍ਰੋਸਿੰਗ ਹੈ. ਮੇਰੇ ਹਿਸਾਬ ਨਾਲ ਟਾਰਨੇਟ ਗੁਰਦੁਆਰਾ ਸਾਹਿਬ ਅਤੇ ਇਹਨਾਂ ਦੀ ਕਮੇਟੀਜ਼ ਜਿਹੜੀਆਂ ਨੇ ਇਹ ਹਮੇਸ਼ਾ ਹੀ ਬੜੀਆਂ ਪ੍ਰੋਗਰੈਸਿਵ ਥਿੰਕਿੰਗ ਰਹੀਆਂ, ਅਤੇ ਉੱਥੇ ਅਸੀਂ ਸਟਾਰਟ ਕਰ ਲਾਂਗੇ, ਵੈਨਿਊ ਦੀ ਲੋੜ ਹੀ ਨਹੀਂ ਹੈ. ਜੀ, ਸਿਰਫ ਅਤੇ ਸਿਰਫ ਵਲੰਟੀਅਰਸ ਨੂੰ ਗਿਆਨ ਦੀ ਲੋੜ ਹੈ ਮੇਰੇ ਹਿਸਾਬ ਨਾਲ. ਜੋ ਮੇਰਾ ਐਕਸਪੀਰੀਅੰਸ ਹੈ, 4 to 6 ਵਲੰਟੀਅਰ ਸਾਨੂੰ ਚਾਹੀਦੇ ਨੇ, ਅਤੇ ਬੱਚੇ ਆਉਣੇ ਸ਼ੁਰੂ ਹੋ ਜਾਣਗੇ. ਦੋਨਾਂ ਗੁਰਦੁਆਰਾ ਸਾਹਿਬ 'ਚ ਅਸੀਂ ਇਹ ਕਲਾਸ ਸਟਾਰਟ ਕਰ ਸਕਦੇ ਹਾਂ. ਅਤੇ ਇੱਕ ਉਹ ਹੋ ਗਈ, ਅਤੇ ਦੂਸਰਾ ਹੈ VC ਦੇ ਵਿੱਚ ਐਕਨੋਲੇਜ ਜਿਹੜੀ ਰੈਕੋਗਨਾਈਜ਼ ਲੈਂਗੁਏਜ ਹੈ ਉਹਦੇ ਲਈ ਥੋੜ੍ਹਾ ਜਿਹਾ ਭੱਜ ਦੌੜ ਕਰਨੀ ਪੈਣੀ ਹੈ, ਉਹ ਅਸੀਂ ਗਵਰਨਮੈਂਟ ਡਿਪਾਰਟਮੈਂਟਸ ਨੂੰ ਮੀਟਿੰਗ ਕਰਾਂਗੇ. ਬਿਲਕੁਲ, ਹਾਂਜੀ, ਬਹੁਤ ਵਧੀਆ ਜੀ. ਅਤੇ ਮੇਰੇ ਖਿਆਲ ਦੇ ਨਾਲ ਸਿੱਧੂ ਸਾਹਿਬ, ਪਹਿਲਾਂ ਮੈਂ ਹਲਕਾ ਜਿਹਾ ਇੱਕ ਦਿਨ ਜ਼ਿਕਰ ਕੀਤਾ ਸੀ, ਅਤੇ ਸਾਡੇ ਇੱਕ ਦੋ ਵਲੰਟੀਅਰ ਨੇ ਜਿਨ੍ਹਾਂ ਨੇ ਇੰਟਰਸਟ ਜਿਤਾਇਆ ਵੀ ਹੈ. ਵਿਕਰਮ ਜੀ ਸਾਡੇ ਬੜੇ ਸਾਡੇ ਪਹਿਲੇ ਦਿਨ ਤੋਂ ਸਾਡੇ ਲਿਸਨਰ ਨੇ. ਅੱਛਾ ਜੀ. ਅਤੇ ਬੜਾ ਵਧੀਆ ਇਹਨਾਂ ਦਾ ਸੁਭਾਅ ਜੀ, ਅਤੇ ਇਹਨਾਂ ਨੇ ਇੰਟਰਸਟ ਜਿਤਾਇਆ ਵੀ ਆ ਕਾਫੀ ਦਿਨਾਂ ਦਾ, ਕਿ ਪੰਜਾਬੀ ਅਤੇ ਹਿੰਦੀ ਦੀ ਲੈਂਗੁਏਜ ਕਿਸੇ ਨੇ ਵੀ ਸਿੱਖਣੀ ਹੋਵੇ, ਬੱਚਿਆਂ ਨੇ ਸਿੱਖਣੀ ਹੋਵੇ ਜਾਂ ਬਜ਼ੁਰਗਾਂ ਨੇ ਸਿੱਖਣੀ ਹੋਵੇ ਜਾਂ ਕਿਸੇ ਵੀ ਕੈਟੇਗਰੀ ਨੇ, ਤੇ ਇਹ ਅੱਗੇ ਆਉਣ ਲਈ ਤਿਆਰ ਨੇ. ਬਹੁਤ ਵਧੀਆ ਵੀ ਇਦਾਂ ਦੇ ਬਹੁਤ ਸਾਰੇ ਨੌਜਵਾਨ ਸਾਡੇ ਭੈਣ ਸਾਡੇ ਭਰਾ ਇੰਟਰਸਟ ਜਿਤਾ ਰਹੇ ਨੇ. ਮੇਰੀ ਗੱਲ ਹੋਈ ਸੀ ਕੁਲਵੰਤ ਜੋਸ਼ੀ ਜੀ ਦੇ ਨਾਲ, ਜੋ ਕਿ ਰੌਕ ਬੈਂਕ ਜਿਹੜਾ ਸ਼੍ਰੀ ਦੁਰਗਾ ਟੈਂਪਲ ਉਹਦੇ ਪ੍ਰੈਜ਼ੀਡੈਂਟ ਨੇ ਜੀ, ਤੇ ਉਹਨਾਂ ਨੇ ਮੰਦਿਰ ਦੇ ਜਿਹੜਾ ਵੈਨਿਊ ਹੈ ਉਹ ਦੋਨੋਂ ਪੰਜਾਬੀ ਚਾਹੇ ਹਿੰਦੀ ਚਾਹੇ ਕਿਸੇ ਵੀ ਲੈਂਗੁਏਜ ਦੇ ਲਈ ਤੁਸੀਂ ਕਲਾਸ ਰਨ ਕਰਨੀ, ਉਹਦੇ ਲਈ ਵੈਨਿਊ ਆਫਰ ਕਰ ਦਿੱਤਾ ਹੋਇਆ. ਬਹੁਤ ਵਧੀਆ. ਮੰਦਿਰ ਦਾ ਇਨਫਰਾਸਟ੍ਰਕਚਰ ਬਹੁਤ ਲਾਰਜ ਸਕੇਲ 'ਤੇ ਡਿਵੈਲਪ ਹੋ ਰਿਹਾ, ਕਮਰੇ ਵੀ ਬਣ ਰਹੇ ਆ, ਮੀਟਿੰਗ ਰੂਮ ਸਭ ਕੁਝ ਹੈਗਾ ਜੀ, ਅਤੇ ਉਹ ਮੰਦਿਰ ਵੀ ਪ੍ਰੋਵਾਈਡ ਕਰੇਗਾ ਗੁਰਦੁਆਰਿਆਂ ਤੋਂ ਇਲਾਵਾ. ਬਹੁਤ ਵਧੀਆ. ਹਾਂਜੀ, ਬਹੁਤ ਵਧੀਆ. ਹਾਂਜੀ, ਬਹੁਤ ਸੋਹਣੀ ਗੱਲ ਹੈ ਜੀ. ਅਤੇ ਸਿੱਧੂ ਸਾਹਿਬ, ਅਗਲਾ ਜਿਹੜਾ ਇਹ ਤਾਂ ਹੋ ਗਿਆ ਸਾਡਾ ਲੈਂਗੁਏਜ ਦੇ ਲਈ ਵਰਕਿੰਗ ਗਰੁੱਪ. ਇਸ ਤੋਂ ਇਲਾਵਾ ਇੱਕ ਅਗਲਾ ਜਿਹੜਾ ਗਰੁੱਪ ਦੀ ਤੁਸੀਂ ਗੱਲ ਕੀਤੀ ਹੈ, ਯੰਗ ਵੁਮੈਨਸ. ਹਾਂਜੀ, ਬਿਲਕੁਲ. ਅਤੇ ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ. ਬਿਲਕੁਲ. ਅਤੇ ਜਿਹੜਾ ਵਰਕਿੰਗ ਗਰੁੱਪ ਹੈ ਉਹਦੇ ਬਾਰੇ ਜੇ ਕਿਸੇ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਭੇਜਣਾ ਹੈ, ਉਹਦਾ ਇੱਕ ਤਾਂ ਤਰੀਕਾ ਕਿ ਤੁਹਾਡੇ ਰੇਡੀਓ ਸਟੇਸ਼ਨ 'ਤੇ ਮੈਸੇਜ ਭੇਜ ਦੇਣ ਜੀ, ਜਾਂ ਉਹ ਮੈਨੂੰ ਵੀ ਭੇਜ ਸਕਦੇ ਆ, ਮੇਰਾ ਫੇਸਬੁੱਕ ਟੈਗ ਤੁਸੀਂ ਕੀਤਾ ਅਤੇ ਉਹਦੇ ਥਰੂ, ਜਾਂ ਮੇਰੀ ਜਿਹੜੀ ਈਮੇਲ ਹੈ sidhu.jasvinder SIDHU.jasvinder ਚ ਵੀ ਪੈਂਦਾ JASVINDER@hotmail.com, ਤਾਂ ਜੋ ਮੈਂ ਡਾਟਾਬੇਸ ਬਣਾ ਕੇ ਅਤੇ ਮੀਟਿੰਗ ਜਿਹੜੀ ਹੈ ਅਤੇ ਉਹਦੇ ਵਿੱਚ ਅਸੀਂ, ਹਾਂਜੀ, ਉਹ ਯੂਜ਼ ਕਰ ਲਓ. ਰੇਂਜ ਹੋ ਸਕਦੀ. ਹਾਂਜੀ, ਬਿਲਕੁਲ ਜੀ. ਮੈਂ ਇੱਕ ਵਾਰੀ ਦੁਬਾਰਾ ਦੱਸਦਿਆਂ, ਤੁਸੀਂ ਫੇਸਬੁੱਕ 'ਤੇ ਸਾਡੇ ਸਾਰੇ ਸਰੋਤੇ ਮੌਜੂਦ ਹੁੰਦੇ ਨੇ, ਹਰ ਇੱਕ ਬੰਦੇ ਕੋਲ ਅੱਜ ਕੱਲ੍ਹ ਫੇਸਬੁੱਕ ਹੈਗਾ. ਹਾਂਜੀ. ਸੋ ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਸਰਚ ਮਾਰੋ ਜਸਵਿੰਦਰ ਸਿੱਧੂ ਜੀ ਦੇ ਨਾਂ 'ਤੇ, JASVW ਪਾਇਓ, W ਨਾ ਪਾਇਓ, ਵੀ ਫੋਰ ਵਿਕਟੋਰੀਆ, ਕਿਉਂਕਿ ਵਿਕਟੋਰੀਆ ਦੇ ਵਿੱਚ ਇਹ ਕੰਮ ਕਰ ਰਹੇ ਨੇ, ਇਸ ਕਰਕੇ ਵੀ ਪਾਉਣੀ ਬਣਦੀ. ਨਹੀਂ, ਉਹਦਾ ਕਾਰਨ ਕੋਈ ਹੋਰ ਹੀ ਸੀਗਾ, ਉਹ ਜਦੋਂ 10ਵੀਂ ਦਾ ਸਰਟੀਫਿਕੇਟ ਬਣਦਾ ਸੀ ਤੇ ਉਸ ਟਾਈਮ ਟੀਚਰ ਨੇ ਜੋ ਸਪੈਲਿੰਗ ਲਿਖਤੇ ਉਹੀ ਰਹਿ ਗਏ. ਹਾਂਜੀ. ਇੱਕ ਮੈਂ ਹੋਰ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਸਵੇਰੇ ਸ਼ੁੱਕਰਵਾਰ ਦਾ ਦਿਨ, ਕੱਲ੍ਹ ਹੀ ਸਵੇਰੇ ਆਪਾਂ ਪ੍ਰੋਗਰਾਮ ਕਰ ਰਹੇ ਸੀ ਅਤੇ ਸਾਡੇ ਇੱਕ ਸਰੋਤੇ, ਉਹਨਾਂ ਨੇ ਕਾਲ ਕੀਤੀ, ਟੀਚਰ ਸੀ ਉਹ ਇੰਡੀਆ ਦੇ ਵਿੱਚ, ਅਤੇ ਉਹਨਾਂ ਨੇ ਸਾਨੂੰ ਦੱਸਿਆ, ਕਹਿੰਦੇ ਮੇਰੇ ਕੋਲ 20 ਬੱਚਿਆਂ ਦਾ ਗਰੁੱਪ ਆਇਆ ਪੜ੍ਹਨ ਦੇ ਲਈ, ਅਤੇ 20ਆਂ ਦੀ ਡੇਟ ਆਫ ਬਰਥ ਸੇਮ, ਅਤੇ ਉਹ ਚੀਜ਼ ਅਕਸਰ ਹੀ ਵੇਖਣ ਦੇ ਵਿੱਚ ਆਉਂਦੀ ਆਪਣੇ ਇੰਡੀਆ ਦੇ ਵਿੱਚ, ਬੜਿਆਂ ਦੇ ਅੱਖਰ ਜਿਹੜੇ ਆ ਉਹ. ਮੇਰਾ ਖੁਦ ਯਈਏ ਤੋਂ ਜਿੱਜਾ ਹੋ ਗਿਆ ਸੀ. ਸੋ ਇਹ ਚੀਜ਼ਾਂ ਆਮ ਨੇ ਜੀ. ਅਤੇ ਮੈਂ ਕਰੀ ਦੁਬਾਰਾ ਤੁਹਾਨੂੰ ਦੱਸਦਿਆਂ ਜੀ, ਫੇਸਬੁੱਕ ਦੇ ਉੱਤੇ ਜਸਵਿੰਦਰ ਸਿੱਧੂ ਜੀ, ਵੀ ਦੇ ਨਾਲ JASVINDER, ਸਿੱਧੂ ਜੀ ਦੇ ਫੇਸਬੁੱਕ ਦਾ ਤੁਸੀਂ ਸਰਚ ਮਾਰੋ, ਅਤੇ ਉਹਦੇ ਉੱਤੇ ਜਾ ਕੇ ਤੁਸੀਂ ਕੋਈ ਵੀ ਤੁਹਾਡਾ ਇੰਟਰਸਟ ਆ ਇਹਨਾਂ ਚੀਜ਼ਾਂ ਨੂੰ ਲੈ ਕੇ, ਤੁਸੀਂ ਲੈਂਗੁਏਜ ਦੇ ਵਿੱਚ ਕੋਈ ਵੀ ਐਜ਼ ਏ ਵਲੰਟੀਅਰ ਜਾਂ ਪੇਡ ਵੀ ਤੁਸੀਂ ਯੋਗਦਾਨ ਪਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਉੱਤੇ ਆਪਣਾ ਇੰਟਰਸਟ ਜਿਤਾ ਸਕਦੇ ਹੋ. ਨਾਲ ਦੀ ਨਾਲ ਜੇਕਰ ਰੇਡੀਓ ਹਾਂਜੀ ਦੇ ਫੇਸਬੁੱਕ ਪੇਜ ਦੇ ਉੱਤੇ ਤੁਸੀਂ ਮੈਸੇਜ ਕਰੋ, ਅਤੇ ਤਾਂ ਵੀ ਕੋਈ ਚੱਕਰ ਨਹੀਂ, ਤਾਂ ਵੀ ਆਪ ਤੁਹਾਡੀ ਜਿਹੜੀ ਤੁਸੀਂ ਸਮਝੋ ਕਿ ਤੁਹਾਡੀ ਕੁਐਰੀ ਜਿਹੜੀ ਆ ਉਹ ਬਿਲਕੁਲ ਟਿਕਾਣੇ ਪਹੁੰਚੀ. ਅਤੇ ਈਮੇਲ ਵੀ ਕਰ ਸਕਦੇ ਜੇ ਤੁਸੀਂ, ਰੇਡੀਓ ਹਾਂਜੀ ਦੇ ਪੇਜ ਦੇ ਉੱਤੇ ਈਮੇਲ ਕਰ ਲਓ ਜੀ, info@haanji.com.au. ਐਚ ਦੇ ਨਾਲ AA ਪਾਉਣੀ ਨਾ ਭੁੱਲਿਓ, HAANJI. ਇੱਕ ਇਹ ਪ੍ਰਦੇਸ਼ ਵਾਲੀ ਅਤੇ ਇੱਕ ਇਹ ਦੇਸ਼ ਵਾਲੀ, ਇੱਕ ਇੰਡੀਆ ਵਾਲੀ
ਅਤੇ ਇੱਕ ਆਸਟ੍ਰੇਲੀਆ ਵਾਲੀ, ਦੋਵੇਂ ਆ ਪਾ ਕੇ, ਅਤੇ ਫਿਰ ਹਾਂਜੀ ਸੋ info@haanji.com.au ਦੇ ਉੱਤੇ ਈਮੇਲ ਕਰ ਸਕਦੇ ਜੇ, ਜਾਂ ਤੁਸੀਂ ਜਸਵਿੰਦਰ ਸਿੱਧੂ ਜੀ ਨੂੰ ਈਮੇਲ ਕਰ ਸਕਦੇ ਜੇ, ਇਹਨਾਂ ਦੇ ਫੇਸਬੁੱਕ ਪੇਜ ਦੇ ਉੱਤੋਂ ਇਹਨਾਂ ਦੀ ਡਿਟੇਲਸ ਤੁਸੀਂ ਲੈ ਸਕਦੇ ਹੋ। ਅਤੇ ਅਗਲਾ ਜਿਹੜਾ ਪ੍ਰੋਗਰਾਮ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸੀ ਜਾਂਦੇ ਹਾਂ ਜੀ, ਮਹੀਨੇ ਸੋਰੀ ਅਗਲੇ ਮਹੀਨੇ ਅਕਤੂਬਰ 10 ਨੂੰ ਦੁਬਾਰਾ ਜਸਵਿੰਦਰ ਸਿੱਧੂ ਜੀ ਦਾ ਪ੍ਰੋਗਰਾਮ ਹੋਏਗਾ ਰੇਡੀਓ ਹਾਂਜੀ 'ਤੇ, ਇਸੇ ਟਾਈਮ ਇਸੇ ਦਿਨ ਯਾਨੀ ਕਿ ਸ਼ਨੀਵਾਰ 6 ਵਜੇ। ਅਤੇ ਉਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਦੁਬਾਰਾ ਜੇਕਰ ਕੋਈ ਸਵਾਲ ਜਵਾਬ ਤੁਹਾਡਾ ਹੋਵੇ ਜਾਂ ਤੁਹਾਡਾ ਕੋਈ ਇੰਟਰਸਟ ਹੋਵੇ ਇੱਦਾਂ ਦੇ ਕੰਮਾਂ 'ਚ, ਕੋਈ ਕਮਿਊਨਿਟੀ ਦੇ ਕੰਮਾਂ ਦੇ ਵਿੱਚ, ਤਾਂ ਉਹ ਤੁਸੀਂ ਦੁਬਾਰਾ ਸਾਂਝ ਪਾ ਸਕਦੇ ਜੇ। ਮੈਂ ਕਰੀ ਨੰਬਰ ਵੀ ਆਪਣੇ ਤੁਹਾਨੂੰ ਨੋਟ ਕਰਵਾ ਦਿਆਂ ਜੀ, 0447171674। ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਜੇ ਕੋਈ ਵੀ ਕਿਸੇ ਕਿਸਮ ਦਾ ਤੁਹਾਡਾ ਸਵਾਲ ਹੋਵੇ। ਕਾਲਸ ਅਸੀਂ ਫਿਲਹਾਲ ਹਾਲੇ ਨਹੀਂ ਲੈ ਰਹੇ ਕਿਉਂਕਿ ਕਈ ਸਾਰੀਆਂ ਸਾਡੀਆਂ ਕੰਮ ਦੀਆਂ ਗੱਲਾਂ ਜਿਹੜੀਆਂ ਨੇ ਉਹ ਵਿੱਚ ਮਿਸ ਹੋ ਜਾਂਦੀਆਂ ਵਾ। ਜਦੋਂ ਇੱਕ ਵਾਰੀ ਕਾਲਸ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਦੇ ਲਾਸਟ ਵਿੱਚ, ਆਪਾਂ ਜ਼ਰੂਰ ਥੋੜ੍ਹਾ ਜਿਹਾ ਕਾਲਸ ਲਈ ਟਾਈਮ ਰੱਖਾਂਗੇ ਜੇਕਰ ਤੁਸੀਂ ਕੋਈ ਸਵਾਲ ਜਵਾਬ ਤੁਸੀਂ ਕਰਨਾ ਚਾਹੁੰਦੇ ਜੇ। ਫਿਲਹਾਲ ਤੁਸੀਂ ਮੈਸੇਜ ਕਰ ਸਕਦੇ ਹੋ 0447171674, 1674 ਸਾਡੀ ਫ੍ਰੀਕੁਐਂਸੀ, ਅਤੇ ਉਸ ਤੋਂ ਪਹਿਲਾਂ 4477। ਅਤੇ ਅਗਲਾ ਜਿਹੜਾ ਸਾਡਾ ਗਰੁੱਪ ਹੈ ਜੀ, ਕਾਫੀ ਇਹ ਡਿਫਰੈਂਟ ਗਰੁੱਪ ਰਨ ਕਰ ਰਹੇ ਨੇ, ਇਕੱਲੇ ਲੈਂਗੁਏਜ ਨੂੰ ਲੈ ਕੇ ਨਹੀਂ, ਹੋਰ ਵੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇਹ ਕੰਮਕਾਰ ਕਰ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਉਹਨਾਂ ਦੇ ਉੱਤੇ ਆਪਾਂ ਚਰਚਾ ਕੀਤਾ ਸੀ ਜਿਹੜੇ ਇਹ ਪਹਿਲਾਂ ਕੰਮ ਕਰ ਚੁੱਕੇ ਨੇ, ਅਤੇ ਹੋਰ ਵੀ ਜਿਹੜੇ ਗਰੁੱਪ ਇਹ ਰਨ ਕਰ ਰਹੇ ਨੇ ਉਹਨਾਂ ਬਾਰੇ ਵੀ ਅੱਜ ਆਪਾਂ ਚਰਚਾ ਕਰਾਂਗੇ। ਅਗਲਾ ਜਿਹੜਾ ਗਰੁੱਪ ਦੇ ਬਾਰੇ ਆਪਾਂ ਚਰਚਾ ਕਰਾਂਗੇ ਉਹ ਹੈ ਜੀ ਯੰਗ ਵੁਮੈਨ। ਇਹਨਾਂ ਨੇ ਨਵਾਂ ਇੱਕ ਗਰੁੱਪ ਬਣਾਇਆ ਯੰਗ ਵੁਮੈਨ ਗਰੁੱਪ। ਜਿਹੜੇ ਸਰੋਤੇ ਲੇਟ ਜੁੜੇ ਨੇ ਉਹਨਾਂ ਨੂੰ ਮੈਂ ਦੱਸ ਦਿਆਂ, ਗੱਲਬਾਤ ਸਾਡੀ ਚੱਲ ਰਹੀ ਆ ਜਸਵਿੰਦਰ ਸਿੱਧੂ ਜੀ ਦੇ ਨਾਲ, ਜਿਹੜੇ ਕਿ ਇੱਕ ਬਹੁਤ ਹੀ ਐਕਟਿਵ ਕਮਿਊਨਿਟੀ ਵਰਕਰ ਨੇ, ਨਾਲ ਦੀ ਨਾਲ ਲੇਬਰ ਪਾਰਟੀ ਦੇ ਪੋਲੀਟੀਕਲ ਐਡਵਾਈਜ਼ਰ ਨੇ, ਅਤੇ ਨਾਲ ਦੀ ਨਾਲ ਸੇਵਾ ਨਿਭਾ ਰਹੇ ਨੇ ਜੀ ਸਟੂਡੈਂਟਸ ਨੂੰ ਪੜ੍ਹਾਉਣ ਦੀ ਵੀ, ਲੈਕਚਰਾਰ ਨੇ RMIT ਯੂਨੀਵਰਸਿਟੀ ਦੇ ਵਿੱਚ। ਅਤੇ ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਅਲੱਗ ਅਲੱਗ ਗਰੁੱਪਸ ਜਿਹੜੇ ਰਨ ਕਰ ਰਹੇ ਨੇ ਕਮਿਊਨਿਟੀ ਦੀ ਸੇਵਾ ਦੇ ਲਈ, ਜਿਹੜੀਆਂ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਐਟ ਪ੍ਰੈਜੈਂਟ ਸਾਡੇ ਬੱਚਿਆਂ ਨੂੰ ਲੈ ਕੇ, ਸਾਨੂੰ ਲੈ ਕੇ, ਜਾਂ ਸਾਡੇ ਬਜ਼ੁਰਗਾਂ ਨੂੰ ਲੈ ਕੇ, ਉਹਨਾਂ ਦੇ ਲਈ ਕਾਫੀ ਐਕਟਿਵਲੀ ਕੰਮ ਕਰ ਰਹੇ ਨੇ। ਅਤੇ ਬ੍ਰੇਕ 'ਚ ਜਾਣ ਤੋਂ ਪਹਿਲਾਂ ਆਪਾਂ ਡਿਸਕਸ ਕਰ ਰਹੇ ਸੀ ਲੈਂਗੁਏਜਿਸ ਦੇ ਉੱਤੇ, ਜਿਹੜੀਆਂ ਸਾਡੀਆਂ ਇੰਡੀਅਨ ਲੈਂਗੁਏਜਿਸ ਜਿਨ੍ਹਾਂ ਦੀ ਆਪਾਂ ਘਾਟ ਮਹਿਸੂਸ ਕਰਦੇ ਹਾਂ, ਇੱਥੇ ਆਪਣੇ ਬੱਚੇ ਉਹਨਾਂ ਤੋਂ ਦੂਰ ਹੋ ਰਹੇ ਨੇ, ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸਾਂ ਕੀ ਇਹ ਐਕਸ਼ਨ ਲੈ ਰਹੇ ਨੇ ਉਹਨਾਂ ਨੂੰ ਲੈ ਕੇ। ਅਤੇ ਦੂਜਾ ਜਿਹੜਾ ਗਰੁੱਪ ਇਹ ਰਨ ਕਰਨ ਜਾ ਰਹੇ ਨੇ ਉਹਦੇ ਬਾਰੇ ਆਪਾਂ ਗੱਲਬਾਤ ਹੁਣ ਕਰਾਂਗੇ, ਯੰਗ ਵਿਮੈਨ ਗਰੁੱਪ। ਹਾਂਜੀ ਸਿੱਧੂ ਸਾਹਿਬ, ਯੰਗ ਵਿਮੈਨ ਗਰੁੱਪ ਦੇ ਬਾਰੇ ਸਾਡੇ ਸਰੋਤਿਆਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ। ਥੋੜ੍ਹੀ ਪਹਿਲਾਂ ਤੁਹਾਨੂੰ ਬੈਕਗਰਾਉਂਡ ਦੱਸ ਦਿੰਦਾ ਅਤੇ ਫਿਰ ਉਹਦਾ ਕੋਨਸੈਪਟ ਕਿਸ ਤਰ੍ਹਾਂ ਡਿਜ਼ਾਈਨ ਹੋਇਆ ਜੀ। ਇੰਡੀਆ ਦੇ ਵਿੱਚ ਜਾਂ ਓਵਰਸੀਜ਼ ਦੇ ਵਿੱਚ ਵੀ ਜਿੱਥੇ ਕਿ ਫੈਮਿਲੀਜ਼ ਜੁਆਇੰਟ ਨੇ, ਜਿੱਥੇ ਕਿ ਗ੍ਰੈਂਡ ਪੇਰੈਂਟਸ ਵੀ ਨਾਲ ਰਹਿੰਦੇ ਨੇ, ਮੈਂ ਕੈਨੇਡਾ ਦੀ ਗੱਲ ਕਰ ਰਿਹਾ ਅਤੇ ਲੰਡਨ ਦੀ ਜੀ, ਉੱਥੇ ਦਾਦੀ ਦਾਦਾ ਨਾਲ ਹੁੰਦੇ ਆ, ਬੱਚਾ ਹੁੰਦਾ ਅਤੇ ਘਰ ਦੇ ਵਿੱਚ ਜਿਹੜਾ ਸੰਸਕਾਰ ਬੇਸਿਕ ਉੱਥੋਂ ਮਿਲਦੇ ਆ ਜੀ। ਆਸਟ੍ਰੇਲੀਆ 'ਚ ਪ੍ਰੋਬਲਮ ਇਹ ਹੈ ਕਿ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਆਉਣਾ ਬੜਾ ਮੁਸ਼ਕਲ ਹੈ ਜੀ, ਜੇ ਤੁਸੀਂ ਲਿਆਉਣਾ ਤਾਂ ਬੜੇ ਪੈਸੇ ਦੇਣੇ ਪੈਂਦੇ ਆ। ਪੇਰੈਂਟਸ ਆਉਂਦੇ ਨੇ ਉਹ 3 ਮਹੀਨੇ ਦਾ ਵੀਜ਼ਾ ਲੱਗਦਾ, ਨੋ ਫਰਦਰ ਕੰਡੀਸ਼ਨ ਲਾ ਕੇ ਉਹ ਵਾਪਸ ਚਲੇ ਜਾਂਦੇ ਜੀ। ਅਤੇ ਮੈਂ ਬੇਸਿਕਲੀ ਮੀਟਿੰਗਸ ਕੀਤੀਆਂ 1-2 ਕਮਿਊਨਿਟੀ ਸੈਂਟਰਸ ਨਾਲ, ਅਤੇ ਅਸੀਂ ਇੱਕ ਆਈਡੀਆ ਡਿਵੈਲਪ ਕੀਤਾ ਕਿ ਗਵਰਨਮੈਂਟ ਵੱਲੋਂ ਪੇਡ ਪਲੇ ਗਰੁੱਪਸ ਰਨ ਹੁੰਦੇ ਆ ਜੀ। ਉਹ ਪਲੇ ਗਰੁੱਪ ਕੀ ਹੁੰਦਾ ਕਿ ਜਿਹੜੀ ਯੰਗ ਮਦਰ ਹੈ, ਜਿਹੜੇ ਬੱਚਾ ਪਹਿਲਾ ਬੱਚਾ ਹੋਇਆ, ਜਿਹਦੀ ਏਜ ਘੱਟ ਹੈ, ਉਹਨੂੰ ਪਤਾ ਨਹੀਂ ਹੈ ਕਿ ਕੁਝ ਚੀਜ਼ਾਂ ਪਤਾ ਹੁੰਦੀਆਂ, ਕੁਝ ਚੀਜ਼ਾਂ ਨਹੀਂ ਪਤਾ ਹੁੰਦੀਆਂ, ਕਿਵੇਂ ਦੇਖਭਾਲ ਕਰਨੀ। ਹਾਂਜੀ, ਅਤੇ ਉਹ ਪਲੇ ਗਰੁੱਪ ਦੇ ਵਿੱਚ ਜਿਹੜਾ ਸੋਸ਼ਲ ਵਰਕਰ ਹੈ ਉਹਨਾਂ ਨੂੰ ਉਹ ਦੱਸਦੇ ਨੇ ਜੀ, ਅਤੇ ਸਰਵਿਸਿਜ਼ ਕਿਹੜੀਆਂ ਅਵੇਲੇਬਲ ਹੈ, ਕਦੋਂ ਦਵਾਈ ਦੇਣੀ, ਜੋ ਵੀ ਬੇਸਿਕ ਚੀਜ਼ਾਂ ਨੇ ਜੀ। ਅਤੇ ਸਟ੍ਰੈਸ ਕਈ ਵਾਰੀ ਮਦਰ ਆ ਜਾਂਦੀ ਹੈ, ਕੰਮ ਬੜਾ ਵੱਧ ਜਾਂਦਾ ਲਾਈਫ ਦੇ ਵਿੱਚ, ਜਾਂ ਬਾਇਓਲੋਜੀਕਲ ਚੇਂਜਸ ਆਉਂਦੇ ਆ ਜੀ, ਉਹ ਅਸੀਂ ਕੀ ਕੀਤਾ, ਇੱਕ ਨਵਾਂ ਮਾਡਲ ਡਿਵੈਲਪ ਕੀਤਾ ਕਿ ਉਹਦੇ ਵਿੱਚ ਗ੍ਰੈਂਡ ਪੇਰੈਂਟਸ ਨੂੰ ਇਨਵੋਲਵ ਕਰ ਲਿਆ ਹੁਣ ਜੀ। ਅਤੇ ਵਿੰਡਮ ਪਾਰਕ ਪ੍ਰਾਇਮਰੀ ਸਕੂਲ ਹੈ, ਉੱਥੇ ਹਰ ਫਰਾਈਡੇ ਨੂੰ 12:30 ਵਜੇ ਤੱਕ ਇਹ ਗਰੁੱਪ ਰਨ ਹੁੰਦਾ ਵਿੰਡਮ ਪਾਰਕ, ਇੱਧਰ ਵੈਸਟ ਵਾਲੇ ਪਾਸੇ। ਹਾਂਜੀ, ਵੈਸਟ ਦੇ ਵਿੱਚ, ਕਿਉਂਕਿ ਮੈਂ ਵੈਸਟ ਰਹਿੰਦਾ ਅਤੇ ਜਿਹੜੇ ਸਾਰੇ ਐਕਸਪੈਰੀਮੈਂਟਸ ਉਹ ਵੈਸਟ ਕੀਤੇ ਜਾਂਦੇ ਪਹਿਲਾਂ ਜੀ, ਉਸ ਤੋਂ ਬਾਅਦ ਉਹ ਦੂਸਰੇ ਏਰੀਆ 'ਚ ਵੀ ਚਲੇ ਜਾਂਦੇ। ਇਹ ਫਿਰ ਹਲਕਾ ਜਿਹਾ ਇਹ ਵਿਤਕਰਾ ਵੀ ਆ ਬਾਕੀ ਮੈਲਬੋਰਨ ਦੇ ਨਾਲ ਜੀ, ਹਾਂਜੀ ਇਹਦੇ ਬਾਰੇ ਵੀ ਤੁਹਾਨੂੰ ਕੁਛ ਨਾ ਕੁਛ ਕਰਨਾ ਪਊਗਾ। ਨਹੀਂ, ਉਹ 'ਚ ਇਸ ਤਰ੍ਹਾਂ ਹੈ ਕਿ ਜੇ ਬਾਕੀ ਏਰੀਆਜ਼ ਦੇ ਵਿੱਚ ਵਲੰਟੀਅਰਸ ਇੰਨਾ ਟਾਈਮ ਕਮਿਟ ਕਰਨ ਨੂੰ ਤਿਆਰ ਨੇ ਤੇ ਇਹ ਸਾਰੇ ਕੰਮ ਸਭ ਜਗ੍ਹਾ ਹੋ ਸਕਦੇ। ਬਿਲਕੁਲ ਜੀ, ਇੱਕ ਬੰਦਾ ਇਕੱਲਾ ਕਰਾ ਬੰਦਾ ਬਿਲਕੁਲ ਆਪਣੇ ਏਰੀਏ ਤੋਂ ਸ਼ੁਰੂ ਕਰ ਸਕਦਾ, ਜੇਕਰ ਦੂਜੇ ਏਰੀਆਜ਼ ਦੇ ਵਿੱਚ ਕੋਈ ਅੱਗੇ ਲੱਗਣ ਨੂੰ ਤਿਆਰ ਹੈ। ਬਿਲਕੁਲ ਬਿਲਕੁਲ, ਜਿੱਦਾਂ ਸਾਡਾ ਲੰਗਰ ਤੇ ਫੂਡ ਦਾ ਪ੍ਰੋਗਰਾਮ ਹੈ ਉਹ ਤਾਂ ਸਾਰੇ ਮੈਲਬਨ 'ਚ ਹੁਣ ਫੈਲ ਰਿਹਾ ਜੀ, ਤੇ ਇਹ ਫਰਾਈਡੇ ਨੂੰ ਪ੍ਰੋਗਰਾਮ ਹੁੰਦਾ 2 ਘੰਟੇ, ਤੇ ਇਹਦੇ ਵਿੱਚ ਕੱਲ ਸੀਗਾ ਪਹਿਲਾ ਦਿਨ ਜੀ, ਤੇ ਕਾਫੀ ਹਫਤੇ ਚੱਲਣਾ, ਤੇ ਇਹਦੇ ਵਿੱਚ ਮੇਰੇ ਹਿਸਾਬ ਨਾਲ ਬਹੁਤ ਸਾਰੇ ਅਸੀਂ ਬੈਨੀਫਿਟ ਅਚੀਵ ਕਰਾਂਗੇ। ਜਿਹੜਾ ਬੱਚਾ
ਉੱਥੇ ਕਈ ਹਫ਼ਤੇ ਤੱਕ ਲਗਾਤਾਰ ਜਾਏਗਾ, ਉਹਨੂੰ ਜਿਹੜੇ ਬਜ਼ੁਰਗ ਹੋਣਗੇ ਉੱਥੇ, ਉਹਦੇ ਦਾਦਾ ਦਾਦੀ ਨਹੀਂ ਹੋਣਗੇ, ਉਹ ਦਾਦਾ ਦਾਦੀ ਇੱਥੇ ਹੈ ਹੀ ਨਹੀਂਗੇ, ਜੀ ਉਹ ਲੋਕ ਜਾਣਗੇ ਜਿਨ੍ਹਾਂ ਦੇ ਗ੍ਰੈਂਡ ਪੇਰੈਂਟਸ ਇੱਥੇ ਨਹੀਂ ਹੈ। ਉਹ ਬਜ਼ੁਰਗਾਂ ਨੂੰ ਵੀ ਅੱਛਾ ਲੱਗ ਗਿਆ ਬੱਚੇ ਨਾਲ ਖੇਡ ਕੇ, ਉਹਨਾਂ ਦਾ ਸਟ੍ਰੈਸ ਲੈਵਲ ਰਿਡਿਊਸ ਹੋਏਗਾ, ਉਹਨਾਂ ਦੀ ਐਕਟੀਵਿਟੀ ਲਾਈਫ 'ਚ ਬਣ ਜਾਏਗੀ। ਜੀ ਅਤੇ ਜਿਹੜੀਆਂ ਮਦਰਸ ਨੇ, ਹੋ ਸਕਦਾ ਉਹਨਾਂ ਦੀ ਕੋਈ ਫਰੈਂਡਸ਼ਿਪ ਬਣ ਜਾਏ ਸੀ ਸੀਨੀਅਰ ਗਰੁੱਪਸ ਨਾਲ, ਸਹੀ, ਅਤੇ ਉਹ ਲੇਡੀਜ਼ ਉਹਨਾਂ ਦੀਆਂ ਕਿਤੇ, ਜਿੱਦਾਂ ਹੁਣ ਮੈਂ ਤੁਹਾਨੂੰ ਆਪਣੀ ਇਗਜ਼ਾਮਪਲ ਦਿੰਦਾ, ਮੇਰੇ ਫਾਦਰ ਕੇ ਵੀ ਕਿਸੇ ਦਾ ਬੱਚਾ ਖਿਡਾ ਲੈਂਦੇ ਕਿਉਂਕਿ ਮਦਰ ਕਹਿੰਦੀ ਮੈਂ ਸ਼ੋਪਿੰਗ ਕਰਨ ਦਾ ਵੀ ਟਾਈਮ ਨਹੀਂ ਹੈ ਮੇਰੇ ਕੋਲ। ਜੀ ਅਤੇ ਇੱਦਾਂ ਦੇ ਜਿਹੜੇ ਨੈਟਵਰਕਸ ਨੇ, ਇਹਨਾਂ ਨੂੰ ਮੈਂ ਸਟਾਰਟ ਕਰਨ ਦਾ ਸੋਚ ਕੇ ਇਹ ਜਿਹੜਾ ਕਨਸੈਪਟ ਡਿਜ਼ਾਈਨ ਕੀਤਾ। ਜੀ ਅਤੇ ਇਹ ਕੱਲ੍ਹ ਦਾ ਦਿਨ ਕਾਫੀ ਚੰਗਾ ਨਿਕਲਿਆ ਅਤੇ ਕਈ ਹਫ਼ਤੇ ਚੱਲਣਾ, ਅਤੇ ਵਿੰਡਮ ਪਾਰਕ ਪ੍ਰਾਇਮਰੀ ਸਕੂਲ ਅਸੀਂ ਐਡਰੈਸ ਲੱਭ ਕੇ 12:30 ਉੱਥੇ ਜਾ ਸਕਦੇ ਹੋ। ਜੀ ਅਤੇ ਇੰਡੀਅਨ ਯੰਗ ਵਿਮੈਨਸ ਗਰੁੱਪ ਹੈ, ਪਰ ਇਹ ਹੈਗਾ ਇਹ ਮੇਰੇ ਹਿਸਾਬ ਨਾਲ ਅਸੀਂ ਜਿਹੜਾ ਘਰ ਦਾ ਫੈਮਿਲੀ ਇਨਵਾਇਰਮੈਂਟ ਹੈ ਜਿਹਦੇ 'ਚ ਕਿ ਦਾਦਾ ਦਾਦੀ ਦੀ ਰਿਸਪੈਕਟ ਕੀ ਹੁੰਦੀ ਹੈ ਅਤੇ ਬੱਚੇ ਨੂੰ ਕਿਸ ਤਰ੍ਹਾਂ ਬੇਸਿਕ ਸੰਸਕਾਰ ਦੇਣੇ ਹੈ, ਅਤੇ ਜਿਹੜੀਆਂ ਮਦਰਸ ਨੇ ਉਹਨਾਂ ਦੀ ਰਿਸਪੋਂਸੀਬਿਲਿਟੀ ਕਿੱਦਾਂ ਸ਼ੇਅਰ ਕਰਨੀ ਹੈ, ਅਤੇ ਬੱਚਾ ਜਿੱਦਾਂ ਵੱਡਾ ਹੁੰਦਾ, ਕਿਉਂਕਿ ਕਈ ਹਫ਼ਤੇ ਚੱਲਣਾ, ਅਤੇ ਇਸ ਲਈ ਬੱਚਾ ਜਿਹੜਾ ਜਿੱਦਾਂ ਗਰੋ ਕਰੇਗਾ ਜੀ, ਉਹ ਕਾਫ਼ੀ ਕੁਝ ਓਬਜ਼ਰਵ ਕਰਕੇ ਲਰਨ ਕਰੇਗਾ। ਉਹ ਫੈਮਿਲੀ ਦਾ ਇਨਵਾਇਰਮੈਂਟ ਅਸੀਂ ਕ੍ਰੀਏਟ ਕੀਤਾ ਜੁਆਇੰਟ ਫੈਮਿਲੀ ਦਾ ਇਸ ਪਲੇ ਗਰੁੱਪ ਦੇ ਬਹੁਤ ਥਰੂ। ਵਧੀਆ ਜੀ, ਬਹੁਤ ਵਧੀਆ। ਹਾਂਜੀ ਜੀ, ਸੋ ਇਹ ਜਿਹੜਾ ਗਰੁੱਪ ਆ, ਵੈਸੇ ਕਹਿਣ ਨੂੰ ਇਹ ਯੰਗ ਵੂਮੈਨ ਗਰੁੱਪ ਆ, ਪਰ ਇਹਦੇ ਵਿੱਚ ਬਜ਼ੁਰਗ ਵੀ ਹਾਂਜੀ ਇਨਵੋਲਵ ਨੇ, ਹਾਂਜੀ ਬੱਚੇ ਵੀ ਇਨਵੋਲਵ ਨੇ, ਬਿਲਕੁਲ ਲੇਡੀਜ਼ ਵੀ, ਹਾਂਜੀ, ਅਤੇ ਸਾਰੀ ਅਡਲਟ ਕੈਟੇਗਰੀ ਬਿਲਕੁਲ ਜੀ, ਜਿਹੜੀ ਏਜ ਗਰੁੱਪ ਹੈ ਬਿਲਕੁਲ ਉਹ ਬਿਲਕੁਲ ਵੀ ਸਾਰਾ ਹਾਂਜੀ ਇਹਦੇ ਵਿੱਚ ਇਨਵੋਲਵ ਹੈ। ਅਤੇ ਇਹਦੇ ਵਿੱਚ ਇਹ ਸਟਾਰਟ ਹੋਇਆ ਸੀ ਸੀਨੀਅਰਸ ਦੀ ਆਈਸੋਲੇਸ਼ਨ ਤੋਂ, ਕਿਉਂਕਿ ਈਵਨ ਜੇ ਕੋਈ ਮਾਈਗ੍ਰੈਂਟ ਵੀ ਇੱਥੇ ਆਉਂਦੇ ਨੇ, ਉਹਨਾਂ ਨੂੰ ਕੰਮ ਨਾ ਲੱਭੇ ਤਾਂ ਉਹ ਵੀ ਸਟ੍ਰੈਸ 'ਚ ਆ ਜਾਂਦੇ ਨੇ। ਸੀਨੀਅਰਸ ਦਾ ਤਾਂ ਬਹੁਤ ਹੀ ਡਿਫਿਕਲਟ ਸਿਚੁਏਸ਼ਨ ਹੈ, ਕਿਉਂਕਿ ਲੈਂਗੁਏਜ ਨਹੀਂ ਆਉਂਦੀ, ਤੁਸੀਂ ਘਰੋਂ ਸਿਰਫ ਮੋੜ ਤੱਕ ਜਾਂਦੇ ਹੋ ਫਿਰ ਘਰ ਵਾਪਸ ਆ ਜਾਂਦੇ ਹੋ, ਨਾ ਬੱਸ ਚੜ੍ਹ ਸਕਦੇ, ਨਾ ਟ੍ਰੇਨ, ਨਾ ਸਿਟੀ ਜਾਂਦੇ, ਅਤੇ ਕੋਲਸ ਤੱਕ ਮਾੜਾ ਮੋਟਾ ਜਾਂਦੇ, ਜਾਂ ਸਾਰਾ ਦਿਨ ਘਰ ਦੇ ਵਿੱਚ ਕੈਦ, ਜਿੰਨਾ ਕੁ ਪਤਾ ਲੱਗ ਹਾਂਜੀ ਬੰਨੇ ਦਾ ਅਤੇ ਘੁੰਮ ਫਿਰ ਆਉਂਦੇ। ਇਸ ਲਈ ਕਾਫੀ ਸਾਲ ਪਹਿਲੇ ਅਸੀਂ ਟਾਰਨੇਟ ਗੁਰਦੁਆਰੇ ਤੋਂ ਪ੍ਰੋਗਰਾਮ ਸਟਾਰਟ ਕੀਤਾ ਸੀ, ਜਿਸ 'ਚ ਅਸੀਂ ਸੀਨੀਅਰਸ ਨੂੰ ਪਿੱਕ ਕਰਦੇ ਹਾਂ। ਉਹ ਬੁੱਧਵਾਰ ਨੂੰ ਚੱਲਦਾ, 100 ਸੀਨੀਅਰਸ ਉਹ 'ਚ ਆਉਂਦੇ ਆ, ਪਰ ਉਹ ਨੰਬਰ ਬਹੁਤ ਛੋਟਾ ਹੈ ਜਦੋਂ ਤੁਸੀਂ ਸੀਨੀਅਰਸ ਦੀ ਗਿਣਤੀ ਦੇਖੋ, ਹਜ਼ਾਰਾਂ ਦੀ ਗਿਣਤੀ ਵਿੱਚ ਨੇ। ਅਤੇ ਇਸ ਲਈ ਨਵੇਂ ਨਵੇਂ ਕੰਸੈਪਟ ਜਿਹੜੇ ਆ, ਉਹ ਐਕਸਪੈਰੀਮੈਂਟਸ ਉਹ ਮੈਂ ਕਰਦਾ ਰਹਿੰਦਾ ਜੀ, ਅਤੇ ਜੇ ਸਕਸੈਸਫੁਲ ਹੁੰਦਾ ਤਾਂ ਅਸੀਂ ਬਾਕੀ ਏਰੀਆਸ ਵੀ ਪਿੱਕ ਕਰ ਲਾਂਗੇ। ਗੱਲ ਫਿਰ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੀ ਹੈ ਵੀ ਕਿਸੇ ਨੂੰ ਲੀਡ ਜ਼ਰੂਰ ਲੈਣੀ ਪਏਗੀ। ਸਹੀ ਗੱਲ ਹੈ, ਹਾਂਜੀ, ਕਿਸੇ ਨਾ ਕਿਸੇ ਨੂੰ ਅੱਗੇ ਜ਼ਰੂਰ ਲੱਗਣਾ, ਬਿਲਕੁਲ। ਔਰ ਇੱਦਾਂ ਵੀ ਨਹੀਂ ਹੈ ਵੀ ਤੁਸੀਂ ਆਪਣੀ ਲਾਈਫ ਛੱਡ ਦੇਣੀ ਹੈ, ਸਿਰਫ ਅਤੇ ਸਿਰਫ ਇੱਛਾ ਹੈ, ਇੱਛਾ ਦੇ ਨਾਲ ਤੁਸੀਂ 2 ਜਾਂ 3 ਘੰਟੇ ਕੱਢਣੇ ਆ ਮਹੀਨੇ ਦੇ, ਇਸ ਤੋਂ ਜ਼ਿਆਦਾ ਨਹੀਂ ਹੈ। ਬਿਲਕੁਲ ਜੀ, ਹਾਂਜੀ, ਵੰਡ ਵਰਤ ਕੇ ਸਾਰੇ ਕੰਮ ਹੋ ਜਾਂਦੇ ਹਾਂਜੀ। ਕਿਸੇ ਜੇ ਜੇ ਮੈਂ ਆਪਣਾ ਟਾਈਮ ਦੱਸਾਂ ਤਾਂ ਮੈਨੂੰ ਤਕਰੀਬਨ ਮੈਂ ਹਫ਼ਤੇ ਦੇ ਵਿੱਚ 300-350 ਈਮੇਲਸ ਆਉਂਦੀਆਂ, ਅਤੇ ਇੰਨੀਆਂ ਈਮੇਲਸ ਮੈਂ ਜਵਾਬ ਦਿੰਦਾ, 700 ਦੇ ਕਰੀਬ ਇਹ ਪਰ ਵੀਕ ਦੀਆਂ ਮੇਰੀਆਂ ਕਮਿਊਨਿਟੀ ਵੈਲਫੇਅਰ ਦੀਆਂ ਈਮੇਲਸ ਹੈ, ਪਲੱਸ ਜੋਬਸ ਦੀਆਂ ਈਮੇਲਸ ਅੱਡ ਹੈ ਜੀ। ਅਤੇ ਜੇ ਥੋੜ੍ਹਾ ਜਿਹਾ ਐਕਟਿਵ ਹੋ ਜਾਣ 10 ਬੰਦੇ ਮਿਲ ਕੇ, ਤਾਂ ਉਹ 30 ਘੰਟੇ ਜਾਂ 40 ਘੰਟੇ ਅਸੀਂ ਬਹੁਤ ਕੰਮ ਕਰ ਸਕਦੇ। ਬਿਲਕੁਲ ਜੀ, ਹਾਂਜੀ, ਇਹ ਹੱਥ ਨੂੰ ਹੱਥ ਹੁੰਦਾ, ਬਿਲਕੁਲ ਜੀ, ਆਪਾਂ ਇਕੱਲਾ ਬੰਦਾ ਸ਼ਾਇਦ ਕੁਛ ਵੀ ਨਹੀਂ ਕਰ ਸਕਦਾ, ਅਤੇ ਜਦੋਂ ਥੋੜ੍ਹੇ ਗਰੁੱਪ ਇਕੱਠੇ ਹੋ ਕੇ, ਥੋੜ੍ਹੇ ਬੰਦਿਆਂ ਦਾ ਗਰੁੱਪ ਇਕੱਠਾ ਹੋ ਕੇ ਕੰਮ ਕਰਦਾ, 5-5, 10-10 ਮਿੰਟ ਲਾਉਣ, ਬਿਲਕੁਲ ਬਿਲਕੁਲ। ਅਤੇ ਹੁਣ ਇਹ ਵੀ ਇਸ ਸਿਚੁਏਸ਼ਨ 'ਤੇ ਮੈਂ ਪਹੁੰਚ ਚੁੱਕਾ ਵੀ ਇੰਨੇ ਸਾਲ ਕੰਮ ਕਰਕੇ ਕਿ ਮੇਰੇ ਕੋਲ ਆਈਡੀਆਜ਼ ਬਹੁਤ ਜ਼ਿਆਦਾ ਨੇ ਜੀ, ਅਤੇ ਉਹ ਸਾਰੇ ਆਈਡੀਆਜ਼ ਜਿਹੜੇ ਪ੍ਰੈਕਟੀਕਲੀ ਯੂਜ਼ ਕਰਕੇ ਫੇਲ ਹੋ ਕੇ ਲਰਨ ਕਰਕੇ ਉੱਥੇ ਤੱਕ ਪਹੁੰਚੇ ਕਿ ਹੁਣ ਪ੍ਰੈਕਟੀਕਲੀ ਜਿਹੜੇ ਆਈਡੀਆਜ਼ ਇੰਪਲੀਮੈਂਟ ਹੋ ਸਕਦੇ ਆ, ਉਹ ਮੈਨੂੰ ਜਿਹੜੇ ਕਾਫੀ ਉਹਦੀ ਅੰਡਰਸਟੈਂਡਿੰਗ ਹੋ ਗਈ ਹੈ, ਸਕਿੱਲ ਵੀ ਹੋ ਗਿਆ, ਨੈਟਵਰਕ ਵੀ ਹੋ ਗਿਆ, ਅਤੇ ਹੁਣ ਕਮਿਊਨਿਟੀ ਉਸਨੂੰ ਯੂਜ਼ ਕਰੇ ਤਾਂ ਮੇਰੇ ਹਿਸਾਬ ਨਾਲ ਉਹ ਬੈਟਰ ਹੈ। ਬਿਲਕੁਲ ਜੀ, ਹਾਂਜੀ, ਕੋਲ ਇੱਕ ਰਾਹ ਵਿਖਾਉਣਾ ਬੜੀ ਵੱਡੀ ਗੱਲ ਹੁੰਦੀ ਹੈ, ਅਤੇ ਜੇਕਰ ਉਹ ਰਾਹ ਵਿਖਾਇਆ ਵੀ ਕੋਈ ਤੁਰਨਾ ਪਾਵੇ ਤਾਂ ਫਿਰ ਸਾਡਾ ਹੀ। ਅਤੇ ਮੇਰੇ ਹਿਸਾਬ ਨਾਲ ਤੁਹਾਡਾ ਵੀ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਕਿ ਰੇਡੀਓ ਤੁਸੀਂ ਇੰਨਾ ਸਕਸੈਸਫੁਲ ਚਲਾਉਂਦੇ ਹੋ, ਅਤੇ ਮੇਰੇ ਹਿਸਾਬ ਨਾਲ ਟਾਈਮ ਦੇ ਨਾਲ, ਈਵਨ ਜੇਕਰ ਤੁਸੀਂ ਕਹਿੰਦੇ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਉਹ ਕਹਾਵਤ ਇੱਥੇ ਵੈਸੇ ਫਿੱਟ ਨਹੀਂ ਬੈਠਦੀ, ਪਰ ਫਿਰ ਵੀ ਆਈ ਥਿੰਕ ਰਿਪੀਟਡਲੀ ਜੇ ਅਸੀਂ ਪ੍ਰੋਗਰਾਮ ਚਲਾਵਾਂਗੇ ਅਵੇਅਰਨੈਸ ਆਏਗੀ ਆਏਗੀ। ਬਿਲਕੁਲ ਜੀ, ਆਪਾਂ ਵਾਰ ਵਾਰ ਜਿਹੜੀ ਚੀਜ਼ ਦੱਸਾਂਗੇ ਉਹਦੇ ਫਾਇਦੇ ਦੱਸਾਂਗੇ, ਹਾਂਜੀ, ਉਹਨਾਂ ਦੇ ਜਿਹੜੇ ਨੁਕਸਾਨਾਂ ਤੋਂ ਆਪਾਂ ਅਵੇਅਰ ਹੋ ਕੇ ਉਹ ਕੰਮ ਸ਼ੁਰੂ ਕੀਤੇ ਉਹ ਦੱਸਾਂਗੇ, ਅਤੇ ਜ਼ਰੂਰ 100 ਦੇ ਵਿੱਚੋਂ ਇੱਕ ਬੰਦਾ ਵੀ ਜੇਕਰ ਗੱਲ ਮੰਨਦਾ, ਹਾਂਜੀ, ਅਤੇ ਉਹ ਵੀ ਸਾਡੀ ਕਾਮਯਾਬ। ਹਾਂਜੀ, ਵੈਸੇ ਸਾਨੂੰ ਚਾਹੀਦਾ ਵੀ 1-2 ਹੀ ਹੈ ਸੋਚ, ਸਾਰੇ ਆ ਗਏ ਤਾਂ ਫਿਰ ਬਹੁਤ ਜ਼ਿਆਦਾ ਕੰਮ ਹੋ ਜਾਣਾ। ਨਹੀਂ ਜੀ, ਸਾਰੇ ਸਾਰੇ ਆਉਣਗੇ ਫਿਰ ਉਸ ਤਰੀਕੇ ਨਾਲ ਕੰਮ ਵਧਾ ਲਾਂਗੇ। ਹਾਂਜੀ ਬਿਲਕੁਲ, ਕਮਿਊਨਿਟੀ ਦੇ ਵਿੱਚ ਕੰਮਾਂ ਦੀ ਥੋੜ੍ਹੀ ਘਾਟ ਆ, ਬਹੁਤ ਸਾਰੇ ਕੰਮ ਨੇ ਜਿਨ੍ਹਾਂ ਦੇ ਉੱਤੇ ਹੋਰ ਜ਼ਿਆਦਾ ਬਿਲਕੁਲ ਜੀ ਲੋੜ ਹੈ ਬਿਲਕੁਲ ਬੰਦਿਆਂ ਦੀ। ਅਤੇ ਕਿਉਂਕਿ ਮੈਨੂੰ ਲੱਗਦਾ ਨਹੀਂ ਮੈਂ ਮੇਰਾ ਜਿਹੜਾ ਪ੍ਰੋਗਰਾਮ ਸੀ ਆਪਾਂ ਸਾਰਾ ਕਰ ਸਕਦੇ ਹਾਂ ਅੱਜ, ਅਤੇ ਮੈਂ ਸੋਚਿਆ ਨੂੰ ਦੱਸ ਦਿੰਦਾ ਕਿ ਜਿਹੜਾ ਅਗਲਾ 10 ਅਕਤੂਬਰ ਦਾ ਪ੍ਰੋਗਰਾਮ ਉਹਦਾ ਮੇਨ ਇਸ਼ੂ ਕੀ ਹੋਏਗਾ। ਜੀ ਜੀ, ਕਾਉਂਸਲ ਔਨ ਏਜਿੰਗ ਇੱਕ ਵਿਕਟੋਰੀਅਨ ਔਰਗਨਾਈਜੇਸ਼ਨ ਹੈ ਜੋ ਕਿ ਸਿਰਫ ਅਤੇ ਸਿਰਫ ਸੀਨੀਅਰ ਜਿਹੜੇ ਰਿਟਾਇਰ ਹੋ ਕੇ ਏਜ ਜਿਨ੍ਹਾਂ ਦੀ ਏਜਿੰਗ ਜਿਵੇਂ ਹੋ ਰਹੀ ਹੈ 60s, 70s, 80s,
ਜਿਹੜਾ 1674 ਆਪਣਾ ਨੰਬਰ ਉਹ ਦੱਸ ਕੇ ਉਸ ਦਿਨ ਜਿਹੜਾ ਪ੍ਰੋਗਰਾਮ ਸੁਣਨ, ਜੀ ਅਤੇ ਜੇਕਰ ਕੰਟੈਕਟ ਕਰਨ ਸਾਨੂੰ ਤਾਂ ਅਸੀਂ ਵਰਕਿੰਗ ਗਰੁੱਪਸ ਤੋਂ ਬਾਅਦ ਜਿਹੜੀਆਂ ਵਰਕਿੰਗ ਪਾਰਟੀਜ਼ ਬਣਾ ਕੇ ਅਤੇ ਬੜੇ ਸਾਰੇ ਪ੍ਰੋਗਰਾਮ ਸਟਾਰਟ ਕਰ ਸਕਦੇ ਹਾਂ, ਕਿਉਂਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੋ ਕਈ ਚੀਜ਼ਾਂ ਤਾਂ ਗਵਰਨਮੈਂਟ ਫੰਡਡ ਨੇ, ਬਿਲਕੁਲ ਹੈ ਨਾ, ਅਸੀਂ ਐਕਸੈਸ ਹੀ ਨਹੀਂ ਕਰ ਰਹੇ। ਬਿਲਕੁਲ, ਸਾਨੂੰ ਪਤਾ ਨਹੀਂ ਹੈ ਜੀ ਉਹਨਾਂ ਹਾਂਜੀ ਚੀਜ਼ਾਂ ਦਾ। ਬਿਲਕੁਲ ਜੀ, ਬਿਲਕੁਲ ਆਪਾਂ ਜਿਹੜੇ ਮੁਲਕ ਦੇ ਵਿੱਚ ਇੰਨਾ ਚਿਰ ਆਪਾਂ ਰਹੇ ਆਏ ਹਾਂ, ਜਿੱਥੇ ਆਪਾਂ ਜੰਮੇ ਪਲੇ ਹਾਂ, ਸਾਨੂੰ ਉੱਥੋਂ ਦਾ ਨਹੀਂ ਪਤਾ ਵੀ ਆਪਾਂ ਉੱਥੋਂ ਕੀ ਕੀ ਲੈ ਹਾਂਜੀ ਸਕਦੇ ਹਾਂ। ਉਹ ਵੀ ਹੈਗਾ, ਪਲੱਸ ਉੱਥੇ ਸਿਸਟਮ ਚੱਲਦਾ ਨਹੀਂ ਹੈ ਜੀ, ਇੱਥੇ ਹੁਣ ਕਈ ਚੀਜ਼ਾਂ ਜਿੱਦਾਂ ਹੋਮ ਕੇਅਰ ਵਗੈਰਾ ਜਿਹੜੀਆਂ, ਅਗਰ ਕਿਸੇ ਦੇ ਪੇਰੈਂਟਸ ਦੀ ਕੋਈ ਬੈਕ ਪੇਨ ਹੈ ਜਾਂ ਬੈਠ ਨਹੀਂ ਸਕਦੇ ਜੀ ਜਾਂ ਵਾਕ ਨਹੀਂ ਕਰ ਸਕਦੇ, ਜਿੱਦਾਂ ਮੈਨੂੰ ਪਤਾ ਮੇਰਾ ਇੱਕ ਦੋਸਤ ਆ, ਉਹਦੇ ਮਦਰ ਥੋੜ੍ਹੇ ਡਿਸੇਬਲਡ ਨੇ, ਤਾਂ ਉਹਨਾਂ ਨੂੰ ਤਾਂ ਹੋਮ ਕੇਅਰ ਮਿਲਦੀ ਹੈ, ਉਹ ਜਦੋਂ ਤੱਕ ਤੁਹਾਨੂੰ ਪਤਾ ਨਹੀਂ ਹੋਏਗਾ ਅਸੀਂ ਕਿੱਦਾਂ ਅਪਲਾਈ ਕਰੋਗੇ। ਅਤੇ ਬਿਲਕੁਲ, ਮੇਰੇ ਹਿਸਾਬ ਨਾਲ ਇਹ ਜਿਹੜਾ ਵਰਕ ਕਾਉਂਸਲ ਹੁਣ ਏਜਿੰਗ ਦਾ ਪ੍ਰੋਜੈਕਟ ਹੈ ਬਹੁਤ ਚੰਗਾ ਚੱਲੇਗਾ। ਇਹ ਸਿੱਧੂ ਸਾਹਿਬ ਪ੍ਰੋਬਲਮ ਹੀ ਇੱਥੇ ਜਾ ਕੇ ਆਉਂਦੀ ਹੈ, ਸਾਡੇ ਜਿੱਥੋਂ ਆਪਾਂ ਆਏ ਹਾਂ, ਜਿੱਥੇ ਸਾਡੀਆਂ ਜੜ੍ਹਾਂ ਨੇ, ਉੱਥੇ ਸਾਨੂੰ ਪਹਿਲੀ ਗੱਲ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ, ਗੌਰਮੈਂਟ ਦੀਆਂ ਫੈਸਿਲਿਟੀਆਂ ਦਾ ਸਾਨੂੰ ਪਤਾ ਨਹੀਂ ਸੀ। ਦੂਜੀ ਗੱਲ, ਜੇ ਪਤਾ ਵੀ ਸੀ ਤਾਂ ਸਾਨੂੰ ਇਹ ਪਤਾ ਵੀ ਇਹ ਸਾਨੂੰ ਮਿਲਣੀਆਂ ਨਹੀਂ। ਹਾਂਜੀ, ਉਹ ਠੀਕ ਹੈ, ਇਸ ਕਰਕੇ ਸਾਡਾ ਬਿਲਕੁਲ ਜਿਹੜਾ ਮਾਇੰਡ ਹੈ ਉੱਥੇ ਸੈੱਟ ਹੋਇਆ, ਉੱਥੇ ਸੈੱਟ ਹੈ। ਇਹ ਇੱਥੇ ਆ ਕੇ ਸਾਨੂੰ ਉਹ ਚੀਜ਼ਾਂ ਜਿਹੜੀਆਂ ਨੇ ਉਹ ਛੱਡਣੀਆਂ ਚਾਹੀਦੀਆਂ, ਇੱਥੇ ਬੜਾ ਕੁਛ ਹੈ ਜਿਹੜਾ ਆਪਾਂ ਲੈ ਸਕਦੇ। ਹਾਂਜੀ, ਪਰ ਮੈਂ ਇੱਕ ਚੀਜ਼ ਹੋਰ ਇਸ ਤੁਹਾਡੇ ਰੇਡੀਓ ਦੇ ਥਰੂ ਕਹੂੰਗਾ ਕਿ ਟੈਕਸ ਤੁਸੀਂ ਸਾਰੇ ਭਰ ਰਹੇ ਹੋ ਜੀ, ਅਤੇ ਸਰਵਿਸਿਜ਼ ਤੁਹਾਡੀ ਜਗ੍ਹਾ ਕੋਈ ਹੋਰ ਯੂਜ਼ ਕਰ ਰਿਹਾ ਹੈ। ਸਹੀ ਹੈ, ਠੀਕ ਹੈ, ਇਸ ਲਈ ਮੇਰੇ ਹਿਸਾਬ ਨਾਲ ਉਹ ਵੀ ਜਿਹੜੀ ਹੈ ਨਾਇਨਸਾਫੀ ਹੈ। ਨਹੀਂ, ਆਹ ਜਿਹੜੀ ਗੱਲ ਹੈ ਨਾ, ਤੁਸੀਂ ਇਹ ਉਹ ਕੀਤੀ ਹੈ 100 ਹੱਥ ਰੱਸਾ ਅਤੇ ਸਿਰੇ 'ਤੇ ਗੰਢ ਵਾਲੀ। ਬਿਲਕੁਲ, ਕਿ ਇਨ ਸ਼ੋਰਟ ਆਪਾਂ ਬਰਾਬਰ ਦਾ ਕੰਟਰੀਬਿਊਸ਼ਨ ਪਾ ਰਹੇ ਹਾਂ। ਬਿਲਕੁਲ, ਜ਼ਿਆਦਾ ਹੀ ਪਾ ਰਹੇ ਹਾਂ, ਕਿਉਂਕਿ ਚੀਜ਼ ਦੇ ਵਿੱਚ ਜੇ ਤੁਸੀਂ ਡਾਟਾ ਦੇਖੋ ਤਾਂ ਇੰਡੀਅਨ ਕਮਿਊਨਿਟੀ ਵਨ ਆਫ ਦਾ ਹਾਈਐਸਟ ਇਨਕਮ ਅਰਨਿੰਗ ਗਰੁੱਪ ਹੈ ਜੀ ਪਰ ਕੈਪੀਟਾ ਆਸਟ੍ਰੇਲੀਆ ਦੇ ਵਿੱਚ। ਵਾਹ ਜੀ, ਅਤੇ ਇਸ ਲਈ ਟੈਕਸ ਕੰਟਰੀਬਿਊਸ਼ਨ ਵੀ ਬਹੁਤ ਜ਼ਿਆਦਾ, ਪਰ ਸਰਵਿਸਿਜ਼ ਅਸੀਂ ਯੂਜ਼ ਨਹੀਂ ਕਰ ਰਹੇ, ਨਹੀਂ ਕਰ ਰਹੇ, ਸਾਨੂੰ ਪਤਾ ਨਹੀਂ, ਅਵੇਅਰਨੈਸ ਨਹੀਂ। ਬਿਲਕੁਲ, ਬਿਲਕੁਲ ਜੀ, ਅਤੇ ਅਗਲਾ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੂੰਗਾ ਪੁਆਇੰਟ ਸਿੱਧੂ ਸਾਹਿਬ, ਉਹ ਆ ਸੋਹਣੀ ਧਰਤੀ। ਹਾਂਜੀ ਬਿਲਕੁਲ, ਸੋਹਣੀ ਧਰਤੀ ਬਾਰੇ ਆਪਾਂ ਗੱਲਬਾਤ ਥੋੜ੍ਹੀ ਜਿਹੀ ਕਰ ਲਈਏ। ਧਰਤੀ ਤਾਂ ਵੈਸੇ ਸਾਰੀ ਸੋਹਣੀ ਹੈ, ਪਰ ਸੋਹਣੀ ਧਰਤੀ ਔਰਗਨਾਈਜੇਸ਼ਨ ਹੈ ਜੋ ਉਹ, ਜਿਸ ਤਰ੍ਹਾਂ ਕਿ ਆਪਾਂ ਗੱਲ ਵੀ ਕਰ ਰਹੇ ਸੀ ਕਿ ਮੇਰਾ ਇਹ ਦੂਸਰਾ ਹੀ ਪ੍ਰੋਗਰਾਮ ਹੈ, ਪਰ ਹੁਣ ਅਸੀਂ ਲਗਾਤਾਰ ਚਲਾਉਣਾ ਹੈ ਕਿ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਾਰਾ ਕੰਮ ਕਰ ਰਹੇ ਹੈ ਜੀ, ਅਤੇ ਸਾਰਿਆਂ ਕੋਲ ਤੁਹਾਡੀ ਤਰ੍ਹਾਂ ਰੇਡੀਓ ਸਟੇਸ਼ਨ ਦਾ ਜਿਹੜਾ ਮੀਡੀਅਮ ਨਹੀਂ ਹੈਗਾ, ਪਰ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਕਨੈਕਟ ਕਰਕੇ ਅਤੇ ਲੋਕਾਂ ਨੂੰ ਅਵੇਅਰ ਕਰ ਸਕਦੇ ਹਾਂ, ਸਰੋਤਿਆਂ ਨੂੰ, ਅਤੇ ਕਿ ਕੀ ਕੰਮ ਹੋ ਰਿਹਾ। ਬਿਲਕੁਲ ਜੀ, ਉਹ ਅਤੇ ਕੀ ਕੰਮ ਕੀਤਾ ਜਾ ਸਕਦਾ, ਭਾਈਚਾਰਾ। ਬਿਲਕੁਲ, ਅਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਮੇਰਾ ਨੈਟਵਰਕ ਬਹੁਤ ਜ਼ਿਆਦਾ ਸਟਰੋਂਗ ਹੈ ਜ਼ਿਆਦਾਤਰ, ਕਿਉਂਕਿ ਮੈਂ ਕਮਿਊਨਿਟੀ 'ਚ ਕੰਮ ਵੀ ਕਰਦਾ, ਉਸ ਕਰਕੇ ਹੋਰ ਨਵਾਂ ਨੈਟਵਰਕ ਵੀ ਬਣਦਾ ਜੀ। ਅਤੇ ਪਾਕਿਸਤਾਨੀ ਕਮਿਊਨਿਟੀ ਇੱਥੇ ਕਾਫੀ ਵੱਡੀ ਜੀ, ਅਤੇ ਉਹਨਾਂ ਵਿੱਚੋਂ ਵੀ ਜ਼ਿਆਦਾਤਰ ਪੰਜਾਬੀ ਕਮਿਊਨਿਟੀ ਹੈ, ਅਤੇ ਉਹਨਾਂ ਦਾ ਵੈਸੇ SBS ਉਰਦੂ ਰੇਡੀਓ ਵੀ ਚੱਲਦਾ, ਅਤੇ ਪਰ ਪੰਜਾਬੀ ਦਾ ਜਿਹੜਾ ਉਹਨਾਂ ਦਾ ਔਰਗਨਾਈਜੇਸ਼ਨ ਜ਼ਿਆਦਾ ਇੱਥੇ ਨਹੀਂ ਸੀ ਹੈਗੀਆਂ, ਕੁਛ ਨਵੀਆਂ ਔਰਗਨਾਈਜੇਸ਼ਨ ਵੀ ਬਣੀਆਂ, ਕੁਛ ਪਹਿਲਾਂ ਵੀ ਹੈਗੀਆਂ ਸੀ, ਅਤੇ ਇਸ ਲਈ ਸੋਹਣੀ ਧਰਤੀ ਵੈਸਟਰਨ ਸਬਰਬਸ ਦੇ ਵਿੱਚ ਪਾਕਿਸਤਾਨੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਨੇ ਮਿਲ ਕੇ ਐਸਟੈਬਲਿਸ਼ ਕੀਤੀ ਹੈ। ਔਰਗਨਾਈਜੇਸ਼ਨ ਦਾ ਨਾਮ ਹੈ ਸੋਹਣੀ ਧਰਤੀ ਜੀ, ਅਤੇ ਉਹਨਾਂ ਦਾ ਪਹਿਲਾ ਹੁਣ ਪਿੱਛੇ ਪ੍ਰੋਗਰਾਮ ਹੋਇਆ, ਉਹਨਾਂ ਨੇ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਮਨਾਇਆ ਅਤੇ ਮੈਂ ਉੱਥੇ ਗਿਆ ਸੀ, ਅਤੇ ਫੈਮਲੀਜ਼, ਬੱਚੇ, ਬਜ਼ੁਰਗ ਅਤੇ ਜਿਹੜੀ ਉਹਨਾਂ ਦਾ ਫੂਡ, ਜਿਹੜਾ ਲਾਹੌਰ ਦਾ ਜਿਹੜਾ ਚਨੇ ਹੈ, ਛੋਲੇ ਹੈ ਜਾਂ ਪਿੰਡੀ, ਉਹ ਸਾਰਾ ਕੁਛ ਮੈਂ ਦੇਖਿਆ ਅਤੇ ਮੈਨੂੰ ਬੜਾ ਵਧੀਆ ਲੱਗਿਆ ਕਿ ਵੀ ਕਮਿਊਨਿਟੀ ਜਿਹੜੀ ਹੈ ਔਰਗਨਾਈਜ਼ ਨਹੀਂ ਸੀ ਹਲੇ, ਤਾਂ ਉਹਨਾਂ ਨੂੰ ਪਾਕਿਸਤਾਨ ਇੰਡੀਪੈਂਡੈਂਸ ਡੇ ਦਾ ਇੱਕ ਟ੍ਰਿਗਰ ਮਿਲ ਗਿਆ, ਉਹ ਟ੍ਰਿਗਰ ਨੇ ਉਹਨਾਂ ਨੂੰ ਯੂਨਾਈਟ ਕਰ ਦਿੱਤਾ। ਅਤੇ ਉਹਨਾਂ ਦੇ ਮੈਨੂੰ ਜਿਹੜੇ ਪ੍ਰੈਜ਼ੀਡੈਂਟ ਨੇ, ਉਹਨਾਂ ਨਾਲ ਮੇਰੀ ਗੱਲ ਹੋਈ, ਮੀਟਿੰਗਸ ਵੀ ਕੀਤੀਆਂ, ਅਤੇ ਦੂਸਰਾ ਉਹ ਵੀ ਕਾਫੀ ਇੰਪ੍ਰੈਸਡ ਹੋਏ, ਜਿਹੜਾ ਅਸੀਂ ਲੰਗਰ ਦਾ ਪ੍ਰੋਗਰਾਮ ਚਲਾਉਂਦੇ ਹਾਂ ਉਹਦੇ 'ਚ ਵੀ ਕੰਟਰੀਬਿਊਟ ਕਰਨਾ ਚਾਹੁੰਦੇ ਆ। ਬਹੁਤ ਵਧੀਆ, ਅਤੇ ਮੇਰੇ ਹਿਸਾਬ ਨਾਲ ਉਹ ਇੰਟਰਵਿਊ ਦੇ ਲਈ ਵੀ ਰੈਡੀ ਨੇ ਜੀ, ਅਤੇ ਅਸੀਂ ਉਹਨਾਂ ਦੀ ਛੋਟੀ ਜਿਹੀ ਇੰਟਰਵਿਊ ਲੈ ਲੈਂਦੇ ਹਾਂ ਕਿ ਉਹਨਾਂ ਨੇ ਔਰਗਨਾਈਜੇਸ਼ਨ ਕਿੱਦਾਂ ਅਸਟੈਬਲਿਸ਼ ਕੀਤੀ ਹੈ। ਬਿਲਕੁਲ ਜੀ, ਜ਼ਰੂਰ ਜ਼ਰੂਰ, ਆਪਾਂ ਇੱਕ ਤਾਂ ਇਹਨਾਂ ਦੇ ਜਿਹੜੀ ਔਰਗਨਾਈਜੇਸ਼ਨ ਹੈ ਉਹਦਾ ਨਾਂ ਬੜਾ ਸੋਹਣਾ, ਹਾਂਜੀ, ਅਤੇ ਉੱਤੋਂ ਮਨੋਰਥ ਬੜੇ ਸੋਹਣੇ ਨੇ ਇਹਨਾਂ ਦੇ, ਹਾਂਜੀ ਬਿਲਕੁਲ, ਅਤੇ ਰਲ ਮਿਲ ਕੇ ਕੰਮ ਕਰਨ ਵਾਲਾ ਜਿਹੜਾ ਇੱਕ, ਹਾਂਜੀ, ਅਤੇ ਇਹਨਾਂ ਨੇ ਇਹਨਾਂ ਆਪਣਾ ਕਾਫੀ ਵੱਡਾ ਜਿਹੜਾ ਇਨਫਰਾਸਟ੍ਰਕਚਰ ਇਹਨਾਂ ਕੋਲ ਹੈਗਾ, ਅਤੇ ਇਹਨਾਂ ਨੇ ਕਮਿਊਨਿਟੀ ਨੂੰ ਆਫਰ ਕੀਤਾ ਉਹ ਜੀ, ਮਤਲਬ ਇਹਨਾਂ ਕੋਲ 7 ਦਿਨ ਕਾਫੀ ਬਿਲਡਿੰਗ 'ਚ ਕਾਫੀ ਪਾਰਟ ਇਹਨਾਂ ਦਾ ਵਿੰਡਮ ਵਿਲੇਜ ਸ਼ੋਪਿੰਗ ਸੈਂਟਰ 'ਚ ਹੈ, ਅਤੇ ਇਹਨਾਂ ਨੇ ਮੈਨੂੰ ਵੀ ਔਫਰ ਦਿੱਤੀ ਹੈ, ਅਤੇ ਤੁਹਾਡੇ ਰੇਡੀਓ ਥਰੂ ਵੀ ਅਸੀਂ ਦੇ ਸਕਦੇ ਹਾਂ ਸਰੋਤਿਆਂ ਨੂੰ ਵੀ, ਜੇ ਕਮਿਊਨਿਟੀ ਯੂਜ਼ ਲਈ ਕਦੇ ਕੋਈ ਮੀਟਿੰਗਸ ਕਰਨੀ ਹੈ ਸ਼ਾਮ ਨੂੰ ਸਵੇਰੇ, ਅਤੇ ਜੇ ਰੂਮ ਚਾਹੀਦੇ ਨੇ, ਤਾਂ ਇਹ ਔਫਰ ਇਹਨਾਂ ਨੇ ਵੱਲੋਂ, ਹਾਂਜੀ, ਇਹਨਾਂ ਵੱਲੋਂ ਔਫਰ ਆਈ ਹੈ। ਬਹੁਤ ਵਧੀਆ ਜੀ, ਸੋ ਸਿੱਧੂ ਸਾਹਿਬ ਆਪਾਂ ਜੇਕਰ ਇਹ ਫ੍ਰੀ ਨੇ ਅਤੇ ਇਹਨਾਂ ਦੀ ਹਲਕੀ ਜਿਹੀ ਆਪਾਂ ਗੱਲਬਾਤ ਸਰੋਤਿਆਂ ਦੇ ਨਾਲ ਕਰਵਾ ਦਿੰਦੇ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਹਾਂਜੀ, ਅਤੇ ਬ੍ਰੇਕ ਦੇ ਵਿੱਚ ਇਹਨਾਂ ਨੂੰ ਆਪਾਂ ਕਨੈਕਟ ਕਰਦੇ ਹਾਂ ਆਪਣੇ ਬਿਲਕੁਲ ਜੀ ਰੇਡੀਓ ਦੇ ਨਾਲ, ਅਤੇ ਕਰਾਉਂਦੇ ਹਾਂ ਗੱਲਬਾਤ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਅਤੇ ਉਸ ਤੋਂ ਬਾਅਦ
ਫਾਰੂਕ ਜੀ, ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਦੇ ਹਾਂ। ਹਾਂਜੀ, ਤੁਸੀਂ ਇਸ ਟਾਈਮ ਔਨ ਏਅਰ ਹੋ ਜੀ। ਹੈਲੋ, ਜੀ ਭਾਜੀ ਹਾਂਜੀ ਸਰ, ਆਪ ਤੁਸੀਂ ਇਸ ਟਾਈਮ ਔਨ ਏਅਰ ਹੋ। ਜੀ, ਹਾਂਜੀ, ਨੂੰ ਬਹੁਤ ਬਹੁਤ ਸਲਾਮ ਹੈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਔਰ ਗੁੱਡ ਈਵਨਿੰਗ ਹੈ। ਵੈਰੀ ਗੁੱਡ ਈਵਨਿੰਗ ਸਰ। ਅੱਛਾ, ਅਸੀਂ ਅੱਜ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਕਰਨੀ ਹੈ। ਜਸਵਿੰਦਰ ਸਿੱਧੂ ਜੀ ਇਸ ਟਾਈਮ ਮੇਰੇ ਨਾਲ ਬੈਠੇ ਨੇ ਜੀ, ਅਤੇ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਸੋਹਣੀ ਧਰਤੀ ਦੇ ਬਾਰੇ। ਹਾਂਜੀ ਸਿੱਧੂ ਸਾਹਿਬ। ਹਾਂਜੀ ਫਾਰੂਕ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਕੱਢਣ ਦੇ ਲਈ ਵੀਕਐਂਡ ਦੇ ਉੱਪਰ। ਮਾਈ ਪਲੇਜ਼ਰ ਬਾਈ, ਥੈਂਕ ਯੂ। ਹਾਂਜੀ, ਅਤੇ ਇਨਵਾਈਟ ਕਰਨ ਦਾ। ਨਹੀਂ ਜੀ, ਬਿਲਕੁਲ ਜੀ ਬਿਲਕੁਲ, ਤੁਹਾਡੇ ਨਾਲ ਅਸੀਂ ਲਗਾਤਾਰ ਗੱਲ ਕਰਦੇ ਰਹਾਂਗੇ ਕਿ ਕਿਉਂਕਿ ਜੋ ਤੁਸੀਂ ਪਾਕਿਸਤਾਨੀ ਪੰਜਾਬੀ ਕਮਿਊਨਿਟੀ ਨਾਲ ਕੰਮ ਕਰ ਰਹੇ ਹੋ, ਤਾਂ ਉਹ ਜੋ ਉਸਨੂੰ ਬਾਕੀ ਸਰੋਤਿਆਂ ਤੱਕ ਵੀ ਪਹੁੰਚਾਇਆ ਜਾਏ, ਅਤੇ ਹੋ ਸਕਦਾ ਕਿ ਅਸੀਂ ਤੁਹਾਡੇ ਕੋਲੋਂ ਵੀ ਕਾਫੀ ਕੁਛ ਲਰਨ ਕਰਨ ਨੂੰ ਸਾਨੂੰ ਵੀ ਮਿਲੇ। ਅਤੇ ਤੁਸੀਂ ਥੋੜ੍ਹਾ ਦੱਸੋਗੇ ਸੋਹਣੀ ਧਰਤੀ ਦੀ ਬੈਕਗਰਾਉਂਡ ਵੀ, ਤੁਸੀਂ ਕਿਸ ਤਰ੍ਹਾਂ ਸਟੈਬਲਿਸ਼ ਕੀਤਾ, ਅਤੇ ਤੁਹਾਡੀ ਕੀ ਜਿਹੜੀਆਂ ਅਚੀਵਮੈਂਟਸ ਨੇ ਪਾਸਟ ਦੇ ਵਿੱਚ, ਅਤੇ ਥੋੜ੍ਹਾ ਸੁਣੀ ਤੁਸੀਂ ਸਾਨੂੰ ਜਿਹੜਾ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਮਨਾਇਆ ਉਹਦੇ ਬਾਰੇ ਵੀ ਦੱਸੋ, ਅਤੇ ਫਿਊਚਰ ਪਲਾਨਸ ਕੀ ਕੀ ਨੇ। ਬਾਈ ਜੀ, ਸੋਹਣੀ ਧਰਤੀ, ਸਾਰਿਆਂ ਨਾਲੋਂ ਪਹਿਲੇ ਤਾਂ ਇਹ ਅਸੀਂ ਬੜਾ ਮੁਸ਼ਕਿਲ ਦੇ ਨਾਲ ਨਾਂ ਸਿਲੈਕਟ ਕੀਤਾ। ਅੱਛਾ ਜੀ। ਔਰ ਅਸੀਂ ਵੇਖਿਆ ਕਿ ਜੀ ਇਹ ਆਪਣਾ ਕਿਸ ਤਰ੍ਹਾਂ ਦਾ ਨਾਂ ਹੋਣਾ ਚਾਹੀਦਾ। ਸੋਹਣੀ ਧਰਤੀ ਦਾ ਮਤਲਬ ਹੈ ਕਿ ਜੀ ਸਾਰਿਆਂ ਨੂੰ ਜਿਵੇਂ ਪਤਾ, ਸੋਹਣੀ ਦਾ ਮਤਲਬ ਸੋਹਣਾ, ਧਰਤੀ ਦਾ ਮਤਲਬ ਲੈਂਡ। ਹਾਂਜੀ। ਔਰ ਅਸੀਂ ਇਸ ਨੂੰ ਸੋਹਣੀ ਧਰਤੀ ਆਸਟ੍ਰੇਲੀਆ ਦਾ ਨਾਂ ਦਿੱਤਾ। ਠੀਕ ਹੈ ਜੀ। ਔਰ ਇਸ ਨੂੰ ਬਣਾਉਣ ਦਾ ਮਕਸਦ ਇਹ ਸੀ ਕਿ ਅਸੀਂ ਸਪੈਸ਼ਲੀ ਪਾਕਿਸਤਾਨੀ ਕਮਿਊਨਿਟੀ ਨੂੰ ਰੈਪ੍ਰੀਜੈਂਟ ਕਰੀਏ। ਠੀਕ ਹੈ ਜੀ। ਕਿਉਂਕਿ ਪਾਕਿਸਤਾਨੀ ਕਮਿਊਨਿਟੀ ਥੋੜ੍ਹੀ ਜਿਹੀ ਜਿਵੇਂ ਕਿ ਜੀ ਆਪਣਾ ਵੱਖਰੀ ਹੋਈ ਹੈ ਦੂਸਰੀਆਂ ਕਮਿਊਨਿਟੀ ਤੋਂ, ਔਰ ਉਹਨਾਂ ਦੇ ਨਾਲ ਇਹਨਾਂ ਦੇ ਅੱਛਾ ਇੰਟਰੈਕਸ਼ਨ ਨਹੀਂ ਹੈ, ਅਤੇ ਸਾਡਾ ਮੇਨ ਫੋਕਸ ਔਰ ਮੇਨ ਮਕਸਦ ਇਹੀ ਬਣਾਉਣ ਦਾ ਸੀ ਕਿ ਜੀ ਅਸੀਂ ਪਾਕਿਸਤਾਨੀ ਕਮਿਊਨਿਟੀ ਨੂੰ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਆਈਏ ਔਰ ਦੂਸਰੀ ਕਮਿਊਨਿਟੀ ਦੇ ਨਾਲ ਇਹਨਾਂ ਦੀ ਅੱਛੀ ਇੰਟਰੈਕਸ਼ਨ ਕਰਾਈਏ। ਠੀਕ ਹੈ ਜੀ। ਅਸੀਂ ਸਾਰਿਆਂ ਨਾਲੋਂ ਪਹਿਲਾ ਪ੍ਰੋਗਰਾਮ ਜਿਹੜਾ ਕੀਤਾ ਉਹ 14 ਅਗਸਤ ਦੇ ਬਾਰੇ ਕੀਤਾ। 14 ਅਗਸਤ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਹੁੰਦਾ। ਅਸੀਂ ਪਹਿਲੇ ਆਪਣੀ ਕਮਿਊਨਿਟੀ ਨੂੰ ਹੀ ਇਕੱਠਾ ਕੀਤਾ ਔਰ ਬੜਾ ਸਕਸੈਸਫੁਲ ਇਵੈਂਟ ਹੋਇਆ ਔਰ ਵਿੰਡਮ ਵੇਲ ਦੀ ਹਿਸਟਰੀ ਦੇ ਵਿੱਚ ਫਸਟ ਟਾਈਮ ਕਿਸੇ ਵੀ ਮੁਲਕ ਦਾ ਝੰਡਾ ਜਿਹੜਾ ਉਹ ਹੋਸਟ ਹੋਇਆ, ਆਪਣਾ ਫਲੈਗ ਜਿਹੜਾ ਉਹ ਪਾਕਿਸਤਾਨ ਦਾ ਹੋਇਆ। ਔਰ ਅਸੀਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਜੀ ਸਾਰੇ ਕੌਂਸਲਰ, ਮੇਅਰ ਜਸਵਿੰਦਰ ਜੀ ਵੀ ਆਏ ਸੀ ਔਰ ਆਪਣਾ ਟੈਲਮੋਰ ਵੀ ਆਇਆ, ਤੇ ਇਹਨਾਂ ਸਾਰੇ ਲੋਕਾਂ ਨੇ ਬੜੀ ਆਪਣਾ ਹੈਲਪ ਕੀਤੀ ਔਰ ਸਾਨੂੰ ਇੱਜ਼ਤ ਦਿੱਤੀ ਹੈ। ਠੀਕ ਹੈ ਜੀ। ਔਰ ਉਸ ਇਵੈਂਟ ਨੂੰ ਬਹੁਤ ਸਕਸੈਸ ਕਰਨ ਲਈ ਹੋਰ ਵੀ ਕਾਫੀ ਸਾਰੇ ਦੋਸਤ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਨੇ ਉਹਨਾਂ ਨੇ ਹੈਲਪ ਕੀਤੀ ਸਾਡੀ। ਇਟ ਵਾਜ਼ ਬਹੁਤ ਅੱਛਾ ਮਤਲਬ ਹੋਇਆ ਔਰ ਉਸ ਤੋਂ ਬਾਅਦ ਅਸੀਂ ਹੁਣ ਅੱਗੇ ਸੋਚ ਰਹੇ ਕਿ ਜੀ ਇਸ ਨੂੰ ਮਜ਼ੀਦ ਕਿਵੇਂ ਅੱਗੇ ਲੈ ਕੇ ਜਾਈਏ। ਠੀਕ ਹੈ ਜੀ। ਮੈਂ ਤੁਹਾਡਾ ਪ੍ਰੋਗਰਾਮ ਅਟੈਂਡ ਕੀਤਾ ਕਿ ਬਹੁਤ ਜ਼ਿਆਦਾ ਸਕਸੈਸਫੁਲ ਸੀ, ਅਤੇ ਜਿਹੜੇ ਮੇਰੇ ਹਿਸਾਬ ਨਾਲ ਤੁਹਾਡੀ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਸੀ ਕਿ ਤੁਸੀਂ ਜੋ ਪਾਕਿਸਤਾਨੀ ਫੈਮਿਲੀਜ਼ ਆਪਣੇ ਆਪਣੇ ਘਰਾਂ ਦੇ ਵਿੱਚ ਜਾਂ ਛੋਟੇ ਛੋਟੇ ਸਰਕਲਾਂ ਦੇ ਵਿੱਚ ਉੱਠਦੇ ਬੈਠਦੇ ਸੀ, ਤੁਸੀਂ ਸਾਰਿਆਂ ਨੂੰ ਇੱਕ ਬੈਨਰ ਦੇ ਥੱਲੇ ਲੈ ਆਏ, ਅਤੇ ਜਿਹੜੀ ਤੁਹਾਡੀ ਅਚੀਵਮੈਂਟ ਵੀ ਤੁਸੀਂ ਦੱਸੀ ਹੈ ਕਿ ਪਹਿਲੀ ਵਾਰੀ ਕਿਸੇ ਵੀ ਕੰਟਰੀ ਦਾ ਝੰਡਾ ਕਾਉਂਸਲ ਦੀ ਬਿਲਡਿੰਗ ਤੋਂ ਜਿਹੜਾ ਲਹਿਰਾਇਆ ਗਿਆ ਉਹ ਪਾਕਿਸਤਾਨ ਦਾ ਝੰਡਾ, ਅਤੇ ਮੇਰੇ ਹਿਸਾਬ ਨਾਲ ਤੁਹਾਡੀ ਬਹੁਤ ਵੱਡੀ ਅਚੀਵਮੈਂਟ ਹੈ, ਅਤੇ ਤੁਹਾਡੀ ਕਮਿਊਨਿਟੀ ਨੂੰ ਵੀ ਤੁਹਾਡੇ 'ਤੇ ਬੜਾ ਮਾਣ ਹੋਣਾ ਚਾਹੀਦਾ। ਸ਼ੁਕਰੀਆ ਬਾਜੀ। ਹਾਂਜੀ, ਅਤੇ ਤੁਹਾਡੇ ਫਿਊਚਰ ਦੇ ਕੀ ਪਲੈਨਸ ਨੇ, ਤੁਸੀਂ ਕਿਹੜੀ ਕਿਹੜੀ ਜਿਹੜੇ ਤੁਹਾਡੀਆਂ ਐਕਟੀਵਿਟੀਜ਼ ਨੇ ਤੁਸੀਂ ਕਰਨਾ ਚਾਹੋਗੇ, ਕਿਉਂਕਿ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਥੋੜ੍ਹੀ ਦੇਰ ਪਹਿਲੇ ਲੈਂਗੁਏਜ ਬਾਰੇ ਗੱਲ ਕੀਤੀ ਹੈ ਕਿ ਜਿਹੜੀ ਪੰਜਾਬੀ, ਹਿੰਦੀ ਜਾਂ ਜਿਹੜੀਆਂ ਦੂਸਰੀਆਂ ਇੰਡੀਅਨ ਲੈਂਗੁਏਜ ਨੇ, ਅਤੇ ਇਹੀ ਮੇਰੇ ਸਾਹਮਣੇ। ਹਾਂਜੀ, ਅਸੀਂ ਉਰਦੂ ਦੀਆਂ ਕਲਾਸਾਂ ਜਿਹੜਾ ਨਾ ਐਟ ਦ ਮੂਮੈਂਟ ਰਨ ਕਰ ਰਹੇ ਹਾਂ ਇੱਥੇ ਮੀਡੀਅਮ ਲਰਨਿੰਗ ਦੇ ਵਿੱਚ। ਅੱਛਾ ਜੀ। ਔਰ ਅਸੀਂ ਟਿਊਸ਼ਨ ਵੀ, ਬੱਚਿਆਂ ਦੀ ਟਿਊਸ਼ਨ ਵੀ ਸਟਾਰਟ ਕਰਾਈ ਕਿਉਂਕਿ ਕਾਫੀ ਸਾਰੇ ਬੱਚੇ ਨੂੰ ਥੋੜਾ ਜਿਹਾ ਮਸਲਾ ਹੁੰਦਾ ਹੈ ਘਰਾਂ ਦੇ ਵਿੱਚ, ਉਹਨਾਂ ਦੇ ਪੇਰੈਂਟਸ ਇਤਨੇ ਪੜ੍ਹੇ ਲਿਖੇ ਨਹੀਂ ਹੁੰਦੇ। ਠੀਕ ਹੈ ਜੀ। ਅਸੀਂ ਉਹੀ ਸਟਾਰਟ ਕੀਤਾ ਸੀ ਔਰ ਅਸਾਂ ਦਾ ਪਲਾਨ ਪ੍ਰੋਗਰਾਮ ਹੈ ਕਿ ਅਗਰ ਕੁਛ ਐਸੇ ਨੀਡੀ ਜਿਹੜੇ ਕਿ ਆਪਣਾ ਅਫੋਰਡ ਨਹੀਂ ਕਰ ਸਕਦੇ ਟਿਊਸ਼ਨ, ਅਸੀਂ ਉਹਨਾਂ ਦੀ ਇੱਕ ਕਲਾਸ ਰਨ ਕਰਨ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੀ ਇੱਕ ਅੱਧੀ ਕਲਾਸ ਉਹਨਾਂ ਦੀ ਰਨ ਕੀਤੀ ਜਾਏ। ਠੀਕ ਹੈ ਜੀ। ਇਸ ਤਰੀਕੇ ਟੈਕਸ ਦਾ ਬਿਜ਼ਨਸ ਹੈ, ਅਸੀਂ ਉਹੀ ਸੋਚ ਰਹੇ ਹਾਂ ਕਿ ਜੀ ਕੁਛ ਐਸੀ ਫੈਮਿਲੀਜ, ਐਸੇ ਬੰਦੇ ਜਿਹਨਾਂ ਨੂੰ ਪੈਸੇ ਮੁਸ਼ਕਿਲ ਦੇ ਨਾਲ ਉਹ ਆਪਣਾ ਪੇ ਕਰ ਸਕਦੇ ਨੇ ਟੈਕਸ ਜੈਣ ਨੂੰ, ਉਹਨਾਂ ਨੂੰ ਅਸੀਂ ਹੈਲਪ ਕਰੀਏ, ਉਹ ਵਲੰਟੀਅਰ ਤੌਰ 'ਤੇ ਅਸੀਂ ਉਹ ਕੰਮ ਕਰੀਏ। ਠੀਕ ਹੈ ਜੀ। ਉਸ ਦੇ ਨਾਲ ਅਸੀਂ ਆਪਣਾ ਥੋੜੇ ਜਿਹੇ ਇਹ ਕਰ ਰਹੇ ਕਿ ਜੀ ਜਿਹੜੇ ਹੋਮਲੈਸ ਬੰਦੇ ਨੇ ਉਹਨਾਂ ਲਈ ਆਪਣਾ ਫੂਡ ਦਾ, ਜਿਵੇਂ ਆਪਣਾ ਤੁਹਾਡੇ ਨਾਲ ਵੀ ਗੱਲ ਹੋਈ ਸੀ ਕਿ ਕੁਝ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਕਰ ਰਹੀਆਂ ਨੇ, ਬਿਲਕੁਲ ਜੀ, ਤੇ ਅਸੀਂ ਬੜੇ ਵਿਲਿੰਗ ਹਾਂ ਕਿ ਅਸੀਂ ਉਸ ਦੇ ਅੰਦਰ ਪਾਰਟਿਸਿਪੇਟ ਕਰੀਏ। ਠੀਕ ਹੈ ਜੀ। ਔਰ ਆਪਣਾ ਬ੍ਰੇਕਫਾਸਟ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਸ ਦੇ ਅੰਦਰ ਵੀ ਅਸੀਂ ਕੋਈ ਪਾਰਟਿਸਿਪੇਟ ਕਰੀਏ ਜੀ। ਬਹੁਤ ਵਧੀਆ, ਬੜੇ ਐਸੇ ਪਲਾਨ ਹਨ। ਹਾਂਜੀ, ਬੜੇ ਸੋਹਣੇ ਕਿ ਅਸੀਂ ਪਲਾਨ ਕਰ ਰਹੇ ਹਾਂ, ਹੋਪਫੁਲੀ ਵੈਰੀ ਸੂਨ ਜਿਹੜਾ ਨਾ ਉਹਨਾਂ ਨੂੰ ਫਾਈਨਲਾਈਜ਼ ਅਸੀਂ ਕਰਾਂਗੇ।
ਬਹੁਤ ਵਧੀਆ ਜੀ, ਬਹੁਤ ਸੋਹਣੇ ਤੁਹਾਡੇ ਮਨੋਰਥ ਨੇ, ਬੜੇ ਸੋਹਣੇ ਮਨਸੂਬੇ ਨੇ, ਅਤੇ ਮਹਾਰਾਜ ਅੱਲਾਹ ਤਾਲਾ ਤੁਹਾਨੂੰ ਇਹਦੇ ਵਿੱਚ ਕਾਮਯਾਬੀ ਬਖਸ਼ੇ। ਜੋ ਵੀ ਸਾਡੇ ਲਈ ਅਸੀਂ ਕਰ ਸਕਦੇ ਹੋਈਏ ਉਹਦੇ ਵਿੱਚ ਕੋਈ ਹੈਲਪ, ਰੇਡੀਓ ਦੇ ਮਾਧਿਅਮ ਦੇ ਨਾਲ ਪਲੀਜ਼ ਅਸੀਂ ਉੱਥੇ ਹਾਜ਼ਰ ਹਾਂ, ਸਾਨੂੰ ਟਾਈਮ ਟੂ ਟਾਈਮ ਆਪਾਂ ਵੀ ਆਰ ਸ਼ੁਕਰੀਆ ਮੋਰ ਦੈਨ ਬਾਈ ਜੀ। ਬਸ ਹੈਪੀ। ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਜੀ ਜਿਹੜੀ ਸਾਡੀ ਪਾਕਿਸਤਾਨੀ ਕਮਿਊਨਿਟੀ ਹੈ ਉਹ ਦੂਸਰੀ ਕਮਿਊਨਿਟੀਜ਼ ਦੇ ਨਾਲ ਅੱਛੇ ਤਰੀਕੇ ਨਾਲ ਇੰਟਰੈਕਟ ਕਰਨ ਔਰ ਆਪਣਾ ਪਾਰਟਿਸਿਪੇਟ ਕਰਨ ਇਸ ਕਮਿਊਨਿਟੀ ਲਈ ਜਿਸ ਕਮਿਊਨਿਟੀ ਦੇ ਵਿੱਚ ਅਸੀਂ ਇੱਥੇ ਰਹਿੰਦੇ ਹਾਂ ਜੀ, ਔਰ ਜਿਹੜੇ ਵੀ ਨੀਡੀ ਜਿਸ ਜਿਸ ਏਰੀਏ ਦੇ ਵਿੱਚ ਵੀ ਲੋਕਾਂ ਨੂੰ ਜ਼ਰੂਰਤ ਹੈ ਅਸੀਂ ਉਹਨਾਂ ਦੀ ਜ਼ਰੂਰਤਾਂ ਦੇ ਵਿੱਚ ਜਿਹੜਾ ਨਾ ਸ਼ਾਮਿਲ ਹੋਈਏ। ਬਿਲਕੁਲ ਜੀ, ਰਲ ਮਿਲ ਕੇ ਕੀਤੇ ਗਏ ਕੰਮ ਜਿਹੜੇ ਆ ਉਹ ਛੇਤੀ ਹੋ ਜਾਂਦੇ, ਐਬਸੋਲਿਊਟਲੀ ਹਾਂਜੀ, ਅਤੇ ਜਿਹੜੇ ਇਕੱਲੇ ਇਕੱਲੇ ਕਰਨ ਵਾਲੇ ਕੰਮ ਆ ਉਹ ਸ਼ਾਇਦ ਹੋ ਤਾਂ ਉਹ ਵੀ ਜਾਂਦੇ ਆ ਪਰ ਥੋੜ੍ਹਾ ਟਾਈਮ ਲੱਗਦਾ, ਥੋੜ੍ਹੀ ਮਿਹਨਤ ਟਾਈਮ ਜ਼ਿਆਦਾ ਲੱਗਦਾ। ਲੱਗਦੀ। ਐਗਜੈਕਟਲੀ ਹਾਂਜੀ, ਸੋ ਬਹੁਤ ਵਧੀਆ ਜੀ, ਬੜਾ ਸੋਹਣਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ ਅਤੇ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਆਪਾਂ। ਬਹੁਤ ਬਹੁਤ ਸ਼ੁਕਰੀਆ ਸਾਡੇ ਲਈ ਟਾਈਮ ਕੱਢਣ ਲਈ ਅਤੇ ਗੁੱਡ ਲੱਕ ਸ਼ੁਕਰੀਆ ਜੀ ਸੋਹਣੀ ਤੁਹਾਡਾ ਧਰਤੀ ਦੇ ਲਈ ਥੈਂਕ ਯੂ ਜੀ, ਜੀ ਸ਼ੁਕਰੀਆ। ਸ਼ੁਕਰੀਆ ਜੀ। ਹਾਂਜੀ, ਇਹ ਸਨ ਜੀ ਖਾਲਿਦ ਫਰੂਕ ਜੀ, ਜਿਹੜੇ ਕਿ ਸੋਹਣੀ ਧਰਤੀ ਨਾਂ ਦੀ ਸੰਸਥਾ ਜਿਨ੍ਹਾਂ ਨੇ ਰਨ ਕੀਤੀ ਆ ਪਾਕਿਸਤਾਨੀ ਕਮਿਊਨਿਟੀ ਦੇ ਲਈ, ਅਤੇ ਬਹੁਤ ਵਧੀਆ ਬੜਾ ਸੋਹਣਾ ਲੱਗਦਾ ਜਿਹੜਾ ਬ੍ਰੇਕਫਾਸਟ ਪ੍ਰੋਗਰਾਮ ਜਿਹੜਾ ਰਨ ਕੀਤਾ ਸੀ ਬੱਚਿਆਂ ਦੇ ਲਈ ਜਸਵਿੰਦਰ ਸਿੱਧੂ ਜੀ ਨੇ, ਅਤੇ ਉਹਦੇ ਵਿੱਚ ਇਹ ਨਾਲ ਮੋਢੇ ਨਾਲ ਮੋਢਾ ਜੋੜ ਕੇ ਯੋਗਦਾਨ ਪਾਉਣ ਦੇ ਲਈ ਤਿਆਰ ਨੇ। ਬਹੁਤ ਵਧੀਆ ਸਿੱਧੂ ਸਾਹਿਬ, ਬੜਾ ਬੜਾ ਸੋਹਣਾ ਲੱਗਦਾ ਜਦੋਂ ਬਾਹਰ ਦੀਆਂ ਦੂਜੀਆਂ ਕਮਿਊਨਿਟੀਜ਼ ਇੱਦਾਂ ਦੇ ਪ੍ਰੋਗਰਾਮ ਸੁਣ ਕੇ, ਅਫਕੋਰਸ ਇਹਦੇ ਵਿੱਚ ਕੁਛ ਨਾ ਕੁਛ ਉਹਨਾਂ ਨੂੰ ਕੁਛ ਨਾ ਕੁਛ ਕੀ ਸਾਰਾ ਕੁਛ ਹੀ ਬੜਾ ਵਧੀਆ ਲੱਗਾ ਹੋਊਗਾ, ਜਿਹਦੇ ਕਰਕੇ ਇਹਨਾਂ ਨੇ ਇਸ ਚੀਜ਼ ਦੀ ਹਾਂ ਕੀਤੀ ਆ ਅਤੇ ਇਹਦੇ ਵਿੱਚ ਉਹ ਸ਼ਾਮਿਲ ਹੋਣਾ ਚਾਹੁੰਦੇ। ਅਤੇ ਬੇਸਿਕਲੀ ਸਟਾਰਟ ਦਾ ਪ੍ਰੋਗਰਾਮ ਉਹ ਗੁਰਦੁਆਰਾ ਸਾਹਿਬ ਤੋਂ ਹੀ ਹੋਇਆ ਸੀ, ਤੁਹਾਨੂੰ ਵੀ ਪਤਾ ਹੈ, ਅਤੇ ਉਹਦੇ 'ਚ ਅਸੀਂ ਪਿਛਲੇ ਸਾਲ ਤਕਰੀਬਨ 40,000 ਤੋਂ ਵੱਧ ਮੀਲ ਸਰਵ ਕੀਤੀਆਂ ਬੱਚਿਆਂ ਨੂੰ, ਨੀਡੀ ਬੱਚਿਆਂ ਨੂੰ। ਬਹੁਤ ਵਧੀਆ ਜੀ, ਉਹਦੇ ਲਈ ਤੁਸੀਂ ਵੀ ਵਧਾਈ ਦੇ ਪਾਤਰ ਹੋ ਮੇਰੇ ਹਿਸਾਬ ਨਾਲ। ਕਮਿਊਨਿਟੀ ਦਾ ਪ੍ਰੋਗਰਾਮ ਹੈ ਅਤੇ ਕਮਿਊਨਿਟੀ ਹੋਰ ਪਾਰਟੀਸਪੇਟ ਕਰੇਗੀ ਅਤੇ ਇਹਨੂੰ ਅਸੀਂ ਹੋਰ ਐਕਸਪੈਂਡ ਕਰ ਸਕਦੇ ਹਾਂ। ਅਤੇ ਜਿਹੜੀ ਫਾਰੂਕ ਜੀ ਨੇ ਗੱਲ ਕੀ ਹੈ ਕਿ ਸਾਡੀ ਕਮਿਊਨਿਟੀਆਂ ਆਪਣੇ ਆਪ 'ਚ ਹੀ ਨਾ ਰਹਿ ਜਾਣ, ਮੇਨ ਸਟ੍ਰੀਮ ਜਿਹੜੀ ਸੋਸਾਇਟੀ ਉਹਦਾ ਵੀ ਪਾਰਟ ਬਣਨ, ਮੇਰੇ ਹਿਸਾਬ ਨਾਲ ਇਹ ਪ੍ਰੋਗਰਾਮ ਜਿੱਦਾਂ ਵਧੇਗਾ ਅਤੇ ਜਿਹੜੀ ਮੇਨ ਸਟ੍ਰੀਮ ਸੋਸਾਇਟੀਜ਼ ਨੇ ਉਹ ਤੁਹਾਨੂੰ ਖੁਦ ਹੀ ਜਿਹੜੀਆਂ ਅਪਣਾ ਲੈਣਗੇ। ਬਿਲਕੁਲ ਜੀ, ਹਾਂਜੀ ਬਿਲਕੁਲ, ਇਹ ਤੁਹਾਡਾ ਮਨੋਰਥ ਪਿੱਛੇ ਚੰਗਾ ਹੋਵੇ, ਹਾਂਜੀ, ਅਤੇ ਸਾਰੇ ਨਾਲ ਦੇ ਨਾਲ ਰਲਦੇ ਨੇ ਆਪੇ ਕਾਫਲਾ ਬਣ ਬਿਲਕੁਲ ਜਾਂਦਾ। ਬਿਲਕੁਲ, ਜਿਸ ਤਰ੍ਹਾਂ ਇਹਨਾਂ ਨੇ ਸਕੂਲ ਅਡੋਪਟ ਕੀਤੇ ਇਸ ਤਰ੍ਹਾਂ ਹੀ ਮੈਲਬਰਨ ਸਰਵਿਸ ਕਲੱਬ ਇੱਕ ਅਸਟੈਬਲਿਸ਼ ਹੋਇਆ, ਉਹਨਾਂ ਨਾਲ ਵੀ ਅਸੀਂ ਇੰਟਰਵਿਊ ਕਰਾਂਗੇ। ਉਹਨਾਂ ਦੇ ਵੀ 5-6 ਏਰੀਆਜ਼ ਨੇ, ਉਹਨਾਂ 'ਚੋਂ ਵੀ ਉਹਨਾਂ ਨੇ ਬ੍ਰੇਕਫਾਸਟ ਕਲੱਬ, ਹੋਮਲੈਸ ਬੱਚਿਆਂ ਲਈ ਅਤੇ ਸੀਨੀਅਰਸ ਦਾ ਪ੍ਰੋਗਰਾਮ ਅਡੋਪਟ ਕਰ ਲਿਆ ਜੀ, ਅਤੇ ਇਸ ਤਰ੍ਹਾਂ ਹੀ ਉਹਨਾਂ ਨਾਲ ਵੀ ਅਸੀਂ ਇੱਕ ਦਿਨ ਇੰਟਰਵਿਊ ਕਰ ਲਾਂਗੇ। ਸਿੱਧੂ ਸਾਹਿਬ, ਸਾਡੇ ਬੜੇ ਸਾਰੇ ਸਰੋਤੇ ਸ਼ਾਇਦ ਇਸ ਤੋਂ ਪਹਿਲਾਂ ਜਿਹੜਾ ਆਪਾਂ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਆਪਾਂ ਜ਼ਰੂਰ ਇਹਦੇ ਬਾਰੇ ਹਲਕਾ ਜਿਹਾ ਦੱਸਿਆ, ਹੋ ਸਕਦਾ ਸਾਡੇ ਸਰੋਤੇ ਜਿਹੜੇ ਇਸ ਟਾਈਮ ਸੁਣ ਰਹੇ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਨਾ ਪਤਾ ਹੋਵੇ ਇਸ ਚੀਜ਼ ਦਾ, ਅਤੇ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਸਾਡੀ ਕਮਿਊਨਿਟੀ ਦੇ ਵਿੱਚ ਸ਼ੇਅਰ ਕਰਨ ਵਾਲੀ। ਹਲਕਾ ਜਿਹਾ ਇੱਕ ਵਾਰੀ ਫਿਰ ਦੁਬਾਰਾ ਸਾਂਝ ਪਾਓ ਸਾਡੇ ਸਰੋਤੇ। ਬਿਲਕੁਲ, ਬਰੀਫ ਜਿਹਾ ਮੈਂ ਦੱਸ ਦਿੰਦਾ ਕਿ ਇਸ ਕੰਟਰੀ ਦੇ ਵਿੱਚ ਜਿਹੜਾ ਬੱਚਿਆਂ ਦਾ ਨਿਗਲੈਕਟ ਹੈ ਬਹੁਤ ਵੱਡੀ ਸੋਸ਼ਲ ਪ੍ਰੋਬਲਮ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਮੈਂ ਯੂਨੀਵਰਸਿਟੀ ਲੈਕਚਰਰ ਹੋਣ ਕਰਕੇ ਮੇਰੀ ਜਿਹੜੀ ਫਿਜ਼ੀਕਲ ਜੋਬ ਬੜੀ ਘੱਟ ਹੈ, ਜ਼ਿਆਦਾਤਰ ਜਿਹੜੀ ਹੈ ਰਿਸਰਚ ਹੈ ਜੀ। ਮੈਂ ਇਹ ਗੁਰਦੁਆਰਾ ਸਾਹਿਬ ਤੋਂ ਵੈਸੇ ਕਿ ਕਿਰਪਾ ਤਾਂ ਗੁਰੂ ਨਾਨਕ ਦੇਵ ਜੀ ਦੀ ਹੋਈ ਕਿ ਉਹ ਲੰਗਰ ਦੇ ਬਾਰੇ ਮੈਂ ਸੋਚਦਾ ਸੀ ਕਿ ਲੰਗਰ ਕਿੱਦਾਂ ਯੂਜ਼ ਕੀਤਾ ਜਾਵੇ ਵੀ ਉਹ ਸੁੱਟਣਾ ਨਾ ਪਵੇ ਜੀ। ਉਹ ਕਰਦੇ ਕਰਦੇ ਸਾਨੂੰ ਪਤਾ ਚੱਲਿਆ ਕਿ ਇੱਥੇ 6-8% ਬੱਚੇ ਜਿਹੜੇ ਪੇਰੈਂਟਸ ਸਕੂਲ ਭੇਜਦੇ ਆ ਬਿਨਾਂ ਬਿਨਾਂ ਫੂਡ ਦੇ। ਬ੍ਰੇਕਫਾਸਟ ਤਾਂ ਸਿਰਫ ਨਾਮ ਹੈ ਉਹਨਾਂ ਨੂੰ, ਰਾਤ ਨੂੰ ਡਿਨਰ ਵੀ ਨਹੀਂ ਮਿਲਦਾ ਅਤੇ ਲੰਚ ਵੀ ਨਹੀਂ ਮਿਲਦਾ ਇੱਥੇ ਵੀ। ਹਾਂਜੀ, ਇੱਥੇ ਵੀ ਨਹੀਂ, ਇੱਥੇ ਹੀ ਹੈ। ਅਤੇ ਉੱਦਾਂ ਇਹਨਾਂ ਨੂੰ ਚਿੰਤਾ ਬਾਕੀ ਸਾਰੀ ਦੁਨੀਆ ਦੀ ਹੈਗੀ ਹੈ ਕਿ ਇੱਥੇ ਕੀ ਹੋ ਗਿਆ, ਉੱਥੇ ਕੀ ਹੋ ਗਿਆ, ਪਰ ਆਪਣੇ ਘਰ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਉਹ ਪੋਲਿਸੀ ਮੇਕਰਸ ਨੂੰ ਮੈਂ ਦੱਸ ਚੁੱਕਿਆ ਅਤੇ ਉਹਨਾਂ ਨੂੰ ਬੇਸਿਕਲੀ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਅਤੇ ਅਸੀਂ ਸੋਚਿਆ ਕਿ ਬਜਾਏ ਇਸੇ ਕਿ ਪੋਲਿਟਿਕਸ ਪੈਣ ਦੇ, ਅਸੀਂ ਆਪਣੀ ਕਮਿਊਨਿਟੀ ਵੱਲੋਂ ਜਿਹੜਾ ਸਾਡੇ ਕੋਲ ਹਿੰਦੂ ਧਰਮ 'ਚ ਵੀ ਫੂਡ ਡੋਨੇਸ਼ਨ ਹੈ, ਮੁਸਲਮਾਨ ਧਰਮ 'ਚ ਵੀ ਹੈ ਅਤੇ ਸਿੱਖ ਧਰਮ 'ਚ ਲੰਗਰ ਹੈ ਹੀ ਹੈ, ਉਹਨੂੰ ਐਕਸਟੈਂਡ ਕਰੀਏ। ਤਾਂ ਅਸੀਂ ਕੁਛ ਸਾਲ ਪਹਿਲਾਂ ਸਟਾਰਟ ਕੀਤਾ, ਜਿਵੇਂ ਤੁਹਾਨੂੰ ਦੱਸਿਆ ਸਾਡੇ ਕੋਲ ਇਸ ਟਾਈਮ 700 ਬੱਚੇ ਆ ਅਤੇ ਇਸ ਹਫ਼ਤੇ 2 ਮੀਲਸ ਉਹਨਾਂ ਨੂੰ ਪ੍ਰੋਵਾਈਡ ਹੁੰਦੀਆਂ ਅਤੇ ਮਹੀਨੇ ਦੀਆਂ 6,000 ਮੀਲਸ ਅਸੀਂ ਡਿਸਟ੍ਰੀਬਿਊਟ ਕਰਦੇ ਹਾਂ ਅਤੇ 40,000 ਜਿਹੜੀਆਂ ਮੀਲਸ ਮੈਂ ਕੋਸਟਿੰਗ ਕੀਤੀ ਹੈ ਉਹ ਅਸੀਂ ਪਿਛਲੇ ਸਾਲ ਸਰਵ ਕੀਤੀਆਂ ਅਤੇ ਉਹ ਵੱਧ ਰਿਹਾ ਪ੍ਰੋਗਰਾਮ। ਜਿਵੇਂ ਫਾਰੂਕ ਜੀ ਲੈ ਰਹੇ ਨੇ ਸਕੂਲ ਮੈਲਬਰਨ ਸਰਵਿਸ ਕਲੱਬ 'ਚ, ਗਗਨ ਸੇਠੀ, ਰੇਪਨ ਸੇਠੀ, ਉਹਨਾਂ ਨੇ 2 ਸਕੂਲ ਲੈ ਲਏ ਆ ਜੀ। ਇੱਦਾਂ ਕਰਦੇ 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 ਮੇਰੇ ਹਿਸਾਬ ਨਾਲ ਅਸੀਂ ਪੂਰੇ ਵਿਕਟੋਰੀਆ ਦੇ ਵਿੱਚ, ਇਹ ਸ਼ੈਪਟਨ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਉੱਥੇ ਜਿਹੜੀ ਸੰਗਤ ਹੈ ਉਹਨਾਂ ਨੇ 5 ਸਕੂਲ ਅਡੋਪਟ ਕਰਨ ਦਾ ਪਲਾਨ ਹੈ ਉਹਨਾਂ ਦਾ। ਇਸ ਤਰ੍ਹਾਂ ਹੀ ਹਿੰਦੂ ਮੰਦਿਰ ਜਿਹੜੇ ਰੌਕ ਬੈਂਕ ਮੰਦਿਰ ਬਹੁਤ ਜ਼ਿਆਦਾ ਅਨਾਜ ਡੋਨੇਟ ਕਰਦਾ, ਉਹਨਾਂ ਨੇ 3 ਟਨ ਫੂਡ ਡੋਨੇਟ ਕੀਤਾ, ਸਾਡੇ ਕੋਲ ਸਾਰਾ ਐਵੀਡੈਂਸ ਵੀ ਪਿਆ। ਬਹੁਤ ਵਧੀਆ। ਅਤੇ ਉਹ ਕੀਤਾ ਉਹ ਸੈਂਕੜੇ ਹਜ਼ਾਰਾਂ ਲੀਟਰ ਉਹ ਦੁੱਧ ਡੋਨੇਟ ਕਰ ਚੁੱਕੇ ਨੇ ਮੰਦਿਰ ਵਾਲੇ। ਬਾਕੀ ਪਲੰਟਨ ਗੁਰਦੁਆਰਾ ਸਾਹਿਬ ਗੁਰਦਰਸ਼ਨ ਸਿੰਘ ਜੀ ਉਹਨਾਂ ਵੱਲੋਂ ਵੀ, ਮਤਲਬ ਜਦੋਂ ਵੀ ਅਸੀਂ ਫੋਨ ਕਰਦੇ ਕਦੇ ਵੀ ਨਾ ਨਹੀਂ ਅੱਜ ਤੱਕ ਸੁਣੀ ਸਾਨੂੰ ਜੀ। ਅਤੇ ਟਾਰਨੇਟ
ਜੀ ਅਤੇ ਉਹ ਹੋਮਲੈਸ ਬੱਚਿਆਂ ਨੂੰ ਜਾਂਦਾ। ਹੋਮਲੈਸ ਬੱਚਿਆਂ ਨੂੰ ਥੋੜ੍ਹੀ ਮੈਂ ਥੋੜ੍ਹੇ ਜਿਹੇ ਬਰੀਫ ਦੱਸ ਦਿੰਦਾ, ਪਰ ਅਸੀਂ ਫਿਰ ਇੱਕ ਪ੍ਰੋਗਰਾਮ ਵੀ ਰਨ ਕਰ ਲਾਂਗੇ ਕਿਉਂਕਿ ਸਾਡੇ ਫਿਊਚਰ ਦੇ ਵਿੱਚ ਅਗਰ ਸੁਰੋਤੇ ਜਾਣਨਾ ਚਾਹਣਗੇ, ਕਿਉਂਕਿ ਇਹ ਬਹੁਤ ਵੱਡੀ ਸੋਸ਼ਲ ਪ੍ਰੋਬਲਮ ਹੈ, ਪੰਜਾਬੀ ਕਮਿਊਨਿਟੀ ਨਾਲ ਲਿੰਕਡ ਨਹੀਂ ਹੈ, ਪਰ ਪੰਜਾਬੀ ਕਮਿਊਨਿਟੀ ਕਿਸ ਤਰ੍ਹਾਂ ਇਹਦੇ 'ਤੇ ਇਫੈਕਟ ਪਾ ਸਕਦੀ ਹੈ ਉਹਦੇ 'ਤੇ ਅਸੀਂ ਕਰ ਸਕਦੇ ਹਾਂ। ਇਹ ਇਸ ਕੰਟਰੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ 1 ਲੱਖ ਤੋਂ ਵੱਧ ਲੋਕ ਹੋਮਲੈਸ ਨੇ। ਹੋਮਲੈਸ ਦਾ ਮਤਲਬ ਹੁੰਦਾ ਕਿ ਘਰ ਨਹੀਂ ਹੈ ਜਿਹਦੇ ਕੋਲੇ, ਪਰ ਜ਼ਰੂਰੀ ਨਹੀਂ ਕਿ ਉਹ ਸੜਕ 'ਤੇ ਸੋ ਰਿਹਾ, ਪਰ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਵੀ ਅਗਲੇ ਹਫ਼ਤੇ ਮੈਂ ਕਿੱਥੇ ਸੋਣਾ ਅਤੇ ਮੇਰੇ ਕੋਲ ਜਗ੍ਹਾ ਵੀ ਹੋਏਗੀ ਕਿ ਨਹੀਂ। ਉਹ 3 ਕੈਟੇਗਰੀਜ਼ ਹੁੰਦੀਆਂ ਨੇ, ਜਿਹੜੀ ਸਭ ਤੋਂ ਜਿਹੜੀ ਖਤਰਨਾਕ ਕੈਟੇਗਰੀ ਉਹ ਆ ਜਿਹੜੇ ਕਿ ਲੋਕ ਸੜਕ 'ਤੇ ਰਹਿੰਦੇ ਆ। ਅਤੇ ਅਸੀਂ ਜਿਹੜਾ ਕੰਮ ਕਰਦੇ ਹਾਂ ਡਾਇਰੈਕਟਲੀ ਹੋਮਲੈਸ ਬੱਚਿਆਂ ਦੇ ਨਾਲ ਕਰਦੇ ਹਾਂ, ਕਿਉਂਕਿ 14 ਸਾਲ ਤੋਂ ਉੱਪਰ ਦੀ ਏਜ ਦੇ ਬੱਚੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਨੇ ਹੋਮਲੈਸ ਨੇ। ਅੱਛਾ ਜੀ। ਹਾਂਜੀ, ਅਤੇ ਹਰ ਜਿਹੜਾ ਏਰੀਆ ਸੇਂਟ ਅਲਬਨਸ ਦਾ ਪਿੱਕ ਕਰ ਲਓ, ਚਾਹੇ ਤੁਸੀਂ ਕੋਈ ਵੀ ਏਰੀਆ ਪਿੱਕ ਕਰ ਲਓ, ਬਹੁਤ ਜਿਹੜੇ ਰਿਚ ਏਰੀਆ ਉਹਨਾਂ 'ਚ ਤਾਂ ਨਹੀਂ ਹੁੰਦੇ, ਪਰ ਜਿਹੜੇ ਲੋਅ ਸੋਸ਼ੋ ਇਕਨੋਮਿਕ ਜਾਂ ਜਿਹੜੇ ਐਵਰੇਜ ਏਰੀਆਜ਼ ਨੇ, ਉੱਥੇ ਤੁਹਾਨੂੰ 30 ਤੋਂ 50 ਬੱਚੇ ਹੋਮਲੈਸ ਮਿਲ ਜਾਣਗੇ, ਜੋ ਕਿ ਬਹੁਤ ਹੀ ਸ਼ੌਕਿੰਗ ਨੰਬਰ ਹੈ। ਹੁਣ ਇਹੀ ਬੱਚੇ ਕ੍ਰਾਈਮ 'ਚ ਪੈਣਗੇ, ਇਹੀ ਬੰਦੇ ਡਰੱਗਸ ਲੈਣਗੇ। ਸਹੀ ਹੈ ਜੀ। ਠੀਕ ਹੈ ਜੀ। ਹੁਣ ਤੁਸੀਂ ਸੋਚੋ ਕਿ 15 ਸਾਲ ਦਾ ਬੱਚਾ ਸੜਕ 'ਤੇ ਰਹਿ ਰਿਹਾ ਅਤੇ ਉਹ ਬ੍ਰਿਜ ਦੇ ਥੱਲੇ ਸੋ ਰਿਹਾ ਜਾਂ ਉਹ ਕੋਈ ਹੋਰ ਗਲਤ ਚੀਜ਼ਾਂ 'ਚ ਪੈ ਰਿਹਾ, ਅਤੇ ਇਹ ਜਦੋਂ ਅਗਰ ਤੁਸੀਂ ਪਿੱਛੇ ਸੁਣੋ ਦੇਖੋ ਕਿ ਜਿਹੜੇ ਅਟੈਕ ਵਗੈਰਾ ਵੀ ਹੋਏ ਆ ਸਟੂਡੈਂਟਸ ਦੇ ਉੱਪਰ ਜਾਂ ਵੈਸੇ ਵੀ ਹੁੰਦੇ ਰਹਿੰਦੇ, ਇਹ ਬੇਸਿਕਲੀ ਰੂਟ ਕੋਜ਼ ਦੀ ਉਹ ਹੈ। ਇੱਥੇ ਆਈਸ ਬਹੁਤ ਜ਼ਿਆਦਾ ਵੱਧ ਰਹੀ ਹੈ, ਡਰੱਗਸ ਬਹੁਤ ਵੱਧ ਰਹੀ ਹੈ, ਪਰ ਗਵਰਨਮੈਂਟ ਜੋ ਨੇ ਕੋਈ ਬੇਸਿਕਲੀ ਪੋਲੀਟਿਕਸ ਨੂੰ ਅਸੀਂ ਮੈਂ ਜਿਵੇਂ ਕਿਹਾ ਕਿ ਨਾਂ ਵੀ ਲਈਏ, ਪਰ ਫਿਰ ਵੀ ਗਵਰਨਮੈਂਟ ਦਾ ਧਿਆਨ ਇਹਨਾਂ ਇਸ਼ੂਜ਼ ਵੱਲ ਨਹੀਂ ਹੈ ਜ਼ਿਆਦਾ। ਅਤੇ ਸਾਡਾ ਜਿਹੜਾ ਮੇਨ ਏਮ ਹੈ ਕਿ ਅਸੀਂ ਘੱਟੋ ਘੱਟ ਆਪਣੀ ਕਮਿਊਨਿਟੀ ਵੱਲੋਂ ਅਸੀਂ ਸਲਿਊਸ਼ਨ ਔਫਰ ਕਰੀਏ। ਅਤੇ ਅਸੀਂ ਹੋਮਲੈਸ ਬੱਚਿਆਂ ਨੂੰ ਲੰਗਰ ਭੇਜਦੇ ਹਾਂ, ਹੋਮਲੈਸ ਬੱਚਿਆਂ ਦੇ ਲਈ ਹੋਰ ਬੜੀਆਂ ਚੀਜ਼ਾਂ ਨੇ, ਉਹਨਾਂ ਲਈ ਕੰਬਲ, ਕੱਪੜੇ, ਅਤੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਰੈਂਟਿਡ ਹਾਊਸਿਸ। ਵੈਸਟਰਨ ਸਬਰਬਸ ਦੇ ਵਿੱਚ ਜ਼ਿਆਦਾ ਐਸੇ ਘਰ ਨਹੀਂ ਹੈ ਜਿੱਥੇ ਕਿ ਜਿਵੇਂ ਹੋਮਲੈਸ ਤੋਂ ਹੈ ਨੇ, ਪਰ ਸਾਰਿਆਂ ਨੂੰ ਤਾਂ ਤੁਸੀਂ ਨਹੀਂ ਰੱਖ ਸਕਦੇ, ਪਰ ਜਦੋਂ ਕਿਸੇ ਨੂੰ ਬੁਖਾਰ ਹੋ ਗਿਆ, ਬਿਮਾਰ ਹੋ ਗਿਆ, ਉਹ ਸੜਕ ਦੇ ਉੱਤੇ ਮੀਂਹ ਅਤੇ ਸਰਦੀ ਦੇ 'ਚ ਰੁਕਣ ਦੀ ਬਜਾਏ ਜੇ ਉਹਨਾਂ ਨੂੰ ਘਰ ਹੋਵੇ, ਉਹ ਇੱਕ ਜਾਂ 2 ਹੀ ਘਰ ਨੇ, ਉਹ ਅਸੀਂ ਉਹਨਾਂ ਨੂੰ ਰੈਂਟ 'ਤੇ ਲੈਣ ਲਈ ਫੰਡ ਰੇਜ਼ਿੰਗ ਕਰਨ ਦੀ ਵੀ ਪਲੈਨਿੰਗ ਹੈ। ਵਾਹ ਜੀ, ਹਾਂਜੀ, ਬਹੁਤ ਵਧੀਆ ਜੀ। ਇਹ ਸਿੱਧੂ ਸਾਹਿਬ, ਉਹ ਗੱਲਬਾਤ ਹੋ ਗਈ ਜਿੱਦਾਂ ਆਪਾਂ ਅਕਸਰ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਕੁੱਬੇ ਨੂੰ ਨਾ ਮਾਰੋ, ਕੁੱਬੇ ਦੀ ਮਾਂ ਨੂੰ ਮਾਰੋ। ਆਪਾਂ ਅਕਸਰ ਇਹਨਾਂ ਚੀਜ਼ਾਂ ਦੇ ਉੱਤੇ ਡਿਸਕਸ ਕਰਦੇ ਰਹਿੰਦੇ ਹਾਂ, ਨਸ਼ੇ ਵੱਧਦੇ ਜਾ ਰਹੇ ਆ, ਅਟੈਕ ਵੱਧਦੇ ਜਾ ਰਹੇ ਆ, ਲੋਕਾਂ ਦੇ ਕੋਲ ਖਾਣ ਨੂੰ ਨਹੀਂ ਗਾ। ਆਪਾਂ ਇਹ ਇੰਡੀਆ ਦੇ ਵਿੱਚ ਆਪਾਂ ਸੋਚਦੇ ਹਾਂ ਕਿ ਸ਼ਾਇਦ ਉੱਥੇ ਹੀ ਹੈ, ਪਰ ਥੋੜ੍ਹੇ ਜਾਂ ਵੱਡੇ ਪੱਧਰ ਦੇ ਉੱਤੇ ਇੱਥੇ ਵੀ ਸਾਰਾ ਕੁਛ ਹੈਗਾ, ਸਾਰਾ ਕੁਛ ਇੱਥੇ ਵੇਖਣ ਨੂੰ ਮਿਲਦਾ। ਅਤੇ ਮੈਂ ਕਹੂੰਗਾ ਇਹਦੇ ਲਈ ਤੁਸੀਂ ਵਧਾਈ ਤੁਹਾਨੂੰ ਬਹੁਤ ਬਹੁਤ ਕਿ ਤੁਸੀਂ ਉਹਨਾਂ ਚੀਜ਼ਾਂ ਦਾ ਢੰਡੋਰਾ ਪਿੱਟਣ ਦੀ ਬਜਾਏ ਉਹਦੀਆਂ ਜਿਹੜੀਆਂ ਜੜ੍ਹਾਂ ਨੇ, ਜਿਹੜਾ ਉਹਦਾ ਖਾਤਮਾ ਹੈ, ਉਹਦੇ ਬਾਰੇ ਤੁਸੀਂ ਗੱਲਬਾਤ ਕਰ ਰਹੇ ਜੇ, ਕਿਉਂਕਿ ਅਸੀਂ ਇੱਥੇ ਹੀ ਹੁਣ ਰਹਿਣਾ, ਅਤੇ ਜੇ ਅਸੀਂ ਸੋਸ਼ਲ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੀ ਸੋਸਾਇਟੀ ਇਸ ਅਸੀਂ ਇਸ ਸੋਸਾਇਟੀ ਦਾ ਪਾਰਟ ਹਾਂ, ਅਤੇ ਸਾਡੀ ਲਾਈਫ ਵੀ ਜਿਹੜੀ ਆ ਉਹ ਮੇਰੇ ਹਿਸਾਬ ਨਾਲ ਈਜ਼ੀ ਰਹੂਗੀ। ਹਾਂਜੀ, ਸਾਡੀ ਵੀ ਈਜ਼ੀ ਰਹੂਗੀ, ਸਾਡੀ ਆਉਣ ਵਾਲੀ ਪੀੜ੍ਹੀ ਵੀ ਈਜ਼ੀ ਰਹੂਗੀ, ਬਿਲਕੁਲ, ਸਾਡੀ ਆਉਣ ਵਾਲੇ ਜਿਹੜੇ ਸਾਡੀ ਪੀੜ੍ਹੀ ਆ ਉਹਨੇ ਵੀ ਇੱਥੇ ਰਹਿਣਾ ਇਸ ਸੋਸਾਇਟੀ ਦੇ ਵਿੱਚ, ਕਿਉਂਕਿ ਜਿਹੜਾ ਡਾਟਾ ਸ਼ੋਅ ਕਰਦਾ ਕਿ ਜਿਹੜਾ ਇੱਕ ਤੋਂ ਇੰਡੀਅਨ ਸਟੂਡੈਂਟਸ ਦਾ ਮਰਡਰ ਵੀ ਹੋਇਆ ਕਾਫੀ ਸਾਲ ਪਹਿਲੇ, ਉਹ ਜਿਹੜੇ ਪਾਰਕ 'ਚੋਂ ਗੁਜ਼ਰ ਰਹੇ ਸੀ ਉਹ ਬੱਚੇ ਬੇਸਿਕਲੀ ਹੋਮਲੈਸ ਸੀ ਜਿਹਨੇ ਉੱਥੇ ਅਟੈਕ ਕੀਤਾ ਸੀ। ਜੀ ਹਾਂਜੀ, ਇਹ ਡਾਟਾ ਜਿਹੜਾ ਇਹ ਸ਼ੋਅ ਕਰਦਾ ਹੈ, ਸ਼ੋਅ ਕਰਦਾ। ਹਾਂਜੀ ਜੀ ਜੀ ਬਿਲਕੁਲ ਜੀ, ਜਦੋਂ ਜਿਹੜੇ ਬੰਦੇ ਕੋਲ ਘਰ ਨਹੀਂ ਗਾ ਆਪਾਂ ਸੋਚ ਸਕਦੇ ਹਾਂ ਬਿਲਕੁਲ ਉਹਦੀ ਕੀ ਹਾਲਤ ਹੋਊਗੀ, ਉਹਦੀ ਮਾਨਸਿਕ ਸਥਿਤੀ ਕੀ ਹੋਊਗੀ, ਕਿਉਂਕਿ ਘਰੋਂ ਹੀ ਕੋਈ ਜੰਮਦਿਆ ਮਾਂ ਦੇ ਪੇਟ 'ਚੋਂ ਕਹਿੰਦੇ ਕੋਈ ਕ੍ਰਿਮੀਨਲ ਨਹੀਂ ਜੰਮਦਾ, ਬਿਲਕੁਲ ਜੀ, ਇਹ ਹਾਲਾਤ ਉਹਨੂੰ ਇੱਦਾਂ ਦਾ ਕਰ ਦਿੰਦੇ। ਹਾਂਜੀ, ਉਹ ਹਾਲਾਤ ਚਾਹੇ ਘਰ ਦੇ ਹੋਣ, ਚਾਹੇ ਉਹ ਕਮਿਊਨਿਟੀ ਦੇ ਹੋਣ, ਚਾਹੇ ਉਹ ਬਾਹਰ ਅੰਦਰ ਦੇ ਕਿਸੇ ਵੀ ਤਰ੍ਹਾਂ ਦੇ ਉਹ ਸਰਕਮਸਟਾਂਸਿਸ ਜਿਨ੍ਹਾਂ ਦੇ ਵਿੱਚ ਉਹ ਕ੍ਰਿਮੀਨਲ ਬਣਨ ਦੇ ਲਈ ਮਜਬੂਰ ਹੋ ਜਾਂਦਾ। ਹਾਂਜੀ ਬਿਲਕੁਲ, ਸਾਨੂੰ ਇਸ ਚੀਜ਼ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਕਿ ਉਹ ਹਾਲਾਤ ਕਿੱਦਾਂ ਰੋਕੇ ਜਾਣ ਕਰੇ। ਹਾਂਜੀ, ਜਾਂ ਅਸੀਂ ਘੱਟੋ ਘੱਟ ਜੋ ਡੈਮੇਜ ਹੋ ਚੁੱਕਿਆ, ਮਤਲਬ ਕਿ ਬੱਚਾ ਸੜਕ 'ਤੇ ਆ ਗਿਆ, ਉਸ ਨੂੰ ਸੋਸਾਇਟੀ 'ਚ ਵਾਪਸ ਲਿਆਉਣ ਦੇ ਲਈ, ਦੇਖੋ ਸਾਡੀ ਕਮਿਊਨਿਟੀ ਦੇ ਹੋਰ ਆਪਣੇ ਵੀ ਇਸ਼ੂਜ਼ ਬਹੁਤ ਨੇ, ਪਰ ਸਾਡੇ ਕੋਲ ਜਿਹੜਾ ਫੂਡ ਹੈ ਉਹ ਹਰ ਬੰਦਾ ਡੋਨੇਟ ਕਰਨਾ ਚਾਹੁੰਦਾ। ਬਿਲਕੁਲ, ਤੁਸੀਂ ਸਿਰਫ ਅਗਲੇ ਦੇ ਨੂੰ ਇੱਕ ਮੀਡੀਅਮ ਦੇਣਾ, ਅਤੇ ਮੇਰੇ ਹਿਸਾਬ ਨਾਲ ਇੰਨਾ ਕੁ ਡੋਨੇਸ਼ਨ ਆ ਰਹੀ ਹੈ ਸਾਡੇ ਕੋਲ ਹੁਣ ਕਿ ਸਾਨੂੰ ਮੋਬਿਲਾਈਜ਼ ਕਰਨ 'ਚ ਵੀ ਮੁਸ਼ਕਲ ਆ ਰਹੀ, ਪਰ ਵਲੰਟੀਅਰਸ ਹੋਰ ਜੁੜ ਰਹੇ ਆ, ਅਤੇ ਅਸੀਂ ਮੇਰੇ ਹਿਸਾਬ ਨਾਲ ਬਹੁਤ ਲਾਰਜ ਸਕੇਲ 'ਤੇ ਐਕਸਪੈਂਡ ਕਰ ਰਹੇ ਹਾਂ। ਬਹੁਤ ਵਧੀਆ ਜੀ, ਬਹੁਤ ਵਧੀਆ। ਮਹਾਰਾਜ ਤੁਹਾਨੂੰ ਜਿਹੜੇ ਵੀ ਮਨਸੂਬੇ ਨੇ ਤੁਹਾਡੇ ਉਹਨਾਂ ਦੇ ਵਿੱਚ ਕਾਮਯਾਬੀ ਦੇਵੇ। ਸਿੱਧੂ ਸਾਹਿਬ, ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ, ਟਾਈਮ ਦਾ ਪਤਾ ਨਹੀਂ ਲੱਗਾ, ਕੰਮ ਹੀ ਇੱਦਾਂ ਦੇ ਹੀ ਜਿਹੜੇ ਆਪਣੇ ਦੋ ਇਸ਼ੂ ਖਬਰ ਹੋਏ, ਹਾਲਾਂਕਿ ਤੁਹਾਡੇ ਕੋਲੇ ਚਾਰ ਟੌਪਿਕਸ ਮੈਂ ਲੈ ਕੇ ਆਇਆ ਸੀ ਜੀ। ਅਤੇ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਿਆਂ ਜੀ, 10 ਅਕਤੂਬਰ ਨੂੰ ਅਗਲਾ ਪ੍ਰੋਗਰਾਮ ਆਪਾਂ ਕਰਾਂਗੇ ਸਿੱਧੂ ਸਾਹਿਬ ਦੇ ਨਾਲ, ਅਤੇ ਜਿਹੜੇ ਵੀ ਸਾਡੇ ਰਹਿ ਗਏ ਨੇ ਟੌਪਿਕ ਉਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ। ਅਤੇ 5 ਮਿੰਟ ਸਾਡੇ ਕੋਲ ਬਚੇ ਨੇ ਸਿੱਧੂ ਸਾਹਿਬ, ਜਾਂਦੇ ਜਾਂਦੇ ਅਗਲੇ ਜਿਹੜੇ ਸਾਡੇ ਪ੍ਰੋਗਰਾਮ ਨੇ ਉਹਨਾਂ ਦੀ ਰੂਪਰੇਖਾ ਆਪਾਂ ਸਾਂਝੀ ਕਰੀਏ। ਇੱਕ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਕਾਊਂਸਲ ਔਨ ਏਜਿੰਗ ਇੱਕ
ਉਹਦੇ ਵਿੱਚ ਜਿਹੜੇ ਕੁਛ ਸਟੈਪ ਚੱਕਣੇ ਪੈਂਦੇ ਹੈ, ਨਰਸਿੰਗ ਹੋਮ ਜਾਣਾ ਹੈ ਜਾਂ ਕਲਚਰਲੀ ਸੈਂਸਿਟਿਵ ਸਰਵਿਸਿਜ਼ ਨੇ ਜਾਂ ਹੋਮ ਕੇਅਰਸ ਨੇ ਜਾਂ ਹੋਰ ਵੀ ਬਹੁਤ ਬਹੁਤ ਕੁਛ ਇਸ ਕੰਟਰੀ 'ਚ ਹੈ ਗਵਰਨਮੈਂਟ ਫੰਡਡ, ਉਹਦੇ ਬਾਰੇ ਵਰਕਿੰਗ ਗਰੁੱਪ ਬਣਾ ਕੇ ਉੱਤੇ ਕੰਮ ਕਰਨਾ ਜੀ। ਉਹ ਜਿਵੇਂ ਤੁਸੀਂ ਕਿਹਾ ਵੈਸਟਰਨ ਸਬਰਬ ਦਾ ਨਹੀਂ ਹੋਏਗਾ, ਉਹ 'ਚ ਸਾਰੇ ਮੈਲਬਰਨ ਦੇ ਸਾਰੇ ਮੈਲਬਰਨ ਹਾਂਜੀ ਐਕਟਿਵ, ਚਾਹੇ ਸੀਨੀਅਰਸ ਨੇ ਜਿਨ੍ਹਾਂ ਨੂੰ ਥੋੜ੍ਹੀ ਇੰਗਲਿਸ਼ ਆਉਂਦੀ, ਜਾਂ ਜਿਹੜਾ ਦੇ ਪੇਰੈਂਟਸ ਬੱਚੇ ਨੇ ਜਿਨ੍ਹਾਂ ਦੇ, ਜਾਂ ਜਿਨ੍ਹਾਂ ਦੀ ਕੋਈ ਵਾਈਫ ਹੈ ਉਹ ਘਰ 4 ਦਿਨ ਕੰਮ ਕਰਦੇ 3 ਦਿਨ ਕਰਦੇ, ਅਗਰ ਉਹ ਆਪਣਾ 2-2 ਘੰਟੇ ਮਹੀਨੇ ਦੇ ਦੇਣ ਤਾਂ ਅਸੀਂ ਉਹ ਬਹੁਤ ਵੱਡਾ ਪ੍ਰੋਜੈਕਟ ਚਲਾ ਸਕਦੇ ਹਾਂ। ਦੂਸਰਾ ਮੇਰਾ ਇੱਕ ਆਈਡੀਆ ਹੈ ਕਿ ਕਮਿਊਨਿਟੀ ਇਸ਼ੂਸ 'ਤੇ ਅਸੀਂ ਕੰਮ ਕਰਦੇ ਰਹਾਂਗੇ, ਅਤੇ ਹਰ ਮਹੀਨੇ ਅਸੀਂ ਕਿਸੇ ਨਾ ਕਿਸੇ ਜਿਹੜੇ ਕਮਿਊਨਿਟੀ ਦੇ ਵਿੱਚ ਬਹੁਤ ਸੇਵਾ ਕਰ ਰਹੇ ਨੇ ਉਹਨਾਂ 'ਚੋਂ ਕਿਸੇ ਦੀ ਇੰਟਰਵਿਊ ਛੋਟੀ ਜਿਹੀ ਅਸੀਂ ਕਰ ਲਿਆ ਕਰਾਂਗੇ, ਪਰ ਉਸ ਤੋਂ ਇਲਾਵਾ ਇੱਕ ਸਟਰਕਚਰ ਜਿਹੜਾ ਪ੍ਰੋਗਰਾਮਸ ਆ ਉਹਦੇ 'ਤੇ ਮੇਰੇ ਕੁਛ ਆਈਡੀਆਜ਼ ਨੇ, ਜਿਸ ਤਰ੍ਹਾਂ ਕਿ ਮੈਡੀਕਲ ਇਸ਼ੂਜ਼ 'ਤੇ ਡਾਇਟ ਜਿਹੜੀ ਹੈ ਉਹ ਵਾਲੀ ਡਾਇਟ ਨਹੀਂ ਕਿ ਜਿਹੜਾ ਜਿਮ ਬਣਾ ਕੇ ਬੋਡੀ ਬਣਦੀ ਹੈ, ਪਰ ਜਿਹੜਾ ਜਨਰਲ ਡਾਇਟ ਹੈ ਉਹ ਬਹੁਤ ਵੱਡਾ ਇਸ਼ੂ ਹੈ ਸਾਡੀ ਕਮਿਊਨਿਟੀ ਦਾ। ਬਿਲਕੁਲ ਜੀ। ਅਤੇ ਪਿੱਛੇ ਜੇ 2 ਡੈਥਸ ਹੋਈਆਂ ਨੇ, ਇੱਕ ਹਰਸਨਪ੍ਰੀਤ ਸਿੰਘ ਜੀ ਅਤੇ ਅਨਿਲ ਸ਼ਰਮਾ, ਕਿਉਂਕਿ ਪਬਲਿਕ ਨੌਲੇਜ ਅਸੀਂ ਇਸ ਲਈ ਨਾਮ ਲੈ ਸਕਦੇ ਹਾਂ ਜੀ, ਅਤੇ ਇਹਨਾਂ ਦੀ ਡੈਥ ਦਾ ਮੈਂ ਸੋਸ਼ੋਲੋਜੀਕਲ ਅਨਾਲਿਸਿਸ ਕੀਤਾ ਕਿ ਅਸੀਂ ਇਹਨਾਂ ਦਾ ਕੇਸ ਨਹੀਂ ਡਿਸਕਸ ਕਰਾਂਗੇ, ਪਰ ਇਸ ਤੋਂ ਇਲਾਵਾ ਕਮਿਊਨਿਟੀ ਦੇ ਵਿੱਚ ਸਟ੍ਰੈਸ ਬਹੁਤ ਜ਼ਿਆਦਾ ਹੈ। ਡਾਇਟ ਸਾਡੀ ਇੱਦਾਂ ਦੀ ਹੈ ਕਿ ਮੰਡੇ ਟੂ ਫਰਾਈਡੇ ਸਵੇਰ ਤੋਂ ਸ਼ਾਮ ਤੱਕ ਕੰਮ ਕਰੀ ਜਾਓ, 2 ਜੋਬਸ ਕਰ ਲਓ, 3 ਘਰ ਲੈ ਲਓ, 4 ਘਰ ਲੈ ਲਓ, ਉਹਦੇ ਨਾਲ ਸਟ੍ਰੈਸ ਬਹੁਤ ਜ਼ਿਆਦਾ ਕਮਿਊਨਿਟੀ 'ਚ ਆ ਰਿਹਾ, ਅਤੇ ਉਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ, ਡਾਇਬਟੀਜ਼ ਵੱਧ ਰਹੀ ਹੈ, ਅਤੇ ਸੀਨੀਅਰਸ ਦੀ ਵੀ ਅਤੇ ਵੈਸੇ ਲੇਡੀਜ਼ ਦੀ ਵੀ ਡਾਇਟ 'ਚ ਥੋੜ੍ਹੀ ਜਿਹੀ ਪ੍ਰੋਬਲਮ ਹੈ, ਪ੍ਰੋਟੀਨ ਵਗੈਰਾ ਹਾਂਜੀ ਅਸੀਂ ਨਹੀਂ ਲੈਂਦੇ, ਸਿਰਫ ਕਾਰਬੋਹਾਈਡਰੇਟਸ ਖਾਂਦੇ ਹਾਂ, ਉਹਦੇ ਬਾਰੇ ਵੀ ਕੁਛ ਪ੍ਰੋਗਰਾਮ ਦਾ ਸਟਰਕਚਰ ਅਸੀਂ ਲੈ ਕੇ ਆ ਰਹੇ ਹਾਂ। ਬਿਲਕੁਲ ਜੀ, ਬਿਲਕੁਲ, ਇਹ ਬਹੁਤ ਵਧੀਆ, ਇਹ ਬਹੁਤ ਜ਼ਰੂਰਤ ਹੈ ਇਸ ਚੀਜ਼ ਦੀ ਸਾਡੀ ਕਮਿਊਨਿਟੀ ਨੂੰ, ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਸ਼ਾਇਦ ਅਵੇਅਰਨੈਸ ਦੀ ਕਮੀ ਹੈ, ਕਿਉਂਕਿ ਨਾ ਤਾਂ ਆਪਾਂ ਆਪਣੀ ਇੰਡੀਅਨ ਸਕੂਲਿੰਗ ਦੇ ਵਿੱਚ ਇਹ ਚੀਜ਼ਾਂ ਪੜ੍ਹੀਆਂ ਨੇ, ਅਤੇ ਨਾ ਹੀ ਆਪਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਆ ਕੇ ਸਾਡੇ ਕੋਲ ਟਾਈਮ ਮਿਲਿਆ ਵਾ ਇਹਨਾਂ ਚੀਜ਼ਾਂ ਦੇ ਉੱਤੇ ਵਰਕਆਊਟ ਕਰਨ। ਬਿਲਕੁਲ ਜੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਪ੍ਰੋਗਰਾਮ ਇਹ ਲੈ ਕੇ ਆਵਾਂਗੇ ਜੀ, ਆਪਣੀ ਕਮਿਊਨਿਟੀ ਨੂੰ ਹੋਰ ਵੱਧ ਤੋਂ ਵੱਧ ਜਿੰਨੀ ਵੀ ਨੌਲੇਜ ਦੇ ਸਕੀਏ, ਅਤੇ ਜੇਕਰ ਤੁਹਾਡੇ ਕੋਲ ਵੀ ਕੋਈ ਵੀ ਇੱਦਾਂ ਦਾ ਪਲੈਨ ਹੋਵੇ ਜਾਂ ਤੁਸੀਂ ਵੀ ਕੋਈ ਮਾਇੰਡ 'ਚ ਤੁਹਾਡੇ ਹੋਵੇ ਕੋਈ ਪ੍ਰੋਗਰਾਮ ਇੱਦਾਂ ਦਾ ਆਪਾਂ ਰਨ ਕਰ ਸਕਦੇ ਹੋਈਏ, ਅਤੇ ਤੁਹਾਡੇ ਸੁਜੈਸ਼ਨ ਜਿਹੜੇ ਨੇ ਉਹ ਆਲਵੇਜ਼ ਵੈਲਕਮ ਨੇ। ਹਾਂਜੀ ਬਿਲਕੁਲ, ਇੱਕ ਚੀਜ਼ ਹੈ ਵੀ ਇੱਕ ਜ਼ਰੂਰੀ ਨਹੀਂ ਹੈ ਕਿ ਸਾਰੇ ਆਈਡੀਆਜ਼ ਮੇਰੇ ਹੀ ਦਿਮਾਗ 'ਚ ਆਉਣ, ਆਈ ਥਿੰਕ ਜੇ ਸਰੋਤੇ ਅੱਗੇ ਆਈਡੀਆਜ਼ ਲੈ ਕੇ ਆਉਣ, ਜਿੱਦਾਂ ਸਟੂਡੈਂਟ ਅਸਾਈਨਮੈਂਟਸ ਬਣਾਉਂਦੇ ਆ, ਆਈ ਥਿੰਕ ਉਹਦੇ ਨਾਲ ਹੋਰ ਵੀ ਜ਼ਿਆਦਾ ਕੰਮ ਹੋਏਗਾ, ਹੋਰ ਜ਼ਿਆਦਾ ਕੰਮ। ਹਾਂਜੀ ਬਿਲਕੁਲ ਬਿਲਕੁਲ, ਇੱਕ ਦਿਮਾਗ ਜਿਹੜਾ ਵਾ ਉਹ ਇੱਕ ਹੱਦ ਤੱਕ ਸੋਚ ਸਕਦਾ। ਹਾਂਜੀ ਬਿਲਕੁਲ, ਜਦੋਂ 10 ਦਿਮਾਗ ਰਲ ਜਾਣ, ਹਾਂਜੀ ਫਿਰ ਉਹ ਪੁੱਛੋ ਕੁਛ ਨਾ, ਬਿਲਕੁਲ, ਫਿਰ ਆਪਾਂ ਜਿਹੜੇ ਕੰਮ ਆਪਾਂ ਸੋਚ ਰਹੇ ਮਹੀਨੇ 'ਚ ਕਰਨ ਦੀ ਉਹ ਮੇਰੇ ਖਿਆਲ ਨਾਲ ਹਫ਼ਤੇ 'ਚ ਹੋ ਜਾਏ, ਬਿਲਕੁਲ ਹੋ ਸਕਦੇ ਜੀ। ਸੋ ਤੁਸੀਂ ਵੀ ਅੱਗੇ ਆਓ, ਸੋਚੋ ਥੋੜ੍ਹਾ ਜਿਹਾ ਆਪਣੇ ਕੰਮਾਂਕਾਰਾਂ ਦੇ ਵਿੱਚੋਂ ਕਿੱਥੋਂ ਕੁ ਜੋ ਟਾਈਮ ਤੁਸੀਂ ਕੱਢ ਸਕਦੇ ਜੇ, ਅਤੇ ਕਿਹੜੇ ਕਿਹੜੇ ਕੰਮ ਆਪਾਂ ਕਰ ਸਕਦੇ ਹਾਂ, ਰਲ ਮਿਲ ਕੇ ਜਿੰਨਾ ਵੀ ਯੋਗਦਾਨ ਪਾ ਸਕਦੇ ਹਾਂ ਆਪਣੀ ਕਮਿਊਨਿਟੀ ਦੀ ਹੈਲਪ ਕਰਨ ਦੇ ਲਈ, ਆਪਣੇ ਭਾਈਚਾਰੇ ਦੀ ਹੈਲਪ ਕਰਨ ਦੇ ਲਈ, ਉਹ ਤੁਸੀਂ ਵੀ ਅੱਗੇ ਆਓ। ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇੱਥੇ ਆਪਾਂ ਸਮਾਪਤ ਕਰਦੇ ਹਾਂ। ਸਿੱਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਦੇ ਲਈ, ਅਤੇ ਅਗਲੀ ਡੇਟ ਜਿਹੜੀ ਆ ਮੈਂ ਦੁਬਾਰਾ ਅਨਾਊਂਸ ਕਰ ਦਿੰਦਾ ਜੀ, 10 ਅਕਤੂਬਰ ਨੂੰ ਆਪਾਂ ਦੁਬਾਰਾ ਇੱਕ ਪ੍ਰੋਗਰਾਮ ਸਿੱਧੂ ਸਾਹਿਬ ਦੇ ਨਾਲ ਲੈ ਕੇ ਆਵਾਂਗੇ, ਅਤੇ ਇਹ ਜਿਹੜੀ ਲੜੀ ਆ ਆਪਾਂ ਕੋਸ਼ਿਸ਼ ਕਰਾਂਗੇ ਹਰ ਮਹੀਨੇ ਇੱਕ ਪ੍ਰੋਗਰਾਮ ਆਪਾਂ ਰੱਖੀਏ ਜਿਹਦੇ ਵਿੱਚ ਵੱਧ ਤੋਂ ਵੱਧ ਇੱਕ ਦੂਜੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਹਾਂਜੀ ਸਿੱਧੂ ਸਾਹਿਬ, ਹਾਂਜੀ ਜਾਂ ਬਸ ਮੈਂ ਧੰਨਵਾਦ ਹੀ ਕਹੂੰਗਾ ਖਾਸ ਕਰ ਤੁਹਾਡਾ, ਕਿਉਂਕਿ ਮੈਂ ਤਾਂ ਘੰਟਾ ਕੱਢ ਕੇ ਆਇਆ, ਪਰ ਤੁਸੀਂ ਜਿਹੜਾ ਇੰਨਾ ਵੱਡਾ ਪ੍ਰੋਗਰਾਮ ਚਲਾ ਰਹੇ ਹੋ ਸਵੇਰੇ ਸ਼ਾਮ, ਉਹ ਮੇਰੇ ਹਿਸਾਬ ਨਾਲ ਧੰਨਵਾਦ ਤੁਹਾਡਾ ਕਰਨਾ ਬਣਦਾ। ਬਿਲਕੁਲ ਸਿੱਧੂ ਸਾਹਿਬ, ਇੱਕ ਐਪਰੀਸ਼ੀਏਸ਼ਨ ਹੀ ਆ ਤੁਹਾਡੇ ਵਰਗੇ ਵੀਰਾਂ ਦੀ, ਹੱਲਾਸ਼ੇਰੀ ਆ, ਅਤੇ ਸਾਡੀ ਜਿਹੜੇ ਸਰੋਤੇ ਨੇ, ਸਾਡੀ ਜਿਹੜੀ ਕਮਿਊਨਿਟੀ ਆ, ਉਹਨਾਂ ਦੀ ਹੱਲਾਸ਼ੇਰੀ ਆ, ਉਹਨਾਂ ਦਾ ਪ੍ਰੇਮ ਆ ਜਿਹਦੇ ਕਰਕੇ ਕਦੀ ਮਹਿਸੂਸ ਹੀ ਨਹੀਂ ਹੋਇਆ, ਕਦੀ ਥਕਾਵਟ ਮਹਿਸੂਸ ਹੀ ਨਹੀਂ ਹੋਈ। ਹਾਂਜੀ, ਸੋ ਸਾਰੇ ਜਣੇ ਰਲ ਮਿਲ ਕੇ ਆਪਾਂ ਜੇ ਕਰੀਏ ਤਾਂ ਬੜਾ ਕੁਛ ਕਰ ਸਕਦੇ ਹਾਂ। ਕੋਸ਼ਿਸ਼ ਕਰੋ ਸਾਰੇ ਸਾਥ ਦੇਣ ਦੀ ਇਸ ਪ੍ਰੋਗਰਾਮ ਦੇ ਵਿੱਚ, ਇਹ ਜਿਹੜੇ ਆਪਾਂ ਕਮਿਊਨਿਟੀ ਦੇ ਲਈ ਪ੍ਰੋਗਰਾਮ ਕਰਦੇ ਹਾਂ ਉਹਨਾਂ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ, ਅਗਲੇ ਸ਼ਨੀਵਾਰ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਵਾਂਗੇ, ਤਦ ਤੱਕ ਦੇ ਲਈ ਅਲਵਿਦਾ।